ਸਾਡੇ ਦੀ ਇਹ ਬੜੀ ਵੱਡੀ ਗੱਲ ਹੁੰਦੀ ਸੀ ਸਾਡੇ ਫੌਜੀ ਆਉਂਦੇ ਆ ਤੇ ਉਸ ਵਕਤ ਮੇਰੇ ਫਾਦਰ ਨੇ ਇਹ ਕੰਮ ਕੀਤਾ ਤੇ ਉਸ ਤੋਂ ਬਾਅਦ ਸਵੇਰੇ ਮੈਂ ਤੇ ਮੇਰੀ ਸਿਸਟਰ ਹੁੰਦੇ ਸੀਗੇ ਅਸੀਂ ਸਾਈਕਲ ਤੇ ਜਾਣਾ ਸਿਰਫ 2-2.5 ਕਿਲੋਮੀਟਰ ਦੂਰ ਆ ਮੇਰਾ ਟਹਿਣਾ ਫਰੀਦਕੋਟ ਨਾਲੋਂ ਤੇ ਸਬਜ਼ੀ ਮੰਡੀ ਵਿੱਚ ਜਾ ਕੇ ਸਵੇਰੇ 5-6 ਵਜੇ ਖੜ ਜਾਣਾ ਸਾਡੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਵਿਕ ਜਾਣੀਆਂ ਤੇ ਉਸੇ ਵਕਤ ਸਾਨੂੰ 3 ਰੁਪਈਏ 2 ਰੁਪਈਏ 2.5 ਰੁਪਈਏ ਕਦੇ 5 ਰੁਪਈਏ ਉਹ ਜਿਹੜੇ ਸਾਡੇ ਹੱਥ 'ਚ ਉਹਨਾਂ ਨੇ ਰੱਖ ਦੇਣੇ ਤੇ ਅਸੀਂ ਫਾਟਕਾਂ ਦੇ ਕੋਲੇ ਆ ਕੇ ਮੈਨੂੰ ਯਾਦ ਹੈ ਇੱਕ ਚਾਹ ਦਾ ਖੋਖਾ ਹੁੰਦਾ ਸੀਗਾ ਤੇ ਅਸੀਂ ਉੱਥੋਂ ਫਿਰ ਇੱਕ ਚਾਹ ਦਾ ਕੱਪ ਲੈਣਾ ਦੋਨਾਂ ਭੈਣ ਭਰਾਵਾਂ ਨੇ ਤੇ ਇੱਕ ਬਾਲੂ ਸ਼ਾਹੀ ਹੁੰਦੀ ਸੀ ਬਾਲੂ ਸ਼ਾਹੀ ਹਾਂਜੀ ਹਾਂਜੀ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਪੰਜਾਬੀ ਪੋਡਕਾਸਟ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਹੁਣਾਂ ਦੇ ਨਾਲ ਨਿਰਮਲ ਸਿੱਧੂ ਹੁਣੀ ਬੜੇ ਅਰਸੇ ਤੋਂ ਪੰਜਾਬੀ ਗਾਇਕੀ ਦੇ ਵਿੱਚ ਅਤੇ ਸੰਗੀਤ ਦੇ ਵਿੱਚ ਐਕਟਿਵ ਨੇ ਬੜਾ ਉਹਨਾਂ ਦਾ ਲੰਮਾ ਕੈਰੀਅਰ ਹੈ ਅਤੇ ਬੜਾ ਵਧੀਆ ਕੈਰੀਅਰ ਆ ਅਤੇ ਬੜੇ ਹੀ ਆਰਟਿਸਟਾਂ ਨੂੰ ਉਹਨਾਂ ਨੇ ਪ੍ਰੋਡਿਊਸ ਕੀਤਾ ਅਤੇ ਆਪ ਬੜੇ ਵਧੀਆ ਵਧੀਆ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਨੇ ਅਤੇ ਇਹ ਗੱਲਬਾਤ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਸੰਘਰਸ਼ ਦੀ ਗੱਲ ਕੀਤੀ ਆ ਬੜੀਆਂ ਵਧੀਆ ਕਹਾਣੀਆਂ ਸੁਣਾਈਆਂ ਨੇ ਅਤੇ ਪੋਡਕਾਸਟ ਨੂੰ ਸੁਣੋ ਅਤੇ ਜੇ ਪਸੰਦ ਆਵੇ ਤਾਂ ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ ਨਿਰਮਲ ਸਿੱਧੂ ਜੀ ਪੰਜਾਬੀ ਪੋਡਕਾਸਟ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਸੰਗਤਾਰ ਭਾਜੀ ਨੂੰ ਅਤੇ ਜਿੰਨੇ ਵੀ ਸਾਡਾ ਇਹ ਪੋਡਕਾਸਟ ਦੇਖਣ ਵਾਲੇ ਸੁਣਨ ਵਾਲੇ ਦੋਸਤ ਹੈ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਵੀ ਤੁਹਾਨੂੰ ਉੱਦਾਂ ਹੀ ਸੁਣਿਆ ਜਿੱਦਾਂ ਪਹਿਲਾਂ ਮੇਰਾ ਖਿਆਲ ਬਹੁਤੇ ਪੰਜਾਬੀਆਂ ਨੇ ਸੁਣਿਆ ਦਿਲ ਦਾ ਖਿਡੌਣਾ ਟੀਵੀ ਤੇ ਹਾਂਜੀ ਤੇ ਪਰ ਟੀਵੀ ਤੇ ਆਉਣ ਤੋਂ ਪਹਿਲਾਂ ਹਰ ਇੱਕ ਆਰਟਿਸਟ ਨੂੰ ਰੇਡੀਓ ਤੇ ਆਉਣਾ ਪੈਂਦਾ ਸੀ ਹਾਂਜੀ ਬਿਲਕੁਲ ਤੇ ਉਹ ਉਸ ਵੇਲੇ ਮੈਨੂੰ ਇੱਕ ਇੱਥੇ ਪਹਿਲੀ ਗੱਲ ਯਾਦ ਆ ਗਈ ਇੱਕ ਨਾ ਸਾਡੇ ਉਸਤਾਦ ਜੀ ਸੀਗੇ ਕੀਰਤਨ ਉਹ ਕਰਦੇ ਹੁੰਦੇ ਸੀ ਅਸੀਂ ਉਹਨਾਂ ਤੋਂ ਸਿੱਖਦੇ ਹੁੰਦੇ ਸੀਗੇ ਤੇ ਉਹਨਾਂ ਦੇ ਮਨ ਦੀ ਬੜੀ ਇੱਛਾ ਹੁੰਦੀ ਸੀ ਕਿ ਮੈਂ ਰੇਡੀਓ ਤੇ ਜਾਵਾਂ ਤੇ ਉਹਨਾਂ ਨੇ ਸਾਡੇ ਭਾਪਾ ਜੀ ਨਾਲ ਗੱਲਾਂ ਕਰਨੀਆਂ ਉਹਨਾਂ ਨੇ ਕਹਿਣਾ ਦੇਖੋ ਜੀ ਕਿ ਜਿਹੜਾ ਪਹਾੜੀ ਤੇ ਰੇਡੀਓ ਪਿਆ ਬੰਦੇ ਨੇ ਉਹਦੇ 'ਚ ਵੀ ਵੱਜਣਾ ਜੀ ਹਾਂਜੀ ਤੇ ਉਹਨਾਂ ਦੇ ਮਨ ਦੀ ਇੰਨੀ ਇੱਛਾ ਹੁੰਦੀ ਸੀਗੀ ਤੇ ਤੁਸੀਂ ਆਪਣਾ ਮਾੜਾ ਜਿਹਾ ਦੱਸਿਓ ਦਾ ਸਫ਼ਰ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਰੇਡੀਓ ਤੇ ਕਿੱਦਾਂ ਜਾਣਾ ਤੇ ਉਹ ਤੁਸੀਂ ਕਿੱਦਾਂ ਪਾਸ ਕੀਤਾ ਪਹਿਲਾਂ ਸੰਤਾਰ ਭਾਈ ਜੀ ਰੇਡੀਓ ਪਾਸ ਕਰਨਾ ਇੰਨਾ ਮੁਸ਼ਕਲ ਸੀਗਾ ਜਿੰਨੀ ਆਈਲੈਟਸ ਦੇ ਵਿੱਚੋਂ 7-8 ਬੈਂਡ ਲੈਣੇ ਆ ਹਾਂਜੀ ਹਾਂਜੀ ਉਸ ਵਕਤ ਮਤਲਬ ਇੱਕ ਰੇਡੀਓ ਹੀ ਐਸਾ ਮਾਧਿਅਮ ਸੀਗਾ ਜਿਸ ਰਾਹੀਂ ਤੁਸੀਂ ਲੋਕਾਂ ਤੱਕ ਪਹੁੰਚ ਕਰ ਸਕਦੇ ਸੀਗੇ ਹਾਂਜੀ ਤੇ ਰੇਡੀਓ ਤੇ ਹਰ ਬੰਦਾ ਨਹੀਂ ਗਾ ਸਕਦਾ ਸੀਗਾ ਰੇਡੀਓ ਤੇ ਗਾਉਣ ਵਾਸਤੇ ਇੱਕ ਆਡੀਸ਼ਨ ਹੁੰਦੀ ਹੈ ਉਹ ਤੁਹਾਨੂੰ ਆਡੀਸ਼ਨ ਪਾਸ ਕਰਨੀ ਪੈਂਦੀ ਹੈ ਹਾਂਜੀ ਤੁਸੀਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਯੁਵਾਨੀ ਪ੍ਰੋਗਰਾਮ ਦੇ ਵਿੱਚ ਮਤਲਬ ਜਿਹੜਾ ਉਹ ਤੁਹਾਨੂੰ ਐਂਟਰੀ ਲੈਣੀ ਪੈਂਦੀ ਸੀਗੀ ਬੀ ਗ੍ਰੇਡ ਹੁੰਦਾ ਸੀ ਬੀ ਹਾਈ ਗ੍ਰੇਡ ਹੁੰਦਾ ਸੀ ਉਸ ਤੋਂ ਬਾਅਦ ਏ ਗ੍ਰੇਡ ਹੁੰਦਾ ਸੀ ਫਿਰ ਐਂਡ ਤੇ ਜਾ ਕੇ ਸਪੈਸ਼ਲ ਗ੍ਰੇਡ ਹੁੰਦਾ ਸੋ ਉਹ ਇੱਕ ਤਰ੍ਹਾਂ ਦੀ ਐਜੂਕੇਸ਼ਨ ਸੀਗੀ ਜਿਹੜੀ ਤੁਹਾਨੂੰ ਪਾਸ ਕਰਨੀ ਪੈਂਦੀ ਸੀ ਫਿਰ ਤੁਸੀਂ ਰੇਡੀਓ ਤੇ ਗਾਉਂਦੇ ਸੀ ਜਦੋਂ ਤੁਸੀਂ ਰੇਡੀਓ ਤੇ ਗਾਉਂਦੇ ਸੀ ਫਿਰ ਹੀ ਤੁਸੀਂ ਟੀਵੀ ਦੇ ਉੱਤੇ ਜਾ ਕੇ ਗਾ ਸਕਦੇ ਸੀਗੇ ਹਾਂਜੀ ਸੋ ਉਹ ਇੱਕ ਬੜੀ ਬੌਂਡਿੰਗ ਸੀਗੀ ਮਤਲਬ ਉਹਨਾਂ ਦੀ ਰੇਡੀਓ ਤੇ ਟੀਵੀ ਦੀ ਔਰ ਬਹੁਤ ਮੁਸ਼ਕਲ ਕੰਮ ਸੀਗਾ ਤੇ ਮੈਂ ਉਸ ਵਕਤ ਫਾਜ਼ਿਲਕਾ ਦੇ ਵਿੱਚ ਬਕਾਇਦਾ ਸੰਗੀਤ ਦੀ ਤਾਲੀਮ ਲੈਂਦਾ ਸੀਗਾ ਹਾਂਜੀ ਪ੍ਰਾਚੀਨ ਕਲਾ ਕੇਂਦਰ ਯੂਨੀਵਰਸਿਟੀ ਤੋਂ ਮੇਰੇ ਉਸਤਾਦ ਜੀ ਪ੍ਰੋਫੈਸਰ ਕਿਸ਼ਨ ਸ਼ਾਮ ਜੀ ਜਿਨ੍ਹਾਂ ਨੇ ਸਾਨੂੰ ਮਨਾ ਕੀਤਾ ਸੀਗਾ ਕਿ ਜਿੰਨੀ ਦੇਰ ਤੁਸੀਂ ਤੁਹਾਡਾ ਕੋਰਸ ਪੂਰਾ ਨਹੀਂ ਹੁੰਦਾ ਉਨੀ ਦੇਰ ਤੁਸੀਂ ਲਾਈਟ ਮਿਊਜ਼ਿਕ ਨਹੀਂ ਸੁਣਨਾ ਸਿਰਫ ਤ੍ਰਿਪਤ ਧਮਾਰ ਗਾਇਕੀ ਦਾ ਸਾਨੂੰ ਗਿਆਨ ਦਿੰਦੇ ਸੀਗੇ 48 ਮਾਤਰਾ 24 ਮਾਤਰਾ ਦੇ ਵਿੱਚ ਗਾਇਕੀ ਗਾਉਣੀ ਹੈ ਤੁਸੀਂ ਸੁਣਨੀ ਹੈ ਔਰ ਜਦੋਂ ਤੁਸੀਂ ਕੰਪਲੀਟ ਕਰ ਲਓਗੇ ਫਿਰ ਤੁਸੀਂ ਜਿਹੜੇ ਮਰਜ਼ੀ ਫੀਲਡ ਵਿੱਚ ਜਾਓ ਸੋ ਜਦੋਂ ਮੈਂ MA ਆਪਣੀ ਕਰ ਲਈ ਤੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਸੀਗਾ ਕਿਉਂਕਿ ਜਿੱਧਰ ਵੀ ਜਾਂਦੇ ਸੀਗੇ ਦੁੱਧ ਲੈਣ ਜਾਣਾ ਜਾਂ ਮਤਲਬ ਕਿਸੇ ਬੱਸ ਤੇ ਜਾਣਾ ਤਾਂ ਰੇਡੀਓ ਹੀ ਚੱਲਦਾ ਸੀ ਸਿਰਫ ਰੇਡੀਓ ਹੀ ਹੁੰਦਾ ਸੀਗਾ ਤੇ ਫਿਰ ਰੇਡੀਓ ਤੇ ਜਾਣ ਲਈ ਵੀ ਬੜਾ ਮੁਸ਼ਕਲ ਸੀ ਉਹਨਾਂ ਦਿਨਾਂ 'ਚ ਕੋਈ ਕਿਉਂਕਿ ਸਟਰਗਲਰ ਹੁੰਦੇ ਸੀਗੇ
ਜੇ ਫਾਜ਼ਿਲਕਾ ਤੋਂ ਜਲੰਧਰ ਜਾਣਾ 250-300 ਕਿਲੋਮੀਟਰ ਦੂਰ ਹੈ। ਹਾਂਜੀ, ਟਰਾਂਸਪੋਰਟੇਸ਼ਨ ਦਾ ਵੀ ਇੰਤਜ਼ਾਮ ਨਹੀਂ ਹੁੰਦਾ ਸੀ। ਰਸਤੇ 'ਚ ਕਦੇ ਸ਼ਾਹਕੋਟ ਰਾਤ ਰਹਿਣਾ, ਕਦੇ ਮੋਗੇ ਰਾਤ ਰਹਿਣਾ, ਕਦੇ ਲਾਂਬੜੇ ਰਾਤ ਰਹਿਣਾ, ਬੱਸਾਂ ਨਾ ਮਿਲਣੀਆਂ। ਸੋ ਬੜਾ ਮੁਸ਼ਕਲ ਦੇ ਨਾਲ ਰੇਡੀਓ ਤੇ ਗਏ। ਪਹਿਲਾਂ ਤਾਂ ਐਂਟਰੀ ਨਹੀਂ ਹੁੰਦੀ ਸੀ ਰੇਡੀਓ ਦੇ ਵਿੱਚ, ਜਾ ਕੇ ਤੁਹਾਨੂੰ ਸਟੂਡੀਓ ਤੱਕ ਨਹੀਂ ਜਾਣ ਦਿੰਦੇ ਸੀ। ਅੰਦਰ ਹੌਲੀ ਹੌਲੀ ਪਤਾ ਲੱਗਿਆ। ਮੈਂ ਬਹੁਤ ਮੁਸ਼ਕਤ ਕੀਤੀ ਆ ਜੀ ਰੇਡੀਓ ਤੇ ਗਾਉਣ ਲਈ, ਪਰ ਮੈਂ ਰੇਡੀਓ ਤੇ ਜਦੋਂ ਪਾਸ ਹੋ ਗਿਆ ਉਸ ਤੋਂ ਬਾਅਦ ਫਿਰ ਰੇਡੀਓ ਤੇ ਗਾਉਣਾ ਸ਼ੁਰੂ ਕਰ ਲਿਆ, ਫਿਰ ਟੀਵੀ ਤੇ ਗਾਉਣਾ ਸ਼ੁਰੂ ਕਰ ਲਿਆ, ਤੇ ਉਦੋਂ ਬਾਅਦ ਰਸਤਾ ਖੁੱਲ ਗਿਆ ਜੀ। ਬਸ ਫਿਰ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਅੱਜ ਤੱਕ ਬਰਕਰਾਰ ਹੈ। ਹਾਂਜੀ ਹਾਂਜੀ, ਪਰ ਰੇਡੀਓ ਤੇ ਵੀ ਤੁਸੀਂ ਦੇਖੋ ਕਿ ਰੇਡੀਓ ਤੇ ਜਿਹੜੇ ਆਡੀਸ਼ਨ ਹੁੰਦੇ ਸੀਗੇ ਜੀ, ਹਾਂਜੀ ਜੀ ਜੀ, ਤੇ ਉਹ ਕੋਈ ਤੂੰਬੀ ਨਾਲ ਗਾਉਂਦਾ ਸੀ, ਕੋਈ ਕਿਸੇ ਤਰੀਕੇ ਨਾਲ ਗਾਉਂਦਾ ਸੀ, ਤੇ ਪਰ ਜਿਹੜੇ ਲੋਕ ਹਾਰਮੋਨੀਅਮ ਨਾਲ ਗਾਉਂਦੇ ਸੀ ਉਹਨਾਂ ਨੂੰ ਹਾਰਮੋਨੀਅਮ ਵਜਾਉਣ ਨਹੀਂ ਸੀ ਦਿੰਦੇ, ਸਾਪਾ ਫੜ ਕੇ ਗਾਉਣਾ ਪੈਂਦਾ ਸੀ, ਹੈ ਨਾ? ਬਿਲਕੁਲ ਨਹੀਂ, ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਸੰਤਾਰ ਬਾਈ ਜੀ, ਗੱਲ ਇਹ ਵੀ ਮੈਂ ਦੇਖੋ ਅੱਜ ਦਾ ਤਾਂ ਜ਼ਮਾਨਾ ਹੀ ਬਦਲ ਗਿਆ। ਅੱਜ ਤਾਂ ਮੈਂ ਸਮਝਦਾ ਕਿ ਜਿਹੜਾ ਮਿਊਜ਼ਿਕ ਹੈ ਨਾ, ਸੰਗੀਤ ਤਾਂ ਕਿਡਨੈਪ ਹੋ ਗਿਆ। ਸੰਗੀਤ ਸੰਗੀਤ ਸੰਗੀਤਕਾਰਾਂ ਦੇ ਕਬਜ਼ੇ 'ਚ ਨਹੀਂ ਹੈ। ਹਾਂਜੀ, ਸੰਗੀਤ ਕਿਡਨੈਪ ਹੋਇਆ ਵਿਆ ਇੰਡਸਟਰੀਅਲ, ਜਿਹੜੇ ਇੰਡਸਟਰੀਅਲ ਬੰਦੇ ਆ ਉਹਨਾਂ ਦੇ ਕਬਜ਼ੇ 'ਚ ਸੰਗੀਤ ਹੈ, ਜਿਹੜੇ ਪ੍ਰੋਪਰਟੀ ਡੀਲਰ ਹੈ ਉਹਨਾਂ ਦੇ ਕਬਜ਼ੇ 'ਚ ਸੰਗੀਤ ਹੈ, ਜਿਹੜੇ ਗੈਂਗਸਟਰ ਹੈ ਉਹਨਾਂ ਦੇ ਕਬਜ਼ੇ 'ਚ ਸੰਗੀਤ ਹੈ, ਜਿਹੜੇ ਯੰਗਸਟਰ ਹੈ ਜਿਹਨਾਂ ਨੂੰ ਮਿਊਜ਼ਿਕ ਬਾਰੇ ਏ ਬੀ ਸੀ ਡੀ ਨਹੀਂ ਪਤਾ ਉਹਨਾਂ ਦੇ ਹੱਥ ਵਿੱਚ ਸੰਗੀਤ ਦੀ ਵਾਂਗਡੋਰ ਹੈ। ਸੰਗੀਤ ਤਾਂ ਬਿਲਕੁਲ ਮਾਈਨਸ ਹੀ ਮੈਂ ਕਹਿੰਦਾ ਹੋ ਗਿਆ, ਕਿਉਂਕਿ ਅੱਜ ਜਿਹੜਾ ਸੰਗੀਤ ਬਣ ਰਿਹਾ ਨਾ ਇਹ ਉਹ ਸੰਗੀਤ ਨਹੀਂ ਹੈ ਜਿਹੜਾ ਸੰਗੀਤ ਹੁੰਦਾ ਸੀ। ਸੰਗੀਤ ਦੀ ਜ਼ਰੂਰਤ ਨਹੀਂ ਹੈ, ਸਿਰਫ ਕੰਪਿਊਟਰ ਇਕੱਲਾ ਚਾਹੀਦਾ। ਉਹ ਕੰਪਿਊਟਰ ਦੇ ਵਿੱਚੋਂ ਤੁਸੀਂ ਬੀਟਾਂ ਉਹੀਓ ਬਣਾ ਬਣਾ ਕੇ ਕਰੀ ਚੱਲੋ, ਉਹੀਓ ਤੁਸੀਂ ਆਟੋ ਟੋਨ ਲਾ ਕੇ ਤੁਸੀਂ ਜੋ ਮਰਜ਼ੀ ਕਰੀ ਚੱਲੋ, ਉਹ ਸੰਗੀਤ ਚੱਲ ਰਿਹਾ। ਲੇਕਿਨ ਜਿਹੜਾ ਸਹੀ ਸੰਗੀਤ ਸੀਗਾ ਉਹ ਸੰਗੀਤ ਨਹੀਂ ਰਿਹਾ। ਹਾਂ, ਕਿਉਂਕਿ ਦੇਖੋ ਕਿਸੇ ਵੀ ਚੀਜ਼ ਨੂੰ ਸੁਣਨ ਲਈ, ਕਿਸੇ ਵੀ ਚੀਜ਼ ਨੂੰ ਬਣਾਉਣ ਲਈ ਉਹਦੀ ਕਦਰ ਕਰਨ ਵਾਲੇ ਵੀ ਚਾਹੀਦੇ। ਹੁਣ ਦੇਖੋ ਜਦੋਂ ਹੁਣ ਅੱਜ ਕੱਲ੍ਹ ਕੋਈ ਮਿਊਜ਼ਿਕ ਬਣਾਉਂਦਾ, ਚਲੋ ਆਪਾਂ ਮਾੜਾ ਜਿਹਾ ਇਸ ਵਿਸ਼ੇ 'ਤੇ ਟੱਚ ਕਰਦੇ ਹਾਂ, ਅਤੇ ਜੇ ਉਹ ਲੂਪ ਲਾ ਕੇ ਕਿਸੇ ਦੀ ਹੋਰ ਦਾ ਗਿਟਾਰ ਦਾ ਕੋਡ ਲੈ ਕੇ ਕਿਸੇ ਦਾ ਇੱਦਾਂ ਕਰਕੇ ਗੀਤ ਉਹ ਭਾਵੇਂ ਜਿੰਨਾ ਮਰਜ਼ੀ ਸੋਹਣਾ ਬਣਾ ਦੇਵੇ, ਪਰ ਗੱਲ ਇਹ ਆ ਕਿ ਜਿਹੜੀ ਹੁਣ ਬੀਟ ਲਾਈ ਨਾ ਤਾਂ ਉਹਨੇ ਉਹ ਬਣਾਈ, ਹਾਂਜੀ, ਜਿਹੜੀ ਹੁਣ ਗਿਟਾਰ ਵਜਾਈ ਨਾ ਉਹਨੇ ਉਹ ਵਜਾਈ, ਹਾਂਜੀ, ਨਾ ਜਿਹੜਾ ਉਹਨੇ ਬੇਸ ਲਾਇਆ ਨਾ ਉਹਨੇ ਉਹ ਬਣਾਇਆ। ਕਹਿਣ ਦਾ ਭਾਵ ਕਿ ਜਾਣੀ ਕਿ ਇੱਦਾਂ ਹੀ ਹੋ ਗਿਆ ਵੀ ਜਿੱਦਾਂ ਤੁਸੀਂ ਦੁਕਾਨ ਤੋਂ ਬਟਰ ਚਿਕਨ ਲੈ ਲਓ, ਦੁਕਾਨ ਤੋਂ ਪਾਲਕ ਪਨੀਰ ਲੈ ਲਓ, ਅਤੇ ਉਹਨਾਂ ਨੂੰ ਰਲਾ ਕੇ ਇੱਕ ਨਵੀਂ ਸਬਜ਼ੀ ਪੇਸ਼ ਕਰਦੇ ਹੋ, ਤੁਹਾਨੂੰ ਨਹੀਂ ਪਤਾ ਬਟਰ ਚਿਕਨ ਕਿੱਦਾਂ ਬਣਦਾ, ਤੁਹਾਨੂੰ ਨਹੀਂ ਪਤਾ ਪਾਲਕ ਪਨੀਰ ਕਿੱਦਾਂ ਬਣਦਾ। ਸੋ ਇਹ ਹੀ ਹਾਲਤ ਅੱਜ ਕੱਲ੍ਹ ਮੇਰਾ ਖਿਆਲ ਸੰਗੀਤ ਦੀ ਹੋ ਗਈ, ਉਹ ਜਿਹੜੇ ਸੰਗੀਤ ਬਣਾ ਰਹੇ ਉਹਨਾਂ ਨੂੰ ਆਪ ਨਹੀਂ ਪਤਾ ਕਿ ਇਹ ਟੁਕੜੇ ਕਿੱਦਾਂ ਬਣੇ ਹੋ। ਬਿਲਕੁਲ ਬਿਲਕੁਲ ਜੀ, ਇਸੇ ਕਰਕੇ ਸੰਤਾਰ ਵੀਰ ਜਿਹੜਾ ਅੱਜ ਦਾ ਜਿਹੜਾ ਸੰਗੀਤ ਹੈ, ਦੇਖੋ ਅੱਜ ਗਾਣਾ ਇੱਕ ਹਫ਼ਤੇ ਦੀ ਵੀ ਗੇਮ ਨਹੀਂ ਹੈਗਾ। ਹਾਂਜੀ, ਅੱਜ ਜਿਹੜਾ ਕਿਸੇ ਕਲਾਕਾਰ ਦਾ ਗਾਣਾ ਆਉਂਦਾ ਹੈ ਉਹ ਅੱਜ ਰਾਤ ਨੂੰ ਆਇਆ ਔਰ ਅਗਲੇ ਦਿਨ ਲੋਕਾਂ ਨੇ ਸੁਣਿਆ, ਦੂਜੇ ਦਿਨ ਤੀਜੇ ਦਿਨ ਬਾਅਦ ਉਹ ਗਾਣੇ ਦਾ ਨਸ਼ਾ ਖਤਮ ਹੋ ਜਾਂਦਾ। ਕੋਈ ਗਾਣਾ, ਹਾਂਜੀ ਕੋਈ ਗਾਣਾ ਜਿਹੜਾ ਆਪਾਂ ਕਹਿ ਦਈਏ ਕਿ ਤੂੰ ਲੌਂਗ ਤੇ ਲਾਚੀ, ਉਹ ਗਾਣਾ ਹਰ ਗਾਣਾ ਨਹੀਂ ਬਣਦਾ, ਕੋਈ ਗਾਣਾ ਬਣ ਜਾਂਦਾ ਹੈ। ਆਹੋ ਆਹੋ, ਲੇਕਿਨ ਜਿਵੇਂ ਕਹਿੰਦੇ ਹੁੰਦੇ ਨਾ, ਉਹ ਪੈਰ ਥੱਲੇ ਬਟੇਰਾ ਆ ਜਾਵੇ ਤੇ ਬੰਦਾ ਸ਼ਿਕਾਰੀ ਨਹੀਂ ਬਣਦਾ। ਮੈਨੂੰ ਯਾਦ ਹੈ ਬਾਬਾ ਸਟੂਡੀਓ, ਚੀਮਾ ਸਟੂਡੀਓ, ਸੰਗਮ ਸਟੂਡੀਓ ਚੰਡੀਗੜ੍ਹ ਦੇ ਵਿੱਚ ਜਾਣਾ, ਸਾਰੇ ਮਿਊਜ਼ੀਸ਼ੀਅਨ ਨੇ ਆਉਣਾ, 10 ਵਜੇ ਦਾ ਟਾਈਮ ਹੁੰਦਾ ਸੀ, 10 ਵਜੇ ਜਾ ਕੇ ਸਾਰੇ ਬੈਠੇ ਵੇਟ ਕਰ ਰਹੇ ਹੈ, ਸਭ ਤੋਂ ਪਹਿਲਾਂ ਚਾਹ ਰਹਿ ਕੇ ਕੱਪ ਸਾਰਿਆਂ ਨੂੰ ਮਿਲਣਾ, ਉਸ ਤੋਂ ਬਾਅਦ ਸਿੰਗਰ ਨੇ ਆ ਜਾਣਾ ਔਰ ਸਟੂਡੀਓ 'ਚ ਬੈਠ ਕੇ ਸਿੰਗਰ ਨੇ ਗਾਣਾ ਸੁਣਾਉਣਾ, ਹਰ ਬੰਦੇ ਨੇ ਮੂਡ ਦੇ ਨਾਲ ਉਹ ਸਾਜ਼ ਵਜਾਉਣੇ। ਸੋ ਕਈ ਵਾਰੀ ਕੀ ਹੁੰਦਾ ਸੀ, ਅਸੀਂ ਕੁਝ ਹੋਰ ਸੋਚ ਕੇ ਜਾਂਦੇ ਸੀਗੇ ਕਿ ਅੱਜ ਇਹ ਗਾਣਾ ਮੈਂ ਇਸ ਤਰੀਕੇ ਦਾ ਮਿਊਜ਼ਿਕ ਬਣਾਊਂਗਾ, ਲੇਕਿਨ ਉੱਥੇ ਮੈਂਡੋਲੀਨ ਵਾਲੇ ਨੇ ਜਦੋਂ ਮੈਂਡੋਲੀਨ ਪਲੇ ਕੀਤਾ, ਫਲੂਟ ਵਾਲੇ ਨੇ ਪਲੇ ਕੀਤਾ, ਤੇ ਮਨ ਦੇ ਵਿੱਚ ਪੀਸ ਕੋਈ ਹੋਰ ਹੀ ਆ ਜਾਣਾ, ਹੋਰ ਹੀ ਬਣ ਜਾਂਦਾ, ਫਿਕਸ ਨਹੀਂ ਹੁੰਦਾ ਸੀਗਾ। ਉਹਨੂੰ ਕਹਿੰਦੇ ਮਾਹੌਲ ਦੇ ਮੁਤਾਬਕ, ਲੋੜ ਦੇ ਮੁਤਾਬਕ, ਟਾਈਮ ਦੇ ਮੁਤਾਬਕ। ਸੋ ਉਸ ਤੋਂ ਬਾਅਦ ਆਰਟਿਸਟ ਨੂੰ ਇੱਕ ਵਾਰੀ ਗਾਉਣਾ ਔਰ ਦੂਜੀ ਵਾਰੀ ਉਹਨੂੰ ਕਹਿਣਾ ਚੱਲ ਆ ਜਾ। ਇੰਨੀ ਇੱਕ ਪਰਫੈਕਸ਼ਨ ਸੀ ਸਾਰੇ ਮਿਊਜ਼ੀਸ਼ੀਅਨਸ ਦੇ ਵਿੱਚ ਕਿ ਉੱਥੇ ਗਏ, 1-2-3-4 ਕੀਤਾ, ਗਾਣਾ ਸਟਾਰਟ ਹੋ ਗਿਆ, ਗਾਣਾ ਖਤਮ ਹੋ ਗਿਆ, ਅਗਲਾ ਗਾਣਾ ਆ ਗਿਆ। ਇੱਕ ਦਿਨ ਦੇ ਵਿੱਚ ਮੈਂ 16-16 ਗੀਤ ਇੱਕ ਦਿਨ 'ਚ ਰਿਕਾਰਡ ਕੀਤੇ ਔਰ ਵਿੱਚੇ ਮਿਕਸਿੰਗ ਤੇ ਵਿੱਚੇ ਮਾਸਟਰਿੰਗ ਕਰਕੇ 2-2 ਮਾਸਟਰ ਜਿਹੜੇ ਆ ਲੋਕਾਂ ਨੂੰ ਬਣਾ ਕੇ ਕਹਿੰਦੇ ਸੀ ਆਹ ਲੈ ਜਾਓ ਗਾਣੇ, ਉਹ ਵੀ ਹਿੱਟ ਹੋਏ ਆ। ਅੱਜ ਇੱਕ ਮਹੀਨੇ 'ਚ ਇੱਕ ਗਾਣਾ ਨਹੀਂ ਬਣਦਾ, ਅੱਜ ਦੇ ਜਿਹੜੇ ਬੱਚੇ ਆ ਉਹ ਇੱਕ ਮਹੀਨਾ 6-6 ਮਹੀਨੇ ਲਾ ਦਿੰਦੇ, ਉਹਨਾਂ 'ਤੇ ਗਾਣਾ ਨਹੀਂ ਪੂਰਾ ਬਣਦਾ, ਮੈਂ ਵੀ ਹੁਣ ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਯਾਰ ਸੱਚੀ ਗੱਲ ਹੈ ਕਿ ਇੱਕ ਸਿੰਪਲ ਜੇ ਸਧਾਰਨ ਜੇ ਪਰਿਵਾਰ ਦੇ ਵਿੱਚ
ਉਹ ਵੀ ਮਤਲਬ ਮਲਵਈ ਜੱਟਾਂ ਦੇ ਘਰੇ ਮੁੰਡਾ ਪੈਦਾ ਹੋਇਆ। ਮੇਰੇ ਮੰਮੀ ਡੈਡੀ ਨੂੰ ਹੁਣ ਤੱਕ ਉਹਨਾਂ ਨੂੰ ਜੇ ਤੁਸੀਂ ਪੁੱਛ ਲਓ ਵੀ ਨਿਰਮਲ ਦਾ ਗਾਣਾ ਕਿਹੜਾ ਹਿੱਟ ਆ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਸੀਗਾ ਮੇਰਾ ਕਿਹੜਾ ਗਾਣਾ ਐਂਡ ਤੱਕ। ਹਾਂਜੀ, ਸੋ ਉਹ ਸ਼ੁਰੂ ਵਿੱਚ ਤਾਂ ਉਹਨਾਂ ਨੂੰ ਕੋਈ ਨੌਲੇਜ ਹੈ ਹੀ ਨਹੀਂ ਸੀ ਜਾਂ ਉਹਨਾਂ ਦਾ ਟੇਸਟ ਕੋਈ ਨਹੀਂ ਸੀ। ਹਾਂਜੀ, ਪਰ ਮੈਂ ਸਮਝਦਾ ਕਿ ਸਿੰਘਤਾਰ ਭਾਈ ਇਹ ਬੜਾ ਵੱਡਾ ਸਵਾਲ ਤੁਸੀਂ ਕੀਤਾ। ਹਾਂਜੀ, ਅਸਲ ਦੇ ਵਿੱਚ ਜਿਹੜਾ ਨਾ ਤੁਸੀਂ ਦੇਖੋ ਬਨਸਪਤੀ ਹੈ ਜਿਹੜੀ, ਇਹ ਕੋਈ ਬੰਦਾ ਬੀਜ ਕੇ ਨਹੀਂ ਆਉਂਦਾ, ਪਹਾੜਾਂ ਤੇ ਕੋਈ ਬੰਦਾ ਥੋੜੀ ਬੀਜ ਕੇ ਆਉਂਦਾ। ਨਾ ਨਹੀਂ ਨਹੀਂ ਨਹੀਂ, ਅਰਬਾਂ ਖਰਬਾਂ ਕਿਲੋਮੀਟਰਾਂ ਚ ਜਿਹੜੇ ਪਹਾੜ ਹੈ ਜਿਹਨਾਂ ਨੂੰ ਅਸੀਂ ਨਾਪਿਆ ਨਹੀਂ, ਉੱਥੇ ਜਿਹੜੇ ਦਰਖਤ ਹੁੰਦੇ ਹੈ, ਜਿਹੜਾ ਅਨਾਜ ਹੁੰਦਾ ਹੈ, ਜਿਹੜੇ ਫਲ ਫਰੂਟ ਹੁੰਦੇ, ਕੋਈ ਉਹਨਾਂ ਨੂੰ ਬੀਜਦਾ ਨਹੀਂ। ਨਹੀਂ ਜੀ, ਨਹੀਂ ਜੀ, ਨੇਚਰ ਬੀਜਦੀ ਹੈ। ਹਾਂਜੀ, ਹੈ ਨਾ, ਉਹ ਜ਼ਰੂਰੀ ਨਹੀਂ ਕਿ ਇਨਸਾਨ ਖਾਣ, ਪੰਛੀਆਂ ਵਾਸਤੇ ਵੀ ਉਹ ਪ੍ਰਮਾਤਮਾ ਬੀਜਦਾ ਹੈ, ਨੇਚਰ ਪੰਛੀਆਂ ਵਾਸਤੇ ਬੀਜਦੀ ਹੈ, ਉੱਥੋਂ ਸਾਡੀ ਪਹੁੰਚ ਨਹੀਂ ਹੈ, ਲੇਕਿਨ ਪੰਛੀਆਂ ਨੇ ਖਾਣੇ, ਜਾਨਵਰਾਂ ਨੇ ਖਾਣੇ ਆ। ਸੋ ਮੈਨੂੰ ਪਿੰਡ ਟਹਿਣੇ ਦੇ ਵਿੱਚ ਮਤਲਬ ਪੈਦਾ ਕੀਤਾ, ਔਰ ਇਹ ਲਾਜ਼ਮੀ ਗੱਲ ਹੈ ਕਿ ਮਾਹੌਲ ਮੈਨੂੰ ਇਹ ਮਿਲਿਆ ਕਿ ਸਾਡੇ ਘਰ ਦੇ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਸੀ, ਜਿੱਥੇ ਸਾਡੇ ਮਹੰਤ ਹੁੰਦੇ ਸੀਗੇ ਪ੍ਰਤਾਪ ਸਿੰਘ ਜੀ, ਉਹਨਾਂ ਦੀ ਬੜੀ ਸੁਰੀਲੀ ਆਵਾਜ਼ ਹੁੰਦੀ ਸੀ, ਬੜਾ ਮਿੱਠਾ ਮਤਲਬ ਉਹ ਪਾਠ ਕਰਦੇ ਸੀਗੇ, ਤੇ ਉਹਨਾਂ ਨੇ ਜਦੋਂ ਸਵੇਰੇ ਸੁਖਮਨੀ ਸਾਹਿਬ ਜਪਜੀ ਸਾਹਿਬ ਪੜ੍ਹਨਾ, ਮੇਰੀ ਜਾਗ ਖੁੱਲ ਜਾਣੀ, ਤੇ ਮੈਂ 4:30-4 ਵਜੇ ਕੰਧ ਟੱਪ ਕੇ, ਲੋਕ ਲੱਗਾ ਹੁੰਦਾ ਸੀਗਾ, ਕੰਧ ਟੱਪ ਕੇ ਮੈਂ ਗੁਰਦੁਆਰੇ ਚਲੇ ਜਾਣਾ, ਉੱਥੇ ਜਾ ਕੇ ਪਾਠ ਸੁਣਨਾ। ਸੋ ਡੇਲੀ ਮੇਰੀ ਰੁਟੀਨ ਬਣ ਗਈ, ਸ਼ਾਮ ਨੂੰ ਰਹਿਰਾਸ ਸਾਹਿਬ ਹੋਣੀ, ਫਿਰ ਮੈਂ ਜਾ ਕੇ ਰਹਿਰਾਸ ਸੁਣਨੀ। ਉਹ ਕਰਦਿਆਂ ਕਰਦਿਆਂ ਮੇਰਾ ਮਤਲਬ ਟੀਚਾ ਸੀਗਾ ਕਿ ਮੈਂ ਮਾਈਕ ਦੇ ਵਿੱਚ ਬੋਲਾਂ ਕਿਤੇ, ਹੈਲੋ ਹੈਲੋ ਕਰਾਂ ਮੈਂ। ਸੋ ਇਹ ਇੱਕ ਦਿਨ ਐਸਾ ਆ ਗਿਆ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ, ਇੱਕ ਟਾਈਮ ਐਸਾ ਆ ਗਿਆ ਕਿ ਉਸੇ ਪਿੰਡ ਦੇ ਵਿੱਚ ਮੈਂ ਪਾਠ ਕਰਨ ਲੱਗ ਪਿਆ, ਇੱਕ ਦਿਨ ਐਸਾ ਆਇਆ ਕਿ ਮੈਨੂੰ ਲੱਗਦਾ ਵੀ ਅੱਧੇ ਹਿੰਦੁਸਤਾਨ ਦੇ ਵਿੱਚ ਲੋਕ ਮੈਨੂੰ ਪਾਠ ਕਰਨ ਵਾਸਤੇ ਲੈ ਕੇ ਜਾਂਦੇ ਸੀ, ਮੈਂ ਪਾਠੀ ਬਣ ਗਿਆ, ਮੈਂ ਪਾਠ ਕਰਨ ਲੱਗ ਪਿਆ, ਹੌਲੀ ਹੌਲੀ ਮੈਂ ਕੀਰਤਨ ਕਰਨ ਲੱਗ ਪਿਆ, ਹੌਲੀ ਹੌਲੀ ਮੈਂ ਢਾਡੀਆਂ ਨਾਲ ਗਾਉਣ ਲੱਗ ਪਿਆ, ਹੌਲੀ ਹੌਲੀ ਮੈਂ ਕਵੀਸ਼ਰੀ ਕਰਨ ਲੱਗ ਪਿਆ, ਤੇ ਫਿਰ ਪਤਾ ਹੀ ਨਹੀਂ ਲੱਗਿਆ ਵੀ। ਉਸ ਤੋਂ ਬਾਅਦ ਮੈਂ ਫਾਜ਼ਿਲਕਾ ਚਲਾ ਗਿਆ, ਮੈਂ ਬਕਾਇਦਾ ਸੰਗੀਤ ਸਿੱਖਿਆ, ਉਸ ਤੋਂ ਬਾਅਦ ਫਿਰ ਯਮਲਾ ਜੀ, ਮਾਨਕ ਸਾਹਿਬ, ਰਮਲਾ, ਛਿੰਦਾ, ਚਮਕੀਲਾ, ਸਰਦੂਲ, ਹੰਸ, ਮੈਂ ਕਹਿੰਦਾ ਵੀ ਪੰਜਾਬ ਦਾ ਕੋਈ ਐਸਾ ਆਰਟਿਸਟ ਨਹੀਂ ਜਿਹਨਾਂ ਦੇ ਨਾਲ ਐਕਸਪੀਰੀਅੰਸ ਕਰਨ ਦਾ ਮੌਕਾ ਨਾ ਮਿਲਿਆ ਹੋਵੇ, ਜਿਹਨਾਂ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਮੌਕਾ ਨਾ ਮਿਲਿਆ ਹੋਵੇ, ਜਿਹਨਾਂ ਨੇ ਗੀਤ ਰਿਕਾਰਡ ਕਰਨ ਦਾ ਮੌਕਾ ਨਾ ਮਿਲਿਆ ਹੋਵੇ। ਸੋ ਮਤਲਬ ਦੇਖਦਿਆਂ ਦੇਖਦਿਆਂ ਹੀ ਜਿਹੜਾ ਹੈਗਾ ਉਹ ਮੇਰਾ ਜਿਹੜਾ ਇੱਕ ਇਸ਼ਕ ਸੀਗਾ ਨਾ, ਉਹ ਪ੍ਰਮਾਤਮਾ ਨੇ ਵੀ ਪ੍ਰਵਾਨ ਕਰ ਲਿਆ, ਸਰਸਵਤੀ ਮਾਂ ਨੇ ਵੀ ਪ੍ਰਵਾਨ ਕਰ ਲਿਆ, ਤੇ ਉਸ ਤੋਂ ਬਾਅਦ ਲੋਕਾਂ ਨੇ ਵੀ ਪ੍ਰਵਾਨ ਕਰ ਲਿਆ, ਜੋ ਅੱਜ ਤੱਕ ਵੀ ਬਰਕਰਾਰ ਹੈ। ਹਾਂਜੀ ਹਾਂਜੀ, ਨਹੀਂ ਤੁਹਾਡਾ ਜਿਹੜਾ ਕੈਰੀਅਰ ਜੀ ਉਹ ਬਹੁਤ ਇਲਸਟ੍ਰਸ ਆ, ਤੇ ਤੁਸੀਂ ਦੇਖਿਆ ਬਹੁਤ ਕੁਝ। ਇੱਕ ਇਹ ਗੱਲ ਬਹੁਤ ਹੁੰਦੀ ਆ ਨਾ ਕਿ ਜਾਣੀ ਕਿ ਜਿੱਥੋਂ ਸ਼ੁਰੂ ਕਰਕੇ ਬੰਦਾ ਕਿੱਥੇ ਤੱਕ ਪਹੁੰਚਦਾ, ਕਈ ਬੰਦੇ ਪਹਿਲਾਂ ਹੀ ਚੁਬਾਰੇ ਤੇ ਜਿਹੜਾ ਚੜਿਆ ਆ ਉਹ ਆਪਣੇ ਪਿੱਛੇ ਖੰਭ ਲਾ ਕੇ ਛਾਲ ਮਾਰ ਦੇਵੇ, ਹੁਣ ਤਾਂ ਉੱਡਣਾ ਹੀ ਲੱਗਿਆ ਹੀ ਪੈਣਾ। ਹਾਂਜੀ, ਜਿਹੜਾ ਧਰਤੀ ਤੋਂ ਭੱਜ ਕੇ ਉੱਡਣਾ ਬੜਾ ਮੁਸ਼ਕਿਲ ਆ। ਤੇ ਪਰ ਇੱਕ ਜੀ ਹੋਰ ਬਹੁਤ ਮੈਂ ਤੁਹਾਨੂੰ ਪੁੱਛਣੀ ਸੀ ਗੱਲ, ਬੜੀ ਜ਼ਰੂਰੀ, ਕਿ ਤੁਸੀਂ ਨਾ ਬਹੁਤ ਸਮਾਂ ਗੁਜ਼ਾਰਿਆ ਉਸਤਾਦ ਜਮਲਾ ਜੀ ਹੁਣਾਂ ਦੇ ਗ੍ਰਹਿ ਨਿਵਾਸ ਵਿਖੇ। ਹਾਂਜੀ ਜੀ, ਉੱਥੇ ਦਾ ਮਾਹੌਲ ਤੇ ਉੱਥੇ ਤੁਹਾਡਾ ਜਾਣਾ ਕਿੱਦਾਂ ਬਣਿਆ, ਤੇ ਉੱਥੇ ਤੁਸੀਂ ਜਿਹੜਾ ਸਮਾਂ ਬਿਤਾਇਆ, ਕਿੰਨਾ ਸਮਾਂ ਬਿਤਾਇਆ, ਕਿੱਦਾਂ ਦਾ ਸਮਾਂ ਸੀ ਉਹਦੇ ਬਾਰੇ ਦੱਸੋ ਕੁਛ, ਕਿ ਉਦੋਂ ਕਿਉਂਕਿ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਦੇ ਘਰ ਦਾ ਮਾਹੌਲ ਕੀ ਸੀ ਉਸ ਵੇਲੇ, ਜਾਣੀ ਕਿ ਉੱਥੇ ਰਹਿ ਕੇ ਤੁਹਾਨੂੰ ਸਾਰੇ ਪੰਜਾਬੀ ਸੰਗੀਤ ਦੇ ਮਾਹੌਲ ਦਾ ਹੀ ਪਤਾ ਲੱਗ ਗਿਆ ਇੱਕ ਤਰੀਕੇ ਨਾਲ ਲੁਧਿਆਣੇ ਦਾ। ਬਿਲਕੁਲ ਬਿਲਕੁਲ, ਇਹ ਗੱਲ ਹੈਗੀ ਹੈ ਤਕਰੀਬਨ 80 ਦੀ ਗੱਲ ਹੈ। ਮੈਂ ਤਲਵੰਡੀ ਭਾਈ ਦੇ ਵਿੱਚ ਰਜਨੀਸ਼ ਪਬਲਿਕ ਸਕੂਲ ਹੁੰਦਾ ਸੀਗਾ, ਮੈਂ ਉਹਦੇ 'ਚ ਐਜ਼ ਅ ਮਿਊਜ਼ਿਕ ਟੀਚਰ ਕੰਮ ਕਰਦਾ ਸੀ, ਔਰ ਮੇਰੇ ਕੋਲ ਅਕੈਡਮੀ, ਉਸ ਤੋਂ ਬਾਅਦ ਮੈਂ ਅਕੈਡਮੀ ਦਾ ਕੰਮ ਕਰਦਾ ਸੀ, ਤਾਂ ਮੇਰੇ ਕੋਲ ਬੜੇ ਸਾਰੇ ਬੱਚੇ ਸਿੱਖਣ ਵਾਸਤੇ ਆਉਂਦੇ ਸੀਗੇ। ਹਾਂਜੀ, ਉਹਨਾਂ ਦੇ ਵਿੱਚ ਇੱਕ ਮੇਰੇ ਕੋਲ ਆਉਂਦਾ ਸੀ ਬੂਟਾ ਸਿੰਘ ਪਾਂਧੀ, ਉਹਨਾਂ ਦੀ ਉਮਰ ਉਸ ਵਕਤ ਹੋਊਗੀ ਕੋਈ 40 ਸਾਲ। ਅੱਛਾ ਜੀ, ਤੇ ਉਹ ਬੇਸਿਕਲੀ ਉਸ ਵਕਤ ਗਾਉਂਦੇ ਸੀਗੇ, ਲੇਕਿਨ ਗਾਉਣਾ ਛੱਡ ਗਏ ਸੀਗੇ। ਅੱਛਾ ਜੀ, ਫੋਕ ਸਿੰਗਰ ਸੀਗੇ, ਤਾਂ ਉਹ ਮੈਥੋਂ ਕਹਿੰਦੇ ਸੀ ਜੀ ਮੈਂ ਵੀ ਕਲਾਸੀਕਲ ਸਿੱਖਣਾ, ਮੈਨੂੰ ਰਾਗ ਸਿਖਾਓ। ਸੋ ਮੇਰੇ ਕੋਲ ਉਹ ਵੀ ਰਾਗਦਾਰੀ ਸਿੱਖਦੇ ਸੀਗੇ, ਤੇ ਉਹ ਜਦੋਂ ਮੇਰੇ ਕੋਲ ਆਉਂਦੇ ਸੀਗੇ ਤੇ ਮੈਨੂੰ ਸੁਣਦੇ ਸੀਗੇ, ਕਿਉਂਕਿ ਉਹ ਤਾਂ ਮੇਰੇ ਨਾਲ ਜਦੋਂ ਸੀਨੀਅਰ ਸੀ, ਮੈਂ ਤਾਂ ਉਦੋਂ 20 ਸਾਲ ਦਾ ਸੀਗਾ ਤੇ ਉਹ ਤਾਂ 40 ਸਾਲ ਤੋਂ ਵੀ ਜ਼ਿਆਦਾ ਸੀਗੇ। ਹਾਂਜੀ, ਪਰ ਮੈਨੂੰ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਮਾਸਟਰ, ਉਹ ਕਹਿੰਦੇ ਸੀਗੇ ਉਹ ਯਾਰ ਮਾਸਟਰਾ ਗੱਲ ਸੁਣ, ਕਹਿੰਦੇ ਇੱਥੇ ਤੂੰ 700-800 ਰੁਪਈਆ ਮਹੀਨੇ ਦੀ ਤਨਖਾਹ ਲੈਂਦਾ, ਤੇ ਇਹ ਇੰਨਾ ਤੇਰੇ ਟੈਲੈਂਟ ਹੈ, ਤੇ ਜਿਹਨਾਂ ਨੂੰ ਗਾਉਣਾ ਨਹੀਂ ਆਉਂਦਾ, ਜਿਹਨਾਂ ਨੂੰ ਰਾਗਾਂ ਦਾ ਨਹੀਂ ਪਤਾ, ਉਹ ਬੰਦੇ ਤਾਂ 3,000-3,000 ਰੁਪਈਆ ਲਈ ਜਾਂਦੇ ਆ ਤੇ ਅੰਬੈਸਡਰ ਗੱਡੀਆਂ 'ਚ ਘੁੰਮਦੇ ਆ, ਵੀ ਤੂੰ ਇਹ ਮਾਸਟਰੀ ਮੁਸਤਰੀ ਛੱਡ ਤੇ ਤੂੰ ਲੁਧਿਆਣੇ ਚੱਲ।
ਮੈਂ ਕਿਹਾ ਯਾਰ ਮੈਨੂੰ ਲੁਧਿਆਣੇ ਕੋਈ ਜਾਣਦਾ ਨਹੀਂ, ਨਾ ਮੈਨੂੰ ਕੋਈ ਬੜਾ ਜ਼ਿਆਦਾ ਚਸਕਾ ਹੈਗਾ ਇੰਨਾ ਜ਼ਿਆਦਾ ਪੰਜਾਬੀ ਸੰਗੀਤ ਦਾ, ਮੈਂ ਤਾਂ ਕਲਾਸੀਕਲ ਰਾਗ ਤੇ ਮੈਂ ਮਤਲਬ ਬੈਜੂ ਬਾਵਰਾ ਤਾਨਸੇਨ ਫਿਲਮਾਂ ਦੇ ਗਾਣੇ ਹੈ ਨਾ, ਮੁਗਲੇ ਆਜ਼ਮ ਦੇ ਗਾਣੇ ਮੈਂ ਤਾਂ ਉਹ ਸੁਣਦਾ। ਉਹ ਕਹਿੰਦੇ ਨਹੀਂ ਤੁਹਾਨੂੰ ਜਾਣਾ ਚਾਹੀਦਾ। ਮੈਂ ਕਿਹਾ ਚੱਲ ਫਿਰ ਆਪਾਂ ਚੱਲਦੇ ਹਾਂ। ਉਹ ਜੀ ਮੈਨੂੰ ਲੁਧਿਆਣਾ ਹੈ ਯਮਲਾ ਜੀ ਦੇ ਨਾਲ, ਉਹਦੀ ਜਾਣ ਪਛਾਣ ਸੀ ਤੇ ਉਹ ਮੈਨੂੰ ਯਮਲਾ ਜੀ ਦੇ ਡੇਰੇ ਚ ਲੈ ਗਏ। ਹਾਂਜੀ, ਬੱਸ ਸਟੈਂਡ ਦੇ ਬਿਲਕੁਲ ਨਾਲ ਜਵਾਹਰ ਨਗਰ ਹੈ ਜਿੱਥੇ ਬਹੁਤ ਭੀੜ ਭੜੱਕੇ ਵਾਲਾ ਏਰੀਆ, ਬਹੁਤ ਜ਼ਿਆਦਾ ਕੰਜਸਟਡ ਟਾਈਪ ਏਰੀਆ, ਹੁਣ ਵੀ ਤੇ ਪਹਿਲਾਂ ਵੀ। ਹਾਂਜੀ, ਸੋ ਮੈਨੂੰ ਉੱਥੇ ਲੈ ਗਏ ਤੇ ਯਮਲਾ ਜੀ ਨੂੰ ਮਿਲਾਇਆ। ਮੈਂ ਪਹਿਲੀ ਵਾਰੀ ਯਮਲਾ ਜੀ ਦੇ ਦਰਸ਼ਨ ਕੀਤੇ ਤੇ ਉਹ ਕਹਿੰਦੇ ਵੀ ਉਸਤਾਦ ਜੀ ਕਹਿੰਦੇ ਸੀ, ਕਹਿੰਦੇ ਉਸਤਾਦ ਜੀ ਇਹ ਮੁੰਡਾ ਲੈ ਕੇ ਆਉਂਦਾ ਮੈਂ ਤੇ ਇਹ ਮੁੰਡਾ ਬਹੁਤ ਟੈਲੈਂਟਡ ਹੈ, ਇਹਨੂੰ ਸੁਣ ਕੇ ਦੇਖੋ ਤੁਸੀਂ। ਹਾਂਜੀ, ਉਹ ਕਹਿੰਦੇ ਕੀ ਗਾਉਣਾ ਹੋਏ। ਹਾਂਜੀ, ਮੈਂ ਕਿਹਾ ਜੀ ਗਾਣਾ ਗੁਣਾ ਤਾਂ ਕੁਛ ਨੀ ਆਉਂਦਾ ਉਹਨਾਂ ਦਾ, ਯਮਲਾ ਜੀ ਦਾ ਬੋਲਚਾਲ ਏਦਾਂ ਦਾ ਹੀ ਸੀਗਾ, ਮੈਂ ਰੁੱਖਾ ਜਿਹਾ ਹੀ ਸੀਗਾ। ਹਾਂਜੀ, ਉਹ ਕੀ ਗਾਉਣਾ ਆਉਂਦਾ ਤੈਨੂੰ, ਗਾ ਗੂ ਵੀ ਲੈਣਾ ਕੋਈ ਮਾਰੀ ਜਾਂਦਾ। ਮੈਂ ਕਿਹਾ ਨਹੀਂ ਜੀ ਗਾਉਣਾ ਗੁਣਾ ਤਾਂ ਨੀ ਜੀ ਆਉਂਦਾ, ਮੈਂ ਤਾਂ ਮਾੜਾ ਮੋਟਾ ਟੀਚਰ ਹੈ ਜੀ, ਮੈਂ ਰਾਗ ਰੂਪ ਜਾਣਦਾ, ਉਹ ਮੈਂ ਸਿਖਾ ਦਿੰਦਾ। ਕਹਿੰਦੇ ਸੜਾ ਕੋਈ, ਮੈਨੂੰ ਉਹ ਕਹਿਣ ਲੱਗੇ ਕਹਿੰਦੇ ਕਹਿੰਦੇ ਜੈਜਾਵੰਤੀ ਆਉਂਦੀ ਹੈ। ਮੈਂ ਕਿਹਾ ਹਾਂਜੀ ਜੈਜਾਵੰਤੀ ਆਉਂਦੀ ਹੈ। ਕਹਿੰਦੇ ਸੜਾ। ਮੈਂ ਉਹਨਾਂ ਨੂੰ ਜੈਜਾਵੰਤੀ ਦੇ ਵਿੱਚ ਇੱਕ ਬੰਦਿਸ਼, ਕਿਉਂਕਿ ਮੈਂ ਰਾਗ ਸਿੱਖੇ ਸੀਗੇ, ਤਾਜ਼ੇ ਤਾਜ਼ੇ ਸਿੱਖੇ ਸੀ ਤੇ ਮੈਨੂੰ ਗਾਉਣ ਦਾ ਵੀ ਸੁਣਨ ਦਾ ਵੀ ਬੜਾ ਭੁੱਖ ਸੀਗਾ। ਮੈਂ ਉਹਨਾਂ ਨੂੰ ਕੋਈ ਜੈਜਾਵੰਤੀ ਦੇ ਵਿੱਚ ਕੋਈ ਮਤਲਬ ਜਿਹੜੀ ਬੰਦਿਸ਼ ਸੁਣਾਈ ਵਿਦ ਸਰਗਮਾ ਤਾਨਾ ਅਲਾਪ ਸਾਰਾ ਕੁਛ ਲਗਾ ਕੇ ਉਹ ਸੁਣੀ ਉਹਨਾਂ ਨੇ ਤੇ ਮੈਂ 10-15 ਮਿੰਟ ਗਾਇਆ। ਔਰ ਉਹ ਮੈਨੂੰ ਸੁਣਦੇ ਸੁਣਦਿਆਂ ਜਦੋਂ ਮੈਂ ਤਾਰ ਸਪਤਕ ਦੇ ਵਿੱਚ ਉੱਪਰ ਤਾਨਾ ਲਾਈਆਂ, ਮੈਂ ਬਾਬੇ ਦੀ ਕਿਰਪਾ ਨਾਲ ਕਿਉਂਕਿ ਢਾਡੀਆਂ ਨਾਲ ਗਾਇਆ, ਹਾਰਮੋਨੀਅਮ ਜਿਹੜਾ ਉਹ ਸਾਰਾ ਹੀ ਮਤਲਬ ਤਿੰਨੇ ਸਪਤਕ ਮੈਂ ਬੜੇ ਆਰਾਮ ਨਾਲ ਬੜੀ ਆਸਾਨੀ ਨਾਲ ਰਿਕਾਰਡਿੰਗ ਚ ਵੀ ਲਾ ਲੈਂਦਾ ਤੇ ਹੋਰ ਵੀ ਬੜੇ ਲੋਕ ਇਕੱਠੇ ਹੋ ਗਏ ਕਿਉਂਕਿ ਭੀੜ ਭੜੱਕੇ ਵਾਲਾ ਇਲਾਕਾ ਸੀ, ਹੋਰ ਵੀ ਲੋਕ ਇਕੱਠੇ ਹੋ ਗਏ। ਮੈਂ ਜਦੋਂ ਅੱਖਾਂ ਖੋਲੀਆਂ ਤੇ ਮੈਂ ਦੇਖਿਆ ਉੱਥੇ 20-25 ਬੰਦੇ ਸੀਗੇ। ਉਹ ਮੈਨੂੰ ਕਹਿੰਦੇ ਖੜਾ ਹੋ ਗਿਆ, ਖੜਾ ਹੋ ਜਾ। ਮੈਂ ਖੜਾ ਹੋ ਗਿਆ, ਮੈਂ ਕਿਹਾ ਪਤਾ ਨੀ ਕੀ ਕਹਿਣਗੇ, ਬਾਹਰ ਨਿਕਲ ਜਾ। ਉਹਨਾਂ ਨੇ ਮੈਨੂੰ ਜੱਫੀ ਚ ਲੈ ਲਿਆ, ਮੈਨੂੰ ਜੱਫੀ ਚ ਲੈ ਲਿਆ। ਮੈਨੂੰ ਕਹਿੰਦੇ ਯਾਰ ਤੂੰ ਤਾਂ ਹੀਰਾ ਮੁੰਡਾ ਤੇ ਕੀ ਕਰਦਾ। ਮੈਂ ਦੱਸਿਆ ਜੀ ਮੈਂ ਇਸ ਤਰ੍ਹਾਂ ਕਿੰਨੇ ਪੈਸੇ ਲੈਂਦਾ। ਮੈਂ ਕਿਹਾ ਜੀ 800-900 ਰੁਪਇਆ ਮੈਨੂੰ ਮਿਲਦਾ ਸੀ। ਮੈਂ ਕਿਹਾ ਜੀ 800-900 ਰੁਪਇਆ ਮਿਲਦਾ। ਕਹਿੰਦੇ ਗੱਲ ਸੁਣੋ, ਛੱਡ ਪਰੇ 800-900 ਨੂੰ, ਤੂੰ ਸਾਡੇ ਡੇਰੇ ਚ ਰਹਿ, ਡੇਰੇ ਚ ਰਹਿ ਕੇ ਆਹ ਮੇਰੇ ਮੁੰਡੇ ਆ ਜਸਵਿੰਦਰ ਤੇ ਜਸਦੇਵ ਤੇ ਖੁੱਡੂ ਤੇ ਘੁੰਨੂ ਤੇ ਗੁੱਡੂ ਤੇ ਗੰਦਾ, ਇਹ ਸਾਰੇ ਮੁੰਡੇ ਉਹਨਾਂ ਦੇ। ਹਾਂਜੀ, ਕਹਿੰਦੇ ਇਹਨਾਂ ਨੂੰ ਸਿਖਾਉਣਾ ਤੂੰ ਰਾਗ ਸਿਖਾਉਣੇ ਆ, ਰੋਟੀ ਪਾਣੀ ਇੱਥੇ ਖਾਣੀ ਹੈ ਤੇ ਦੇਖੀ ਚੱਲ ਵੀ ਤੈਨੂੰ ਕਲਾਕਾਰ ਬਣਾ ਦਾਂਗੇ। ਮੈਂ ਕਿਹਾ ਜੀ ਚਲੋ। ਮੈਂ ਸੋਚਦਾ ਮੈਂ ਉਹਨਾਂ ਕੋਲ ਬੈਠਿਆ, ਉਹਨਾਂ ਤੋਂ ਵੀ ਗਾਣੇ ਸੁਣੇ, ਉਸ ਤੋਂ ਬਾਅਦ ਅਸੀਂ ਵਾਪਸ ਤਲਵੰਡੀ ਆ ਗਏ। ਫਿਰ ਉਹ ਤਲਵੰਡੀ ਆ ਕੇ ਮੈਨੂੰ ਫਿਰ ਲੱਗਿਆ ਕਿ ਹਾਂ ਯਾਰ ਵੀ ਉਹ ਜਿਹੜੀ ਗੱਲ ਕਹਿ ਰਹੇ ਆ ਏਡੇ ਵੱਡੇ ਉਸਤਾਦ ਹੈ। ਮੈਂ ਉਹਨਾਂ ਫਿਰ ਸੁਣਿਆ, ਹੋਰ ਗਾਣੇ ਸੁਣੇ ਤੇ ਢਾਈ ਵਾਲੇ ਗੀਤਾਂ ਚ ਗਾਣੇ ਹੀ ਉਹਨਾਂ ਦੇ ਆਉਂਦੇ ਹੁੰਦੇ ਸੀਗੇ। ਸੋ ਮੈਂ ਫਿਰ ਮਨ ਬਣਾ ਲਿਆ ਤੇ ਮੈਂ ਉਹਨਾਂ ਨੂੰ ਦਿੱਤਾ ਰਿਜ਼ਾਇਨ। ਮੈਂ ਕਿਹਾ ਜੀ ਮੈਂ ਛੱਡ ਕੇ ਚੱਲਿਆ। ਉਹਨਾਂ ਨੇ ਮੇਰੇ ਬੜੇ ਮਗਰ ਬੰਦੇ ਲਾਏ ਵੀ ਤੂੰ ਛੱਡ ਕੇ ਨਾ ਜਾ, ਕਿਉਂਕਿ ਉਹਨਾਂ ਦੇ ਸਕੂਲ ਦੇ ਵਿੱਚ ਬੜੀ ਬੱਲੇ ਬੱਲੇ ਹੋ ਗਈ ਸੀ ਕਿ ਟੀਚਰ ਬੜਾ ਵਧੀਆ। ਸੋ ਮੈਂ ਫਿਰ ਫਾਜ਼ਿਲਕਾ ਚਲਾ ਗਿਆ ਜੀ, ਸੋਰੀ ਮੈਂ ਚਲਾ ਗਿਆ ਲੁਧਿਆਣੇ। ਲੁਧਿਆਣੇ ਜਾ ਕੇ ਯਮਲਾ ਜੀ ਕੋਲੇ ਮੈਂ ਤਕਰੀਬਨ 6 ਮਹੀਨੇ ਉਹਨਾਂ ਦੇ ਡੇਰੇ ਚ ਰਿਹਾ ਤੇ ਉਹਨਾਂ ਦੇ ਪਰਿਵਾਰ ਨਾਲ ਮੇਰੀ ਬਹੁਤ ਜ਼ਿਆਦਾ ਪਿਆਰ ਹੋ ਗਿਆ। ਉਸ ਤੋਂ ਬਾਅਦ ਜਿੰਨੇ ਉਸ ਏਰੀਏ ਦੇ ਮੁੰਡੇ ਸੀ ਉਹ ਏਰੀਆ ਐਸਾ ਸੀ ਸੰਗਤਾਰ ਕਿ ਉੱਥੇ ਸਾਰੇ ਬੰਦੇ ਜਿਹੜੇ ਮਤਲਬ ਮਜੀਸ਼ੀਅਨ ਹੀ ਸੀਗੇ। ਮਾਹੌਲ ਬਹੁਤ ਵਧੀਆ ਸੀਗਾ ਜੀ ਉੱਥੇ, ਉਹ ਬੰਦੇ ਨੂੰ ਇਨਸਪੀਰੇਸ਼ਨ ਬਹੁਤ ਮਿਲਦੀ ਹੈ ਉਹ ਤੋਂ। ਕੈਂਪ ਕੈਂਪ ਕਹਿ ਦਿੰਦੇ ਆ ਕਿਉਂਕਿ ਨਾਲ ਹੀ ਕਲਾਕਾਰਾਂ ਦੇ ਦਫ਼ਤਰ ਸੀਗੇ ਤੇ ਜਿੰਨੇ ਵੀ ਮਜੀਸ਼ੀਅਨ ਸੀਗੇ ਉਹ ਸਾਰੇ ਮਜੀਸ਼ੀਅਨ ਕੈਂਪ ਦੇ ਵਿੱਚ ਹੀ ਰਹਿੰਦੇ ਸੀਗੇ। ਸੋ ਮੈਂ ਵੀ ਕੈਂਪ 'ਚ ਰਹਿਣ ਲੱਗ ਪਿਆ ਤੇ ਜਦੋਂ ਕਿਸੇ ਨੂੰ ਲੋੜ ਹੁੰਦੀ ਸੀਗੀ, ਮਤਲਬ ਇੱਕ ਦਿਨ ਕੀ ਹੋਇਆ ਵੀ ਮੁਹੰਮਦ ਸਦੀਕ ਸਾਹਿਬ ਦਾ ਹਾਰਮੋਨੀਅਮ ਮਾਸਟਰ ਜਿਹੜਾ ਦੀਪ, ਬੜਾ ਜ਼ਬਰਦਸਤ ਹਾਰਮੋਨੀਅਮ ਪਲੇਅਰ ਸੀਗਾ, ਪੈਰਾਂ ਵਾਲੀ ਪੇਟੀ ਵਜਾਉਂਦਾ ਸੀਗਾ, ਉਹ ਦੋਨਾਂ ਹੱਥਾਂ ਨਾਲ ਹਾਰਮੋਨੀਅਮ ਵਜਾਉਂਦਾ ਸੀ, ਬੜਾ ਕਮਾਲ ਦਾ ਬੰਦਾ ਸੀ। ਉਹ ਕਿਤੇ ਖਾ ਪੀ ਕੇ ਸੌਂ ਗਿਆ, ਉਹ ਉੱਠਿਆ ਹੀ ਨਹੀਂ ਤੇ ਸਦੀਕ ਸਾਹਿਬ ਨੇ ਪ੍ਰੋਗਰਾਮ ਤੇ ਜਾਣਾ ਸੀ। ਦਿਨ 'ਚ 3-3 ਪ੍ਰੋਗਰਾਮ ਹੁੰਦੇ ਉਹਨਾਂ ਦੇ। ਹਾਂਜੀ ਹਾਂਜੀ, ਤੇ ਸਦੀਕ ਸਾਹਿਬ ਖੁਦ ਗੱਡੀ ਦੇ ਵਿੱਚ ਆਏ ਅੰਬੈਸਟਰ ਗੱਡੀ ਦੇ ਵਿੱਚ ਤੇ ਲੱਭਦੇ ਫਿਰਨ ਵੀ ਵਾਜੇ ਵਾਲਾ ਬੰਦਾ ਚਾਹੀਦਾ, ਵਾਜਾ ਵਜਾਉਣ ਵਾਲਾ ਚਾਹੀਦਾ। ਤੇ ਉਹ ਲੱਭਦੇ ਲੱਭਦੇ ਯਮਲਾ ਜੀ ਦੇ ਘਰ ਕੋਲੇ ਆ ਗਏ ਤੇ ਉਹਨੇ ਕਿਸੇ ਨੂੰ ਪੁੱਛਿਆ ਵੀ ਇੱਥੇ ਕੋਈ ਵਾਜੇ ਵਾਲਾ ਹੈਗਾ? ਉਹ ਕਹਿੰਦੇ ਹਾਂਜੀ, ਆ ਮੁੰਡਾ ਇੱਕ ਨਵਾਂ ਆਇਆ, ਬਹੁਤ ਵਧੀਆ ਕਲਾਸੀਕਲ ਜਾਣਦਾ। ਉਹ ਕਹਿੰਦੇ ਆ ਜਾ। ਹਾਂਜੀ, ਮੈਨੂੰ ਕਹਿੰਦੇ ਹੈਗਾ ਵਾਜਾ? ਮੈਂ ਕਿਹਾ ਹਾਂਜੀ। ਤਾਂ ਮੈਂ ਵਾਜਾ ਰੱਖਿਆ ਗੱਡੀ 'ਚ ਬਹਿ ਗਿਆ, ਮੈਨੂੰ ਕੋਈ ਪਤਾ ਨਹੀਂ ਕੀ ਵਜਾਉਣਾ ਕੀ ਨਹੀਂ ਵਜਾਉਣਾ। ਸਟੇਜ ਤੇ ਗਏ, ਮੈਨੂੰ ਕਹਿੰਦੇ ਤੈਨੂੰ ਰਾਗਾਂ ਦਾ ਪਤਾ? ਮੈਂ ਕਿਹਾ ਜੀ ਜਿਹੜਾ ਮਰਜ਼ੀ ਰਾਗ ਵਜਾ ਦਿਓ ਤੁਸੀਂ, PhD ਦੇ ਰਾਗ ਵੀ ਵਜਾ ਦਿਓ, ਉਹ ਵੀ ਵਜਾਉਂਗਾ ਮੈਂ। ਕੋਨਫੀਡੈਂਸ ਸੀ ਬਹੁਤ ਜ਼ਿਆਦਾ। ਸਦੀਕ ਸਾਹਿਬ ਨਾਲ ਪਹਿਲੀ ਸਟੇਜ ਲਾਈ, ਦੂਜੀ ਲਾਈ, ਤੀਜੀ ਲਾਈ, ਉਦੋਂ ਬਾਅਦ ਮੈਂ ਜਦੋਂ ਸਟੇਜ ਲਾਈ ਤੇ ਮਜੀਸ਼ੀਅਨ ਸਾਰੇ ਕਹਿਣ ਲੱਗ ਪਏ ਵੀ ਯਾਰ ਇਹ ਮੁੰਡਾ ਬਾਹਰੋਂ ਆਇਆ ਵਿਆ ਤੇ ਬੜਾ ਮਾਸਟਰ ਬੰਦਾ। ਮੈਂ ਇਕੱਲਾ ਹੀ
ਹਾਰਮੋਨੀਅਮ ਦੇ ਉੱਤੇ ਸਟੇਜ ਪੂਰੀ ਕੱਢਦਾ ਸੀਗਾ। ਉਸ ਤੋਂ ਬਾਅਦ ਐਂ ਕਿਤੇ ਰਮਲਾ ਭਾਜੀ ਨੂੰ ਲੋੜ ਪੈ ਗਈ, ਉਹ ਤਾਂ ਮੈਨੂੰ ਜਾਣਦੇ ਵੀ ਸੀਗੇ, ਰਮਲਾ ਜੀ ਨਾਲ ਲੈ ਗਏ। ਐਂ ਕਿਤੇ ਚਮਕੀਲੇ ਨੂੰ ਲੋੜ ਪੈ ਗਈ, ਚਮਕੀਲਾ ਸਾਹਿਬ ਲੈ ਗਏ, ਛਿੰਦਾ ਭਾਜੀ ਲੈ ਗਏ, ਮਾਨਕ ਸਾਹਿਬ ਨਾਲ ਚਲੇ ਗਏ, ਪਿਆਰਾ ਸਿੰਘ ਪੰਛੀ ਸੀਗੇ, ਪਤਾ ਨੀ ਕਿੰਨੇ ਆਰਟਿਸਟਾਂ ਦਾ ਨਾਂ ਲਵਾਂ ਮੈਂ ਸਾਰਿਆਂ ਦੇ ਨਾਲ। ਉਹ ਫਿਰ ਤੁਹਾਡਾ ਸਰਕਲ ਬਣ ਗਿਆ ਜੀ, ਇੱਕ ਸਰਕਲ ਬਣ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਮਰਜ਼ੀ ਬੰਦਾ ਲੈ ਜੇ ਨੇ ਸਟੇਜ ਤੇ ਜਾ ਕੇ ਵਜਾ ਦੇ। ਸੋ ਉਹ ਟਾਈਮ ਸੀਗਾ ਜੀ 80 ਤੋਂ ਲੈ ਕੇ 82 ਤੱਕ, ਫਿਰ ਮੈਂ 2 ਸਾਲ ਉੱਥੇ ਇਹਦਾ ਸਾਰੇ ਆਰਟਿਸਟਾਂ ਨਾਲ ਰਿਹਾ ਤੇ ਬੜਾ ਵਧੀਆ ਐਕਸਪੀਰੀਅੰਸ ਰਿਹਾ, ਬੜਾ ਅੱਛਾ ਮਾਹੌਲ ਹੁੰਦਾ ਸੀਗਾ। ਇੱਕ ਦਿਨ ਚ 3-3 ਪ੍ਰੋਗਰਾਮ ਹੁੰਦੇ ਸੀਗੇ, ਇੱਕ ਅੰਬੈਸਡਰ ਗੱਡੀ ਹੁੰਦੀ ਸੀ, ਗੱਡੀ ਦੇ ਵਿੱਚ ਹੀ ਗਾਉਣ ਵਾਲੇ ਹੁੰਦੇ ਸੀ, ਵਿੱਚ ਹੀ ਮਜੀਸ਼ੀਅਨ ਹੁੰਦੇ ਸੀਗੇ, ਸਾਊਂਡ ਗੁਰਦੁਆਰੇ ਦੀ ਹੁੰਦੀ ਸੀ, ਨਿੱਕੀ ਮੋਟੀ ਸਾਊਂਡ ਹੁੰਦੀ ਸੀ, ਪਰ ਜੋ ਮਜ਼ਾ ਆਉਂਦਾ ਸੀ, ਜੋ ਸਾਊਂਡ ਆਉਂਦੀ ਸੀ, ਜੋ ਲੋਕਾਂ ਨੂੰ ਸਵਾਦ ਆਉਂਦਾ ਸੀ, ਉਹ ਅੱਜ ਚਾਹੇ ਤੁਸੀਂ 5 ਲੱਖ ਰੁਪਇਆ ਲਾ ਦੋ, ਉਹ ਸਾਊਂਡ ਦੀ ਟੋਨ ਨਹੀਂ ਆ ਸਕਦੀ। ਜਾਂ ਆਪਾਂ ਇਹ ਕਹਿ ਦਈਏ ਸੰਤਾਰ ਬਾਈ, ਜਿਹੜੀ HMV ਦੇ ਵਿੱਚ ਜਿਹੜੇ ਗਾਣੇ ਰਿਕਾਰਡ ਹੋਏ ਆ ਨਾ, ਸੈਵਨਟੀ ਤੋਂ ਲੈ ਕੇ ਮੈਨੂੰ ਲੱਗਦਾ 2000 ਤੱਕ ਹੀ ਮਤਲਬ ਇਹ ਚੱਲਿਆ ਕੰਮ। ਉਸ ਤੋਂ ਬਾਅਦ ਤਾਂ ਫਿਰ HMV ਵਾਲਾ ਸਟੂਡੀਓ ਵੀ ਬੰਦ ਹੋ ਗਿਆ, ਨਿਰੀਕੋ ਕੰਪਨੀ ਵੀ ਬੰਦ ਹੋ ਗਈ, ਨਰੂਲਾ ਸਾਹਿਬ ਵੀ ਛੱਡ ਗਏ, ਊਜਾ ਸਾਹਿਬ ਵੀ ਫਿਰ ਆਪਣਾ ਸਟੂਡੀਓ ਬਣਾ ਲਿਆ, ਪਰ ਉਹ ਦਰਿਆ ਗੰਜ ਵਾਲੀ ਜਿਹੜੀ HMV ਸਟੂਡੀਓ ਦੀ ਦਾਦਾ ਜਿਹੜੀ ਸਾਊਂਡ ਕੱਢਦਾ ਸੀ, ਉਹ ਸਾਊਂਡ ਨਾ ਮਿਲੀ, ਨਾ ਉਹ ਪ੍ਰਸੰਨਾ ਮਿਲਿਆ, ਨਾ ਉਹ ਯੂਸਫ ਮਿਲਿਆ, ਨਾ ਉਹ ਰੰਗ ਬਾਈ ਮਿਲਿਆ, ਉਹ ਬੰਦੇ ਨਹੀਂ ਮਿਲੇ ਜੀ। ਹਾਂ ਹਾਂ, ਇੱਕ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ ਆ ਕਿ ਜਿਹੜੀ ਉਹ ਸਾਊਂਡ ਸੀਗੀ ਨਾ ਜੀ, ਉਹ ਅਸਲ ਵਿੱਚ ਠੀਕ ਆ, ਇੰਜੀਨੀਅਰ ਵੀ ਬਹੁਤ ਮਹਾਨ ਸੀਗੇ ਉਹ, ਪਰ ਉਹ ਪਲੇਅਰ ਵੀ ਇੰਨੇ ਮਹਾਨ ਸੀਗੇ ਕਿ ਉਹ ਜਦੋਂ ਵਜਾਉਂਦੇ ਸੀਗੇ ਕਿਤੇ ਵੀ ਬੈਠ ਕੇ ਤੇ ਉਹ ਆਪ ਹੀ ਇੱਕ ਸਾਊਂਡ ਬਣਦੀ ਸੀ। ਬਿਲਕੁਲ ਬਿਲਕੁਲ, ਤੇ ਬਸ ਉਹਨੂੰ ਕੈਪਚਰ ਹੀ ਕਰਨਾ ਸੀ, ਬੰਦੇ ਉਸਤਾਦ ਸੀਗੇ ਸਾਰੇ, ਉਹ ਆਪ ਹੀ ਇੱਕ ਦੂਜੇ ਨੂੰ ਬੈਲੈਂਸ ਕਰ ਦਿੰਦੇ, ਆਪ ਹੀ ਇੱਕ ਦੂਜੇ ਨਾਲ, ਉਹਨਾਂ ਨੂੰ ਪਤਾ ਸੀ ਕਿੰਨੀ ਲਾਊਡ ਵਜਾਉਣਾ, ਭਾਵੇਂ ਉਹਨਾਂ ਨੂੰ ਕਮਰੇ 'ਚ ਇਕੱਠੇ ਕਰ ਲਓ, ਹਾਂਜੀ ਜਿੱਥੇ ਉੱਥੇ ਹੀ ਇੱਦਾਂ ਲੱਗਦਾ ਕਿ ਰਿਕਾਰਡ ਚੱਲ ਪਿਆ। ਹਾਂਜੀ ਜੀ ਬਿਲਕੁਲ। ਤੇ ਫਿਰ ਤੁਸੀਂ ਮਿਊਜ਼ਿਕ 'ਚ ਕਿੱਦਾਂ ਆਏ ਜੀ, ਮਿਊਜ਼ਿਕ ਕਿੱਦਾਂ ਦੇਣ ਲੱਗੇ, ਕਿੱਥੋਂ ਸ਼ੁਰੂ ਕੀਤਾ ਤੁਸੀਂ? ਮਿਊਜ਼ਿਕ ਇਸ ਤਰ੍ਹਾਂ ਸੀਗਾ ਜੀ, ਮੈਂ ਅਸਲ 'ਚ ਪਹਿਲੀ ਵਾਰੀ ਜਦੋਂ ਦੂਰਦਰਸ਼ਨ 'ਤੇ ਮੈਂ ਗਿਆ ਤੇ ਮੈਂ ਕੁਲਵਿੰਦਰ ਕਮਲ ਮੇਰਾ ਦੋਸਤ ਹੈ, ਉਹਦੇ ਨਾਲ ਮੈਂ ਹਾਰਮੋਨੀਅਮ ਵਜਾਉਣ ਵਾਸਤੇ ਗਿਆ ਸੀਗਾ, ਰਿਕਾਰਡਿੰਗ ਉਹਦੀ ਸੀ, ਮੈਂ ਉੱਥੇ ਹਾਰਮੋਨੀਅਮ ਵਜਾਉਣਾ ਸੀਗਾ। ਅੱਛਾ ਜੀ। ਸੋ ਉਸ ਦਿਨ ਵੀ ਇਹ ਹੋਇਆ ਵੀ ਮੈਂਡੋਲੀਨ ਵਾਲੇ ਨੇ ਆਉਣਾ ਸੀਗਾ, ਉਹ ਮੈਂਡੋਲੀਨ ਵਾਲਾ ਨਹੀਂ ਆਇਆ, ਸਿਰਫ ਰਿਦਮ ਵਾਲੇ ਬੰਦੇ ਫਰੀ ਕੋਟੋ ਗਏ ਸੀਗੇ, ਮੈਂ ਵਾਜਾ ਵਜਾਉਣ ਵਾਸਤੇ ਗਿਆ ਸੀਗਾ ਤੇ ਮਜੀਸ਼ੀਅਨ ਨਹੀਂ ਆਏ, ਉਹ ਕਹਿੰਦੇ ਜੀ ਚਲੋ ਐਂ ਕਰੋ ਰਿਕਾਰਡਿੰਗ ਕਰੋ ਤੁਸੀਂ। ਸੋ ਮੈਂ ਇਕੱਲੇ ਹਾਰਮੋਨੀਅਮ ਦੇ ਉੱਤੇ ਸਾਰਾ ਗਾਣਾ ਜਿਹੜਾ ਉਹ ਕੀਤਾ। ਹਾਂਜੀ। ਤੇ ਕੁਲਵਿੰਦਰ ਕਮਲ ਨੇ ਗਾਣਾ ਗਾਇਆ, ਗਾਣਾ ਮਾਰਕੀਟ ਦੇ ਵਿੱਚ ਉਹ ਆ ਗਿਆ, ਲੱਗਿਆ ਗਾਣਾ ਟੀਵੀ ਦੇ ਉੱਤੇ, ਲੋਕਾਂ ਨੇ ਬਹੁਤ ਪਸੰਦ ਕੀਤਾ। ਤਾਂ ਸੈਕਿੰਡ ਟਾਈਮ ਫਿਰ ਉਹ ਦੂਰਦਰਸ਼ਨ ਵਾਲਿਆਂ ਨੇ ਕੁਲਵਿੰਦਰ ਨੂੰ ਕਿਹਾ ਵੀ ਯਾਰ ਉਹ ਇੱਕ ਮੁੰਡਾ ਤੇਰੇ ਨਾਲ ਆਇਆ ਸੀਗਾ, ਉਹ ਬੰਦਾ ਚਾਹੀਦਾ ਸਾਨੂੰ, ਅਸੀਂ ਕੁਝ ਗਾਣੇ ਰਿਕਾਰਡ ਕਰਨੇ ਆ। ਮਾਸਟਰ ਸਤੀਸ਼ ਜੀ ਹੁੰਦੇ ਸੀਗੇ, ਉਹ ਢਿੱਲੇ ਹੋ ਗਏ ਸੀਗੇ ਕਿਤੇ, ਉਹ ਮਿਊਜ਼ਿਕ ਡਾਇਰੈਕਟਰ ਹੁੰਦੇ ਸੀ ਉਸ, ਇੱਕ ਪ੍ਰਮੋਦ ਜੀ ਹੁੰਦੇ ਸੀ, ਇੱਕ ਸਤੀਸ਼ ਜੀ ਹੁੰਦੇ ਸੀਗੇ, ਤੇ ਮੈਨੂੰ ਉਹਨਾਂ ਨੇ ਬੁਲਾਇਆ, ਅਮਰਜੀਤ ਕੁੱਕੂ ਭਾਜੀ ਨੇ, ਮੈਂ ਉੱਥੇ ਗਿਆ ਤੇ ਉਹ ਕਹਿਣ ਲੱਗੇ ਯਾਰ 4-5 ਗਾਣੇ ਰਿਕਾਰਡ ਕਰਨੇ ਆ ਤੇ ਹਾਰਮੋਨੀਅਮ ਤੇ, ਤੂੰ ਮਿਊਜ਼ਿਕ ਡਾਇਰੈਕਟਰ ਸਾਡਾ। ਮੈਂ ਕਿਹਾ ਜੀ ਜ਼ਰੂਰ ਜੀ ਮੈਂ ਕਰੂੰਗਾ, ਮੈਨੂੰ ਤਾਂ ਚਾਂਸ ਚਾਹੀਦਾ ਸੀ। ਹਾਂਜੀ ਹਾਂਜੀ। ਸੋ ਮੈਂ ਉਹ 4-5 ਗਾਣੇ ਰਿਕਾਰਡ ਕਰਨ ਵਾਸਤੇ ਗਿਆ, 2 ਦਿਨਾਂ ਦੇ ਵਿੱਚ ਅਸੀਂ 4-5 ਗਾਣੇ ਰਿਕਾਰਡ ਕੀਤੇ, ਰੰਜਣਾ ਜੀ, ਸਰਬਜੀਤ ਕੋਕੇ ਵਾਲੀ, ਔਰ ਗੁਰੂ ਆਪਣੇ ਕਿਹੜੇ ਹੈਗੇ ਹੁਸ਼ਿਆਰਪੁਰ ਵਾਲੇ ਜਿਹੜੇ ਹੈਗੇ ਆਪਣੇ ਇੱਕ ਬੜੇ ਫਨਕਾਰ ਨੇ, ਉਹਨਾਂ ਦੀ ਰਿਕਾਰਡਿੰਗ ਸੀ, ਉਹ ਮੈਂ ਕੀਤੀ, ਗੁਰਦੀਪ ਜੀ। ਹਾਂਜੀ ਹਾਂਜੀ ਜੀ। ਸੋ ਉਹ ਰਿਕਾਰਡਿੰਗ ਹੋਈ, ਰਿਕਾਰਡਿੰਗ ਪਰਫਾਰਮੈਂਸ ਹੋਈ, ਲੋਕਾਂ ਨੇ ਬਹੁਤ ਪਸੰਦ ਕੀਤਾ, ਤੇ ਉਸ ਤੋਂ ਬਾਅਦ ਮੈਨੂੰ ਇੱਕ ਵਾਰੀ ਉਹਨਾਂ ਨੇ 3ਵੀਂ ਵਾਰੀ ਫਿਰ ਬੁਲਾਇਆ ਤੇ ਉਹ ਕਹਿਣ ਲੱਗੇ ਯਾਰ ਸੁਣਿਆ ਤੂੰ ਗਾ ਵੀ ਬਹੁਤ ਵਧੀਆ ਲੈਂਦਾ। ਮੈਂ ਕਿਹਾ ਜੀ ਮਾੜਾ ਮੋਟਾ ਜਿਹਾ ਗਾ ਲੈਂਦਾ, ਕੋਈ ਜ਼ਿਆਦਾ ਨਹੀਂ। ਕਹਿੰਦੇ ਗਾਣਾ ਸੁਣਾ। ਸੋ ਮੈਂ ਉਸ ਵਾਰ ਗਜ਼ਲ ਗਾਉਂਦਾ ਸੀਗਾ ਤੇ ਮੈਂ ਪਿਆਰਾ ਸਿੰਘ ਨਿਰਸ਼ਲ ਜੀ ਦੀ ਇੱਕ ਗਜ਼ਲ ਸੀ, ਇੱਕ ਅੱਜ ਵੀ ਨਜ਼ਾਰਾ ਛਾ ਜਾਂਦਾ, ਜਦ ਵੀ ਤੈਨੂੰ ਤੱਕਦਾ ਹਾਂ, ਹਰ ਜ਼ਰਰਾ ਹੀ ਰੋਸ਼ਨ ਆ ਜਾਂਦਾ, ਜਦ ਵੀ ਤੈਨੂੰ ਤੱਕਦਾ ਹਾਂ। ਮੈਂ ਉਹ ਗਜ਼ਲ ਸੁਣਾਈ ਉਹਨਾਂ ਨੂੰ, ਉਹ ਕਹਿੰਦੇ ਰਿਕਾਰਡ ਕਰੋ। ਹਾਂਜੀ ਰਿਕਾਰਡ ਕਰੋ। ਹਾਂ, ਉਹਨਾਂ ਨੇ ਜੀ MS ਭਾਰਜ ਹੁੰਦੇ ਸੀਗੇ, ਉਹਨਾਂ ਦਾ ਪ੍ਰੋਗਰਾਮ ਸੀਗਾ ਯਵਾ ਤਰੰਗ, ਉਹਦੇ ਵਿੱਚ ਉਹਨਾਂ ਨੇ ਮੇਰੀ ਗਜ਼ਲ ਰਿਕਾਰਡ ਕੀਤੀ, ਪਹਿਲੀ ਮੇਰੀ ਰਿਕਾਰਡਿੰਗ ਦੂਰਦਰਸ਼ਨ ਦੀ ਇਹ ਸੀ। ਅੱਛਾ ਜੀ। ਸੋ ਉਹ ਗਜ਼ਲ ਰਿਕਾਰਡ ਹੋਈ, ਔਰ ਉਸ ਤੋਂ ਬਾਅਦ ਬਸ ਫਿਰ ਉਹ ਕਹਿੰਦੇ ਜੀ ਹੁਣ ਤੈਨੂੰ ਜਾਣ ਨਹੀਂ ਦੇਣਾ, ਬਸ ਹੁਣ ਤੂੰ ਦੂਰਦਰਸ਼ਨ ਦਾ ਗਵਾਈਆ ਤੇ ਦੂਰਦਰਸ਼ਨ ਦਾ ਮਿਊਜ਼ਿਕ ਡਾਇਰੈਕਟਰ। ਹਾਂਜੀ। ਉਸ ਤੋਂ ਬਾਅਦ ਸੰਤਾਰ ਬਾਈ, ਫਿਰ ਇਹ ਹੁੰਦਾ ਸੀਗਾ ਵੀ ਦਿਨ ਦੇ ਵਿੱਚ 5-7 ਗਾਣੇ ਸਿੰਕ ਸਟੂਡੀਓ ਹੁੰਦਾ ਸੀ, ਪਹਿਲਾਂ ਸਿੰਕ ਰਿਕਾਰਡਿੰਗ ਹੁੰਦੀ ਸੀ, ਉਸ ਤੋਂ ਬਾਅਦ ਜਾ ਕੇ ਫਿਰ ਉਹਦਾ ਵੀਡੀਓ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਮੇਰਾ ਤੇ ਕੁਲਵਿੰਦਰ ਦਾ ਇੱਕ ਗਾਣਾ ਸੀਗਾ, ਜੁਗਨੀ ਕਹਿੰਦੀ ਆ। ਹਾਂਜੀ। ਉਹ ਗੀਤ ਪਹਿਲਾਂ
ਅਸੀਂ ਰਿਕਾਰਡ ਕੀਤਾ ਦੋਨਾਂ ਨੇ, ਬਹੁਤ ਕਮਾਲ ਦਾ ਗੀਤ ਸੀਗਾ। ਉਹ ਗੀਤ ਇੰਨਾ ਜ਼ਿਆਦਾ ਪਾਪੂਲਰ ਹੋਇਆ ਕਿ ਮੇਰੇ ਵਾਸਤੇ ਇੱਕ ਸਿੰਗਰ ਦੇ ਤੌਰ ਤੇ ਵੀ ਰਾਹ ਖੁੱਲ ਗਿਆ ਖੁੱਲ ਗਿਆ। ਤੇ ਉਸ ਤੋਂ ਬਾਅਦ ਫਿਰ ਮੈਨੂੰ ਉਹ ਕਹਿਣ ਲੱਗੇ ਕਿ ਯਾਰ ਤੂੰ ਸਿੰਗਰ ਵੀ ਬਹੁਤ ਵਧੀਆ ਗਾਉਂਦਾ, ਬਹੁਤ ਵਧੀਆ, ਕੋਈ ਇੱਕ ਐਸਾ ਗਾਣਾ ਲੈ ਕੇ ਆ ਜਿਹੜਾ ਗਾਣਾ ਮਤਲਬ ਕਿ ਲੋਕਾਂ ਦੇ ਦਿਲਾਂ ਤੇ ਗਾਣਾ ਆ ਜਾਵੇ। ਮੈਂ ਕਿਹਾ ਜੀ ਠੀਕ ਹੈ। ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ ਤੇ ਕਦੇ ਕਦੇ ਖੇਡ ਲੈ ਕਰੀ। ਹਾਂਜੀ ਕੁੱਕੂ ਭਾਜੀ ਹਰਜੀਤ ਭਾਜੀ ਕਹਿੰਦੇ ਰਿਕਾਰਡ ਕਰੋ, ਉਸ ਵਕਤ ਹੀ ਰਿਕਾਰਡ ਕਰੋ। ਮੈਂ ਉਹਨੂੰ ਰਿਕਾਰਡ ਕਰ ਦਿੱਤਾ। ਰਿਕਾਰਡ ਕਰਕੇ ਜਦੋਂ ਸ਼ੂਟਿੰਗ ਕਰਨ ਲੱਗੇ ਤੇ ਕੁੱਕੂ ਭਾਜੀ ਔਰ ਹਰਜੀਤ ਭਾਜੀ ਕਹਿੰਦੇ ਯਾਰ ਗਾਣਾ ਬਹੁਤ ਵੱਡਾ ਹੈ, ਗਾਣਾ ਕਹਿ ਬਹੁਤ ਕੁਛ ਰਿਹਾ ਤੇ ਜਿਹੜੀ ਸਾਊਂਡ ਕੁਆਲਿਟੀ ਹੈ ਉਹ ਮਜਬੂਰ ਕਰ ਰਹੀ ਹੈ ਵੀ ਇਹ ਗਾਣੇ ਦੀ ਦੁਬਾਰਾ ਰਿਕਾਰਡਿੰਗ ਕੀਤੀ ਜਾਵੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਇੱਕ ਕੰਮ ਕਰੋ ਕਿ ਮੈਨੂੰ ਛੋਟਾ ਜਿਹਾ ਬਜਟ ਦਿਓ, ਮੈਂ ਤੁਹਾਨੂੰ ਇਹ ਗਾਣਾ ਬਾਹਰੋਂ ਰਿਕਾਰਡ ਕਰਕੇ ਲਿਆ ਕੇ ਦਿੰਦਾ। ਉਦੋਂ ਤੱਕ ਕੋਈ ਗਾਣਾ ਬਾਹਰਲਾ ਦੂਰਦਰਸ਼ਨ ਤੇ ਨਹੀਂ ਕਦੇ ਲੱਗਿਆ ਸੀ, ਇਹ ਰਿਕਾਰਡ ਸੀਗਾ। ਕਿ ਫਸਟ ਟਾਈਮ ਮੈਨੂੰ ਇਹ ਪਰਮਿਸ਼ਨ ਮਿਲੀ ਕਿ ਤੈਨੂੰ 3000 ਰੁਪਈਏ ਦਾ ਚੈੱਕ ਦੇਵਾਂਗੇ ਤੇ ਤੂੰ ਇਹ ਗਾਣਾ ਬਾਹਰੋਂ ਰਿਕਾਰਡ ਕਰਕੇ ਲੈ ਕੇ ਆ ਤੇ ਸਟੂਡੀਓ ਇੱਥੇ ਆਪਾਂ ਸ਼ੂਟ ਕਰਾਂਗੇ। ਹਾਂਜੀ। ਸੋ ਮੈਂ 3000 ਦਾ ਚੈੱਕ ਲੈ ਕੇ ਬਾਬਾ ਸਟੂਡੀਓ ਮੋਹਾਲੀ ਗਿਆ ਤੇ ਉਹਦੇ ਚ ਮੈਂ 2 ਗਾਣੇ ਰਿਕਾਰਡ ਕੀਤੇ। ਇੱਕ ਸੀ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ, ਹਾਂਜੀ, ਤੇ ਦੂਜਾ ਗਾਣਾ ਸੀਗਾ ਚੁੰਮ ਚੁੰਮ ਲਾਵਾਂ ਨੀ ਮੈਂ ਹਿੱਕ ਨਾਲ ਮੁੰਦਰੀ ਧਰਮ ਕੰਮਿਆਂ ਨੇ ਦਾ। ਹਾਂਜੀ। ਉਹ ਗਾਣੇ ਸੰਤਾਰ ਬਾਈ ਜੀ ਮੈਂ ਲਿਆ ਕੇ ਉਹਨਾਂ ਨੂੰ ਦਿੱਤੇ। ਉਸ ਤੋਂ ਬਾਅਦ ਉਹਨਾਂ ਦਾ ਵਿਜ਼ਲ ਹੋ ਗਿਆ। ਵਿਜ਼ਲ ਤੋਂ ਬਾਅਦ ਉਸ ਵਕਤ ਮੇਰੀ ਕੋਈ ਬਹੁਤੀ ਵੱਡੀ ਪਛਾਣ ਨਹੀਂ ਸੀ, ਮੈਨੂੰ ਲੋਕ ਨਹੀਂ ਜਾਣਦੇ ਸੀ, ਆਮ ਖਾਸ ਖਾਸ ਬੰਦੇ ਜਾਣਦੇ ਸੀਗੇ। ਰਾਤ ਨੂੰ 8 ਵਜੇ ਪ੍ਰੋਗਰਾਮ ਚੱਲਦਾ ਸੀਗਾ ਕੱਚ ਦੀਆਂ ਮੁੰਦਰਾਂ। ਹਾਂਜੀ। ਔਰ ਉਹਦੇ ਵਿੱਚ ਰਾਤ ਨੂੰ ਇਹ ਦਿਲ ਦਾ ਖਿਡੌਣਾ ਮੇਰਾ ਗਾਣਾ ਰਾਤ ਨੂੰ ਲੱਗਦਾ ਹੈ। ਹਾਂਜੀ। ਔਰ ਲਾ ਕੇ ਅਸੀਂ ਸੌਂ ਜਾਂਦੇ ਹਾਂ ਤੇ ਜਦੋਂ ਦਿਨ ਚੜ੍ਹਦੇ ਮੈਂ ਫਰੀਦਕੋਟ ਜਾ ਰਿਹਾ ਸੀ ਅਕੈਡਮੀ ਚ ਤੇ ਮੈਨੂੰ ਏਦਾਂ ਲੱਗਿਆ ਕਿ ਮੈਂ ਕਿਸੇ ਵੱਖਰੀ ਦੁਨੀਆਂ ਚ ਆ ਗਿਆ ਜਾਂ ਇਹ ਕਿਸੇ ਹੋਰ ਕੰਟਰੀ ਦੇ ਲੋਕ ਸਾਡੀ ਇਸ ਪਲੈਨਟ ਤੇ ਆ ਗਏ। ਹਾਂਜੀ। ਲੋਕਾਂ ਦਾ ਮੇਰੇ ਪ੍ਰਤੀ ਪਿਆਰ, ਲੋਕਾਂ ਦੀ ਮੇਰੇ ਪ੍ਰਤੀ ਝਾਕਣੀ, ਲੋਕਾਂ ਦਾ ਮੇਰੇ ਪ੍ਰਤੀ, ਮੈਂ ਕਿਹਾ ਜੀ ਬਿਲਕੁਲ ਹੀ ਚੇਂਜ ਮੇਰੀ ਲਾਈਫ ਤੋਂ ਲੋਕਾਂ ਨੇ ਕਰਤੀ। ਤੇ ਉਸ ਵਕਤ ਫੋਨ ਸਿਸਟਮ ਨਹੀਂ ਹੁੰਦਾ ਸੀਗਾ, ਨਾ ਮੈਂ ਕਿਸੇ ਨੂੰ ਫੋਨ ਦਿੱਤਾ ਸੀਗਾ। ਲੋਕੀ ਚੱਲ ਚੱਲ ਕੇ ਆਉਂਦੇ ਸੀਗੇ, ਲੋਕੀ ਚੱਲ ਚੱਲ ਕੇ ਆਉਂਦੇ ਸੀ, ਕਲਾਕਾਰਾਂ ਤੋਂ ਪੁੱਛਦੇ ਸੀ ਰਾਤੀ ਮੁੰਡਾ ਗਾ ਕੇ ਗਿਆ ਕੌਣ ਸੀ, ਉਹ ਮੁੰਡਾ ਕੌਣ ਸੀਗਾ। ਮੈਂ ਰੇਡੀਓ ਤੇ ਦੂਜੇ ਦਿਨ ਮੇਰੀ ਰੇਡੀਓ ਤੇ ਰਿਕਾਰਡਿੰਗ ਸੀ, ਮੈਂ ਗਾਉਣ ਵਾਸਤੇ ਰੇਡੀਓ ਤੇ ਗਿਆ ਤੇ ਉੱਥੇ ਹੰਸ ਭਾਜੀ ਰਿਕਾਰਡਿੰਗ, ਉਹਨਾਂ ਦੀ ਵੀ ਰਿਕਾਰਡਿੰਗ ਸੀ। ਹੰਸ ਭਾਜੀ ਉੱਥੇ ਆਏ, ਉਹਨਾਂ ਕੋਲੇ ਲਾਲ ਰੰਗ ਦਾ ਹੀਰੋ ਹਾਂਡਾ ਸੀ, ਮੋਟਰਸਾਈਕਲ ਟੁੱਟਿਆ ਗਿਆ ਤੇ ਮੈਂ ਜਦੋਂ ਗਾ ਕੇ ਬਾਹਰ ਨਿਕਲਿਆ ਤੇ ਭਾਜੀ ਭੱਜ ਕੇ ਆਏ। ਮੈਨੂੰ ਕਹਿੰਦੇ ਕਹਿੰਦੇ ਯਾਰ ਰਾਤੀ ਗਾਣਾ ਤੇਰਾ ਆਇਆ ਸੀਗਾ ਦਿਲ ਦਾ ਖਿਡੌਣਾ, ਬਿਲਕੁਲ ਚੇਂਜ ਆ ਸੀ, ਮੈਂ ਸਾਫਾ ਸੂਫਾ ਬੰਨਿਆ ਸੀ। ਮੈਂ ਕਿਹਾ ਹਾਂਜੀ ਮੇਰਾ ਗਾਣਾ ਸੀਗਾ। ਕਹਿੰਦੇ ਯਾਰ ਉਹ ਗਾਣਾ ਤਾਂ ਸੁਣ ਕੇ ਹਿੱਲ ਗਏ ਸਾਡੇ ਗੁਰੂ ਜੀ, ਹਿੱਲ ਗਏ ਉਹ ਗਾਣਾ, ਯਾਰ ਕਿਆ ਪਤਾ ਆਪਾਂ ਬੈਠਦੇ ਹਾਂ ਕਿਤੇ, ਮੈਨੂੰ ਸੁਣਾ ਦਿਓ ਗਾਣਾ। ਅਸੀਂ ਪਾਰਕ ਸੀ, ਨਾਲੇ ਚਾਹ ਦਾ ਕੱਪ ਪੀ ਲਿਆ ਤੇ ਨਾਲੇ ਉਹਨਾਂ ਨੇ ਮੈਥੋਂ ਗਾਣਾ ਸੁਣਿਆ। ਤੇ ਉਦੋਂ ਬਾਅਦ ਕਹਿੰਦੇ ਹੁਣ ਕੀ ਪ੍ਰੋਗਰਾਮ ਹੈ, ਮੈਂ ਕਿਹਾ ਜੀ ਮੈਂ ਫਰੀਦਕੋਟ ਜਾਣਾ। ਕਹਿੰਦੇ ਕਿਵੇਂ ਜਾਏਗਾ, ਮੈਂ ਕਿਹਾ ਜੀ ਅੱਡਾ ਨਾਲ ਹੀ ਹੈਗਾ, ਤੁਰ ਕੇ ਜਾਊਂਗਾ। ਕਹਿੰਦੇ ਨਹੀਂ ਯਾਰ ਮੈਂ ਤਾਂ ਨਹੀਂ ਛੱਡ ਕੇ ਆਉਣਾ। ਮੈਨੂੰ ਉਹਨਾਂ ਨੇ ਆਪਣੇ ਹੌਂਡੇ ਤੇ ਬਿਠਾਇਆ, ਮੈਨੂੰ ਬੱਸ ਅੱਡੇ ਚ ਛੱਡਿਆ ਤੇ ਕਹਿੰਦੇ ਹੁਣ ਮੈਂ ਤੈਨੂੰ ਨਿਸ਼ਾਨੀ ਕੀ ਦੇਵਾਂ। ਮੈਂ ਕਿਹਾ ਜੀ ਨਿਸ਼ਾਨੀ ਦੀ ਲੋੜ ਹੀ ਨੀ, ਤੁਸੀਂ ਬਾਈ ਪਿਆਰ ਕੀਤਾ ਇੰਨਾ ਜ਼ਿਆਦਾ। ਤੇ ਉਹਨਾਂ ਨੇ ਮੈਨੂੰ ਇੱਕ ਪ੍ਰੀਤ ਲੜੀ, ਹਾਂਜੀ ਪ੍ਰੀਤ ਮਣੀ ਜਾਂ ਪ੍ਰੀਤ ਲੜੀ ਇੱਕ ਕੋਈ ਨਿਕਲਦੀ ਸੀ, ਅਮਰਤਾ ਪ੍ਰੀਤਮ ਜੀ ਕੱਢਦੇ ਸੀਗੇ, ਨਾਗਮਣੀ ਅਮਰਤਾ ਕੱਢਦੇ ਹੁੰਦੇ ਸੀ। ਹਾਂਜੀ ਬਿਲਕੁਲ ਨਾਗਮਣੀ, ਨਾਗਮਣੀ ਲਈ ਉਹਦੇ ਤੇ ਉਹਨਾਂ ਨੇ ਉਹਦੇ ਤੇ ਮਤਲਬ ਜਿਹੜੀ ਆ ਸਾਡੀ ਦੋਨਾਂ ਦੀ ਗੱਲ ਲਿਖ ਕੇ ਵੀ ਅਸੀਂ ਅੱਜ 19 ਤਰੀਕ ਨੂੰ ਬੜੇ ਪਿਆਰ ਨਾਲ ਮਿਲੇ ਤੇ ਥੱਲੇ ਸਾਈਨ ਕਰਕੇ ਤੇ ਮੈਨੂੰ ਉਹਨਾਂ ਨੇ ਉਹ ਦਿੱਤਾ। ਹਾਂਜੀ। ਸੋ ਉਦੋਂ ਬਾਅਦ ਬਸ ਫਿਰ ਬਾਬੇ ਦੀ ਕਿਰਪਾ ਹੋ ਗਈ ਜੀ। ਉਸ ਤੋਂ ਬਾਅਦ ਫਿਰ ਇੱਕ ਟੇਪ ਸੀਗੀ ਕੁੱਕੂ ਰਾਣਾ ਰੋਂਦਾ ਬਲਤੀਰ ਮਾਲੇ ਦੀ, ਉਹਦਾ ਮਿਊਜ਼ਿਕ ਮੈਂ ਕੀਤਾ ਸੀ ਫਰੀਦਕੋਟ ਚ ਰਹਿ ਕੇ ਕੀਤਾ ਸੀਗਾ। ਹਾਂਜੀ। ਉਹ ਟੇਪ ਇੰਨੀ ਕੁ ਵੱਡੀ ਹਿੱਟ ਹੋਈ ਸੀਗੀ, ਇੰਨੀ ਕੁ ਵੱਡੀ ਹਿੱਟ ਹੋਈ ਸੀ ਕੁੱਕੂ ਰਾਣਾ ਰੋਂਦਾ, ਉਹ ਥਾਂ ਥਾਂ ਤੇ ਪੂਰੀ ਦੁਨੀਆਂ ਚ ਉਹ ਗਾਣਾ ਚੱਲਦਾ ਸੀਗਾ। ਸਲੀਮ ਹੋਣਾ ਦੀ ਚਰਖੇ ਦੀ ਘੂਕ ਉਹ ਤੁਸੀਂ ਬਣਾਈ ਸੀ। ਹਾਂਜੀ ਐਲਬਮ। ਹਾਂਜੀ ਬਿਲਕੁਲ। ਮੈਂ 1991 ਦੇ ਵਿੱਚ ਮੈਂ ਨਾ ਜਲੰਧਰ ਦੇ ਵਿੱਚ ਆ ਗਿਆ ਸੀਗਾ ਤੇ ਅਨਲ ਦੀਪਕ ਜੀ ਫਿਲਮੀ ਪ੍ਰੋਡਿਊਸਰ ਫਿਲਮੀ ਨਿਰਮਾਤਾ ਸੀਗੇ, ਬੜੇ ਲੋਕਾਂ ਨੂੰ ਉਹਨਾਂ ਨੇ ਚਾਂਸ ਦਿੱਤਾ, ਗੁੱਗੂ ਗਿੱਲ, ਗੁਰਦਾਸ ਮਾਨ ਜੀ, ਹੋਰ ਬੜੇ ਆਰਟਿਸਟਾਂ ਨੂੰ ਉਹਨਾਂ ਨੇ ਇਸ ਲਾਈਨ 'ਚ ਲੈ ਕੇ ਆਉਂਦਾ। ਸੋ ਉਸ ਵਕਤ ਫਿਰ ਮੈਨੂੰ ਉਹ ਜਲੰਧਰ ਰੇਲਵੇ ਰੋਡ ਦੇ ਉੱਤੇ ਮੇਰਾ ਆਫਿਸ ਸੀ, ਉੱਥੇ ਲੈ ਕੇ ਆ ਗਏ ਸੀਗੇ ਤੇ ਉਹ ਮੇਰੇ ਫਰੀਦਕੋਟ ਦਾ ਇੱਕ ਮੇਰਾ ਦੋਸਤ ਸੀਗਾ ਮਨਜਿੰਦਰ ਗੋਲੀ। ਹਾਂਜੀ। ਤਾਂ ਉਹਦੇ ਨਾਲ ਪ੍ਰੇਮ ਪਿਆਰ ਸੀ ਬਹੁਤ, ਉਹ ਮੈਨੂੰ ਕਹਿਣ ਲੱਗਾ ਕਹਿੰਦਾ ਉਸਤਾਦ ਜੀ ਮੈਂ ਸੋਚਦਾ ਵੀ ਮੈਂ ਕੰਪਨੀ ਬਣਾਉਣੀ ਹੈ ਤੇ ਉਹਦੇ 'ਚ ਮੈਂ ਸੋਚਦਾ ਕੋਈ ਨਵੀਂ ਗੱਲ ਕੀਤੀ ਜਾਵੇ ਵੀ ਆਪਾਂ, ਮੇਰੇ ਦਿਮਾਗ 'ਚ ਹੈਗਾ ਵੀ ਇੱਕ ਮਾਸਟਰ ਸਲੀਮ ਹੈ ਤੇ ਪੂਰਨ ਸ਼ਾਹ ਕੋਟੀ ਜੀ ਦਾ ਬੇਟਾ ਹੈਗਾ ਤੇ ਉਹਨੂੰ ਆਪਾਂ ਰਿਕਾਰਡ ਕਰੀਏ, ਨਵੀਂ ਗੱਲ ਕਰੀਏ।
ਮੈਂ ਕਿਹਾ ਠੀਕ ਹੈ ਜ਼ਰੂਰ ਕਰਾਂਗੇ ਆਪਾਂ। ਤੇ ਮੁਲਾਕਾਤ ਹੋਈ, ਗੱਲਬਾਤ ਹੋਈ, ਇੱਕ ਦੋ ਰਾਤਾਂ ਮੇਰੇ ਕੋਲ ਰਹੇ ਉਹ। ਤੇ ਫਿਰ ਮੈਂ ਸੋਚਿਆ ਵੀ ਆਪਾਂ ਕਿਉਂ ਨਾ, ਦੋ ਬੱਚੇ ਆ ਕਿਉਂਕਿ ਉਸ ਵਕਤ ਯੁੱਧਵੀਰ ਮਾਨਕ ਵੀ ਜਿਹੜਾ ਚਰਚਾ ਦੇ ਵਿੱਚ ਆਇਆ ਸੀਗਾ। ਹਾਂਜੀ ਹਾਂਜੀ। ਸੋ ਇਹ ਗੱਲ ਬਣ ਗਈ ਵੀ ਯੁੱਧਵੀਰ ਮਾਨਕ ਦੇ ਚਾਰ ਗਾਣੇ ਤੇ ਚਾਰ ਗਾਣੇ ਸਲੀਮ ਦੇ, ਆਪਾਂ ਅੱਠ ਗਾਣੇ ਦੀ ਜਿਹੜੀ ਹੈਗੀ ਉਹ ਟੇਪ ਕਰਾਂਗੇ। ਹਾਂਜੀ। ਤੇ ਗੱਲਬਾਤ ਹੋ ਗਈ, ਸਾਰਾ ਕੁਛ ਹੋ ਗਿਆ, ਪਲਾਨਿੰਗ ਹੋ ਗਈ, ਸਟੂਡੀਓ ਬੁੱਕ ਹੋ ਗਿਆ ਰਿਹਰਸਲ ਵਾਸਤੇ ਕਿ ਰਿਹਰਸਲ ਕਰ ਗਈ ਆਪਾਂ। ਤੇ ਇੱਕ ਦਿਨ ਜਿਹੜਾ ਹੈਗਾ ਉਹ ਮਾਨਕ ਸਾਹਿਬ ਦਾ, ਉਹਨਾਂ ਨੂੰ ਫੋਨ ਆਇਆ ਬਈ ਯੁੱਧਵੀਰ ਤਾਂ ਨਹੀਂ ਕਰ ਸਕਦਾ ਕਿਉਂਕਿ ਯੁੱਧਵੀਰ ਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਤੇ ਯੁੱਧਵੀਰ ਤਾਂ ਸਟੱਡੀ ਲਈ ਆਸਟ੍ਰੇਲੀਆ ਜਾ ਰਿਹਾ। ਹਾਂਜੀ। ਸੋ ਯੁੱਧਵੀਰ ਬਾਹਰ ਜਾਣ ਦੀ ਤਿਆਰੀ 'ਚ ਆ ਗਿਆ ਤੇ ਗੱਲ ਫਿਰ ਆ ਗਈ ਵੀ ਹੁਣ ਕਿੱਦਾਂ ਕਰੀਏ। ਤਾਂ ਫਿਰ ਕਿਹਾ ਗਿਆ ਕਿ ਕਿਉਂ ਨਾ ਆਪਾਂ ਜਿਹੜੇ ਹੈਗੇ ਆ ਉਹ ਅੱਠ ਗੀਤ ਹੀ ਜਿਹੜੇ ਹੈਗੇ ਉਹ ਸਲੀਮ ਦੀ ਆਵਾਜ਼ 'ਚ ਰਿਕਾਰਡ ਕਰਦੇ ਹਾਂ। ਸੋ ਰਹਿਸਲਾਂ ਸਟਾਰਟ ਹੋਈਆਂ, ਅੱਠ ਗੀਤ ਜਿਹੜੇ ਹੈਗੇ ਆ ਉਹ ਤਿਆਰ ਹੋ ਗਏ। ਚੀਮਾ ਸਟੂਡੀਓ ਦੇ ਵਿੱਚ ਜਾ ਕੇ ਮੈਂ ਉਹ ਟੇਪ ਜਿਹੜੀ ਹੈ ਉਹ ਰਿਕਾਰਡ ਕਰਕੇ ਦੋ ਦਿਨ ਦੇ ਵਿੱਚ ਕੀਤੀ, ਇੱਕ ਦਿਨ 'ਚ ਚਾਰ ਗਾਣੇ, ਦੂਜੇ ਦਿਨ ਚਾਰ ਗਾਣੇ, ਤੇ ਉਹ ਕਰਕੇ ਮਾਸਟਰ ਉਹਨਾਂ ਨੂੰ ਫੜਾ ਦਿੱਤਾ। ਹਾਂਜੀ। ਉਹਨਾਂ ਦਾ ਮਤਲਬ ਸੀਗਾ ਵੀ ਸ਼ਾਇਦ ਆਪਾਂ ਕਿਸੇ ਕੰਪਨੀ ਨੂੰ ਦੇ ਦੇਵਾਂਗੇ ਜਾਂ ਫਿਰ ਆਪਾਂ ਆਪ ਰਿਲੀਜ਼ ਕਰ ਲਵਾਂਗੇ। ਸੋ ਕੰਪਨੀ ਨੂੰ ਜਦੋਂ ਸੁਣਾਇਆ ਤੇ ਕੰਪਨੀ ਵਾਲੇ ਕਹਿੰਦੇ ਵੀ ਇਹ ਬੱਚੇ ਦੀ ਆਵਾਜ਼ ਹੈ, ਲੋਕਾਂ ਨੇ ਪਸੰਦ ਹੀ ਨਹੀਂ ਕਰਨੀ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਕੋਈ ਵਧੀਆ, ਕਿਉਂਕਿ ਦੁਕਾਨਾ ਯੁੱਗ ਚੱਲਦਾ ਸੀ ਵੀ ਕੋਈ ਕੜਕਵੀਂ ਜੀ ਲੈ ਕੇ ਆਓ ਟੇਪ ਤੁਸੀਂ। ਤੇ ਕਰਦੇ ਕਰਾਉਂਦੇ ਜੀ ਫਿਰ ਗੱਲ ਇਹ ਬਣ ਗਈ ਵੀ ਆਪਾਂ ਆਪਦੀ ਕੰਪਨੀ ਬਣਾ ਕੇ ਆਪ ਹੀ ਰਿਲੀਜ਼ ਕਰਦੇ ਹਾਂ। ਸੋ ਸੁਰਤਾਲ ਕੰਪਨੀ ਬਣਾ ਕੇ ਉਹ ਜਿਹੜੀ ਹੈਗੀ ਉਹ ਤਿਆਰੀ ਕਰ ਲਈ, ਕਿਉਂਕਿ ਨਾ ਮੈਨੂੰ ਉਦੋਂ ਬਹੁਤ ਜ਼ਿਆਦਾ ਨੌਲੇਜ ਸੀਗੀ ਕੈਸਟ ਕਿੱਦਾਂ ਰਿਲੀਜ਼ ਕਰਨੀ ਹੈ, ਨਾ ਹੀ ਉਹਨਾਂ ਨੂੰ ਨੌਲੇਜ ਸੀ, ਉਹ ਪੁਲਿਸ ਦੇ ਵਿੱਚ ਸੀਗੇ। ਇੱਕ ਉਹਨਾਂ ਦਾ ਸਾਥੀ ਸੀ ਭੁਪਿੰਦਰ ਰਾਜਕੋਟ ਤੋਂ, ਉਹ ਵੀ ਪੁਲਿਸ ਦੇ ਵਿੱਚ ਸੀਗਾ, ਸ਼ੌਕ ਸੀ ਲੇਕਿਨ ਉਹਨਾਂ ਨੂੰ ਤਜਰਬਾ ਕੋਈ ਨਹੀਂ ਸੀਗਾ। ਹਾਂਜੀ। ਤੇ ਮੈਨੂੰ ਇਹ ਪਤਾ ਸੀਗਾ ਵੀ ਹਰੀਸ਼ ਦਿੱਲੀ ਦੇ ਵਿੱਚ ਆ ਜਿਹੜੇ ਪੋਸਟਰ ਬਣਾਉਂਦੇ ਆ ਤੇ ਜਿਹੜੇ ਕਹਿ ਲਈਏ ਆਪਾਂ ਕਿ ਕੈਸਟ ਬਣਾਉਂਦੇ ਆ ਤੇ ਉਹ ਸਪਲਾਈ ਵੀ ਕਰ ਦਿੰਦੇ ਆ। ਸੋ ਅਸੀਂ ਦਿੱਲੀ ਗਏ, ਦਿੱਲੀ ਜਾ ਕੇ ਹਰੀਸ਼ ਜੀ ਨੂੰ ਮਿਲੇ, ਉਹਨਾਂ ਨੂੰ ਦੱਸਿਆ ਵੀ ਆਹ ਮਾਸਟਰ ਆ ਸਾਡੇ ਕੋਲ ਤੇ ਸਾਨੂੰ ਟੇਪ ਚਾਹੀਦੀ, ਉਹ ਕਹਿੰਦੇ ਠੀਕ ਹੈ ਜੀ ਹਫ਼ਤੇ ਬਾਅਦ ਤੁਹਾਨੂੰ ਟੇਪ ਮਿਲ ਜੂਗੀ। ਲਓ ਜੀ ਟੇਪ ਲਈ ਅਸੀਂ, ਟੇਪ ਲੈ ਕੇ ਸੰਤਾਰ ਬਾਈ, ਮੈਨੂੰ ਯਾਦ ਹੈ ਵੀ ਮੈਂ ਉਹ ਟੇਪ ਦੇ ਪੋਸਟਰ ਜਿਹੜੇ ਸੀਗੇ ਪਹਿਲਾਂ ਤਾਂ ਪੋਸਟਰ ਅਸੀਂ ਆਪ ਸਾਰੇ ਪੰਜਾਬ 'ਚ ਲਾਏ। ਹਾਂਜੀ। ਉਸ ਤੋਂ ਬਾਅਦ ਟੇਪਾਂ ਦੇ ਡੱਬੇ ਜਿਹੜੇ ਹੈ ਜਰਮਨ ਮਿਊਜ਼ਿਕ, ਔਰ ਉਸ ਤੋਂ ਬਾਅਦ ਹੋਰ ਮਤਲਬ ਲੁਧਿਆਣੇ ਗੁਪਤਾ ਜੀ ਤੇ ਪਤਾ ਨਹੀਂ ਚੰਡੀਗੜ੍ਹ ਦੇ ਵਿੱਚ 16 ਸੈਕਟਰ ਦੇ ਵਿੱਚ ਉਹ ਅਸੀਂ ਖੁਦ ਜਿਹੜੇ ਆ ਡੱਬੇ ਕੈਸਟਾਂ ਦੇ ਦੇ ਕੇ ਆਏ ਵੀ ਅਸੀਂ ਕੈਸਟ ਕੱਢਣੀ ਹੈ। ਹਾਂਜੀ। ਤੇ ਉਹ ਸਾਰੇ ਲੋਕ ਕਹਿਣ ਵੀ ਇਹ ਤਾਂ ਜਵਾਕ ਜਿਹਾ ਹੈਗਾ ਤੇ ਤੁਸੀਂ ਐਂ ਕਰੋ ਰੱਖ ਜਾਓ ਡੱਬਾ ਰੱਖ ਜਾਓ, ਜੇ ਜਦੋਂ ਵਿਕ ਗਿਆ ਉਦੋਂ ਤੁਸੀਂ ਲੈ ਜਾਓ ਆਪਦਾ। ਉਦੋਂ ਇਹ ਹੁੰਦਾ ਸੀ ਵੀ ਕੈਸਟ ਰੱਖ ਜਾਓ, ਜੇ ਵਿਕ ਗਈ ਹੈ ਜਿੰਨੀ ਵਿਕ ਗਈ ਉਨੇ ਪੈਸੇ ਲੈ ਲਿਓ ਤੁਸੀਂ। ਹਾਂਜੀ ਹਾਂਜੀ। ਤੇ ਸਾਡਾ ਬੜਾ ਮਨ ਜਿਹਾ ਟੁੱਟਿਆ ਵੀ ਯਾਰ ਬੜੀ ਮਿਹਨਤ ਕੀਤੀ ਹੈ, ਬੜੀ ਵੱਖਰੀ ਕਿਸਮ ਦੀ ਕੈਸਟ ਕੀਤੀ ਹੈ। ਤੇ ਚਲੋ ਅਸੀਂ ਹਫ਼ਤਾ ਕੁ ਵੇਟ ਕੀਤੀ ਤੇ ਹਫ਼ਤੇ ਤੋਂ ਬਾਅਦ ਸਾਨੂੰ ਡਿਮਾਂਡ ਆਉਣੀ ਸ਼ੁਰੂ ਹੋ ਗਈ। ਇੱਕ ਨੰਬਰ ਦਿੱਤਾ ਸੀ ਅਸੀਂ ਉੱਥੋਂ ਦਾ ਸਦੂਲ ਭਾਜੀ ਹੁੰਦੇ ਸੀਗੇ ਜਲੰਧਰ ਦੇ ਵਿੱਚ, ਜਿਨ੍ਹਾਂ ਨੇ ਫਿਲਮਾਂ ਬਣਾਈਆਂ ਸੀਗੀਆਂ, ਸਰਦੂਲ ਅਟਵਾਲ, ਉਹਨਾਂ ਦੇ ਫੋਨ ਦਾ ਨੰਬਰ ਸਾਡੇ ਕੋਲ ਸੀ, ਉਹ ਨੰਬਰ ਅਸੀਂ ਉੱਥੇ ਦਿੱਤਾ ਸੀਗਾ। ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ, ਫੋਨ ਇੰਨੇ ਆਉਣੇ ਸ਼ੁਰੂ ਹੋ ਗਏ ਕਿ ਸਾਨੂੰ ਇੱਕ ਬੰਦਾ ਬਿਠਾਉਣਾ ਪੈ ਗਿਆ ਉੱਥੇ ਕਿ ਫੋਨ ਆ ਰਹੇ ਆ ਤੇ ਨੋਟ ਕਰੋ। ਫੋਨ ਆਉਣੇ ਸ਼ੁਰੂ ਹੋ ਗਏ ਜੀ, ਕੈਸਟ ਚਾਹੀਦੀ ਹੈ, ਕੈਸਟ ਚਾਹੀਦੀ ਹੈ। ਲਓ ਜੀ 10,000 ਕੈਸਟ ਦਾ ਆਰਡਰ ਹੋ ਗਿਆ, 50,000 ਕੈਸਟ ਦਾ ਆਰਡਰ ਹੋ ਗਿਆ, 70,000 ਕੈਸਟ ਦਾ ਆਰਡਰ ਹੋ ਗਿਆ। ਹਾਂਜੀ। ਸਾਡੇ ਸਾਨੂੰ ਕੈਸਟ ਲਿਆਉਣੀ ਮੁਸ਼ਕਲ ਹੋ ਗਈ ਕਿਉਂਕਿ ਚੁੰਗੀ ਵਾਲੇ ਉਸ ਵਕਤ ਬਹੁਤ ਚੁੰਗੀਆਂ ਪ੍ਰੋਬਲਮ ਹੁੰਦਾ ਸੀ, ਚੁੰਗੀਆਂ ਵਾਲੇ ਜਿਹੜੇ ਹੈਗੇ ਆ ਉਹ ਚੈਕਿੰਗ ਕਰਦੇ ਸੀ ਤੇ ਬਿਨਾਂ ਟੈਕਸ ਤੋਂ ਕੈਸਟ ਆਉਂਦੀ ਸੀਗੀ। ਹਾਂਜੀ ਹਾਂਜੀ। ਤੇ ਉਹਦੇ ਵਿਚਕਾਰ ਕੀ ਹੋਇਆ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਕਲਾਕਾਰ ਲਾਈਨ ਦੇ ਵਿੱਚ ਮਤਭੇਦ ਹੋ ਜਾਂਦੇ ਆ, ਕਲਾਕਾਰ ਦਾ ਮਿਊਜ਼ਿਕ ਡਾਇਰੈਕਟਰ ਨਾਲ ਹੋ ਗਿਆ, ਮਿਊਜ਼ਿਕ ਡਾਇਰੈਕਟਰ ਦਾ ਰਾਈਟਰ ਨਾਲ ਹੋ ਗਿਆ, ਚਾਹੇ ਪ੍ਰੋਡਿਊਸਰ ਨਾਲ ਹੋ ਗਿਆ। ਸੋ ਸਾਡੀ ਜਿਹੜੀ ਟੀਮ ਸੀਗੀ ਉਹ ਇੱਕ ਤਰ੍ਹਾਂ ਦੀ ਕਹਿ ਲਈਏ ਕਿ ਟੁੱਟ ਗਈ ਸੀਗੀ, ਤੇ ਉਧਰੋਂ ਟੇਪ ਦੀ ਡਿਮਾਂਡ ਇੰਨੀ ਆਉਣ ਲੱਗ ਪਈ, ਉਧਰੋਂ ਅਸੀਂ ਸਾਰੇ ਜਿਹੜੇ ਵੱਖਰੇ ਵੱਖਰੇ ਹੋ ਗਏ। ਤੇ ਉਸ ਤੋਂ ਬਾਅਦ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਇੱਕ ਦੁਕਾਨਦਾਰ ਨੇ 1,00,000 ਟੇਪ ਬਣਾਈ ਹੈ, ਕਿਉਂਕਿ ਰੈਪਰ ਜਿਹੜਾ ਮਰਜ਼ੀ ਲੈ ਲਏ ਜਦੋਂ ਸਾਥੋਂ ਪੂਰੀ ਨਹੀਂ ਹੋਈ ਅਸੀਂ ਵੇਚ ਹੀ ਨਹੀਂ ਸਕੇ, ਅਸੀਂ ਟੁੱਟ ਹੀ ਗਏ। ਸੋ ਸੁਰਤਾਲ ਦੇ ਵਿੱਚ ਕੈਸਟ ਘੱਟ ਆਈ ਹੈ, ਲੇਕਿਨ ਇੱਕ ਦੁਕਾਨਦਾਰ ਨੇ ਮੈਨੂੰ ਜਰਮਨ ਮਿਊਜ਼ਿਕ ਦੇ ਜਿਹੜੇ ਸ਼ਵਿੰਦਰ ਉਹਨਾਂ ਦਾ ਨਾਮ ਸੀਗਾ, ਉਹਨੇ ਮੈਨੂੰ ਦੱਸੀ ਬਾਅਦ ਵਿੱਚ ਗੱਲ, ਕਹਿੰਦਾ ਭਾਜੀ ਤੁਹਾਨੂੰ ਤਾਂ ਬਿਜ਼ਨਸ ਕਰਨਾ ਨਹੀਂ ਆਇਆ, ਜੱਟ ਨਹੀਂ ਬਿਜ਼ਨਸ ਕਰ ਸਕਦੇ, ਕਹਿੰਦਾ ਤੁਸੀਂ ਸੱਚ ਮੰਨਿਓ 1,00,000 ਟੇਪ ਅਸੀਂ ਬਣਾਈ ਸੀਗੀ, 1,00,000। ਹਾਂਜੀ। ਤੇ ਹੋ ਸਕਦਾ ਸਾਥੋਂ ਜ਼ਿਆਦਾ ਵੀ ਕਿਸੇ ਨੇ ਬਣਾਈ ਹੋਵੇ, ਜਾਨੀ ਜਿੰਨੀ ਕੋਈ ਵੇਚ ਸਕਦਾ ਇੰਨੀ ਟੇਪ ਜਿਹੜੀ ਲੋਕਾਂ ਨੇ ਬਣਾ ਲਈ ਉਹ ਕੈਸਟ। ਦੇਖੋ ਜੀ, ਉਦੋਂ ਬਾਅਦ ਫਿਰ ਇਹ ਹੋ ਗਿਆ ਕਿ ਲੋਕੀ ਮੇਰੇ ਕੋਲ ਆਉਣ ਲੱਗ ਪਏ ਤੇ ਸਾਰੇ ਲੋਕੀ ਕਹਿਣ ਲੱਗ ਪਏ ਚਾਈਲਡ ਸਪੈਸ਼ਲਿਸਟ, ਫਿਰ ਮਾਸਟਰ ਖਾਨ ਆ ਗਿਆ, ਫਿਰ ਮਾਸਟਰ ਖਾਨ ਦੀ ਮੈਂ ਟੇਪ ਕੱਢੀ, ਮਾਹੀ ਮੇਰਾ ਨਿੱਕਾ ਜਿਹਾ, ਬੋਲ ਕਰਾਇਆ ਕੀ ਲੈਣਾ,
ਉਸ ਤੋਂ ਬਾਅਦ ਉਹ ਟੇਪ ਬਹੁਤ ਵਿਕੀ, ਫਿਰ ਮਾਸਟਰ ਦਿਲਖੁਸ਼ ਆ ਗਿਆ, ਮਾਸਟਰ ਰਕੇਸ਼ ਆ ਗਿਆ, ਪਤਾ ਨੀ ਕਿੰਨੇ ਮਾਸਟਰ ਆਏ। ਸੋ ਉਸ ਵਕਤ ਇਹ ਗੱਲ ਹੋ ਗਈ ਸੀ ਵੀ ਸਿਰਫ ਮਾਸਟਰ ਵਿਕਦੇ ਸੀਗੇ, ਮਾਸਟਰ ਦੀ ਡਿਮਾਂਡ ਸੀ, ਬੱਚਿਆਂ ਦੀ ਕੈਸਟਾਂ ਦੀ ਡਿਮਾਂਡ ਸੀ, ਤੇ ਪਤਾ ਨੀ ਦਰਜਣਾ ਬੱਚੇ ਮਾਰਕੀਟ ਚ ਆਏ, ਉਹਨਾਂ ਦਾ ਭਵਿੱਖ ਵੀ ਬਣਿਆ। ਸੋ ਉਸ ਤੋਂ ਬਾਅਦ ਬਾਬੇ ਦੀ ਕਿਰਪਾ ਹੋ ਗਈ ਜੀ, ਬਸ ਫਿਰ ਮੈਂ ਪਿਛਾਂਹ ਮੁੜ ਕੇ ਨੀ ਦੇਖਿਆ ਬਾਈ। ਫਿਰ ਉਸ ਤੋਂ ਬਾਅਦ ਬੰਬੇ ਤੋਂ ਕਾਲਾਂ ਆਉਣ ਲੱਗ ਪਈਆਂ, ਫਿਰ ਮੇਰੇ ਕੋਲ ਟਾਈਮ ਨੀ ਸੀਗਾ। ਰਵਿੰਦਰ ਰਵੀ ਜੀ ਨੇ ਫਿਲਮ ਬਣਾਈ ਸੀ ਟਰੱਕ ਡਰਾਈਵਰ, ਕਹਿੰਦੇ ਜੀ ਮਿਊਜ਼ਿਕ ਅਸੀਂ ਤੁਹਾਡੇ ਤੋਂ ਕਰਾਉਣਾ ਤੇ ਬੰਬੇ ਆਓ। ਮੈਂ ਕਿਹਾ ਜੀ ਮੈਂ ਬੰਬੇ ਨਹੀਂ ਆ ਸਕਦਾ, ਤੁਹਾਨੂੰ ਪੰਜਾਬ ਚ ਆਉਣਾ ਪਊਗਾ, ਕਿਉਂਕਿ ਦਿਨੇ ਦੋ ਦੋ ਇੱਕ ਇੱਕ ਦੋ ਦੋ ਪ੍ਰੋਗਰਾਮ ਹੁੰਦੇ ਸੀਗੇ, ਤੇ ਰਾਤ ਨੂੰ ਟੈਕਸਲਾ ਸਟੂਡੀਓ ਚ ਅਸੀਂ ਰਾਤ ਨੂੰ ਉੱਥੇ ਸਟੂਡੀਓ ਚ ਹੀ 8-10 ਘੰਟੇ ਕੰਮ ਕਰਕੇ ਰਿਕਾਰਡਿੰਗ ਕਰਨੀ, ਉੱਥੇ ਹੀ ਸੌਂ ਜਾਣਾ, ਉੱਥੋਂ ਹੀ ਤਿਆਰ ਹੋ ਕੇ ਟੁੱਟੇ ਜੇ ਬਾਥਰੂਮਾਂ ਚੋਂ ਤਿਆਰ ਆ ਕੇ ਪ੍ਰੋਗਰਾਮ ਤੇ ਚਲੇ ਜਾਣਾ, ਰਾਤ ਨੂੰ ਫਿਰ ਉੱਥੇ ਆ ਜਾਣਾ। ਸੋ 24 ਆਵਰਸ ਮਤਲਬ ਜਿਹੜਾ ਕੰਮ ਕੀਤਾ, ਤੇ ਉਸ ਤੋਂ ਬਾਅਦ ਮਾਲਕ ਨੇ ਬੜੀ ਕਿਰਪਾ ਕੀਤੀ, ਤੇ ਫਿਰ ਇੰਨੀਆਂ ਟੇਪਾਂ ਹਜ਼ਾਰਾਂ ਦੇ ਹਿਸਾਬ ਨਾਲ, ਗਾਣੇ ਰੇਡੀਓ ਤੇ, ਟੀਵੀ ਤੇ, ਸੀਰੀਅਲ, ਡਰਾਮੇ, ਫਿਲਮਾਂ, ਕੈਸੇਟਸ ਔਰ ਸਟੇਜਾਂ ਦੇ ਉੱਤੇ ਮਾਲਕ ਨੇ ਕਿਰਪਾ ਕੀਤੀ ਸੀ। ਫਿਰ ਹਾਂਜੀ ਹਾਂਜੀ, ਤੁਹਾਡੇ ਸ਼ਾਗਿਰਦ ਵੀ ਬਹੁਤ ਹੋਏ ਆ ਜੀ, ਜਿਨ੍ਹਾਂ ਨੂੰ ਤੁਸੀਂ ਸਿਖਾਇਆ ਤੇ ਉਹਨਾਂ ਨੇ ਆਪਣੇ ਬੜੇ ਨਾਂ ਬਣਾਏ ਆ, ਤੇ ਤੁਸੀਂ ਬੜੇ ਬੱਚਿਆਂ ਨੂੰ ਸਿਖਾਇਆ ਜ਼ਿੰਦਗੀ ਦੇ ਵਿੱਚ ਜੀ। ਤੇ ਇਹ ਵੀ ਬੜੀ ਉੱਦਾਂ ਵਧੀਆ ਗੱਲ ਆ ਕਿ ਬੰਦੇ ਦਾ ਜਦੋਂ ਕੋਈ ਸ਼ਾਗਿਰਦ ਕੁਛ ਕਰਦਾ, ਬੰਦੇ ਨੂੰ ਬੜੀ ਖੁਸ਼ੀ ਹੁੰਦੀ ਆ, ਇੱਕ ਤਰੀਕੇ ਨਾਲ ਆਪਣੇ ਬੱਚਾ ਹੀ ਹੁੰਦਾ, ਉਹ ਬੱਚੇ ਵਾਂਗ ਲੱਗਦਾ। ਬਿਲਕੁਲ ਬਿਲਕੁਲ ਜੀ, ਤੇ ਜਦੋਂ ਤੁਸੀਂ ਉਹਨੂੰ ਵੱਧਦਾ ਫੁੱਲਦਾ ਦੇਖਦੇ ਆ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਕਿਉਂਕਿ ਸੰਗਤਾਰ ਬਾਈ ਮੈਨੂੰ ਅਸਲ ਦੇ ਵਿੱਚ ਜਿਹੜਾ ਮਿਊਜ਼ਿਕ ਹੈ ਨਾ, ਉਹ ਦੇਖੋ ਅੱਜ ਮੇਰਾ ਰੁਜ਼ਗਾਰ ਹੈ, ਮਿਊਜ਼ਿਕ ਮੈਂ ਰੋਟੀ ਖਾਂਦਾ ਹੈ, ਮੇਰੀ ਫੈਮਿਲੀ ਮਿਊਜ਼ਿਕ ਤੋਂ ਚੱਲਦੀ ਹੈ। ਹਾਂਜੀ, ਪਰ ਸ਼ੁਰੂ ਦੇ ਵਿੱਚ ਮੇਰਾ ਰੁਜ਼ਗਾਰ ਨਹੀਂ ਸੀਗਾ, ਸ਼ੁਰੂ 'ਚ ਮੇਰਾ ਸ਼ੌਕ ਹੀ ਸੀਗਾ ਕਿ ਮੈਨੂੰ ਪਰਮਾਤਮਾ ਨੇ ਹੀ ਇਹ ਦੇ ਕੇ ਭੇਜਿਆ ਸਾਰਾ ਕੁਛ। ਮੈਂ ਸਿੱਖਿਆ ਵੀ ਬਹੁਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਸਿੱਖਿਆ ਵੀ ਬਹੁਤ ਹੈ, ਪ੍ਰੋਪਰ ਤਰੀਕੇ ਨਾਲ ਵੀ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। 6 ਸਾਲ ਇੱਕ ਮਿਊਜ਼ਿਕ ਨੂੰ ਦੇਣੇ, ਇੱਕ ਜਗ੍ਹਾ ਤੇ ਬੈਠ ਕੇ, ਜਾਣੀ ਕਹਿ ਲਓ ਜਿਵੇਂ ਉਹ ਬਲਦ ਹੁੰਦਾ ਨਾ ਵੀ ਉਹਦੇ ਉੱਤੇ ਚੜਾ ਦਿੰਦੇ ਆ ਖੋਪਾ, ਕਿ ਨਾ ਉਹ ਇੱਧਰ ਦੇਖ ਸਕਦਾ ਨਾ ਇੱਧਰ ਦੇਖ ਸਕਦਾ, ਸਿਰਫ ਕੰਮ ਹੀ ਕਰਨਾ। ਇਸ ਤਰੀਕੇ ਨਾਲ 6 ਸਾਲ ਗੁਰੂ ਦੀ ਮਤਲਬ ਜਿਹੜੀ ਹੈਗੀ ਹੈ ਉਹ ਹਦਾਇਤ ਦੇ ਮੁਤਾਬਕ ਸਿੱਖਿਆ। ਪਰ ਮੈਂ ਸਮਝਦਾ ਵੀ ਸੰਗੀਤ ਨੂੰ ਕੁਛ ਸਿਖਾ ਨਹੀਂ ਸਕਦਾ ਤੇ ਕੁਛ ਸਿੱਖ ਨਹੀਂ ਸਕਦਾ ਜਦ ਤੱਕ ਤੁਹਾਡਾ ਤੀਜਾ ਨੇਤਰ ਨਹੀਂ ਖੋਲ, ਜਦ ਤੱਕ ਤੁਹਾਡਾ ਤੀਜਾ ਨੇਤਰ ਸੰਗੀਤ ਦਾ ਕੰਨਾਂ ਨਾਲ ਸੰਬੰਧ ਨਹੀਂ ਹੈ, ਹਾਂਜੀ, ਸੰਗੀਤ ਦਾ ਅੱਖਾਂ ਨਾਲ ਸੰਬੰਧ ਨਹੀਂ ਹੈ, ਸੰਗੀਤ ਦਾ ਤੀਜੇ ਨੇਤਰ ਨਾਲ ਸੰਬੰਧ ਹੈ। ਅਨਹਤ ਤੇ ਅਨਾਹਤ, ਇਹ ਜਿਹੜੇ ਦੋ ਨਾਦ ਹੈ ਨਾ, ਨਾਦਾਂ ਦਾ ਕਮਾਲ ਹੈ, ਸੰਗੀਤ ਫ੍ਰੀਕੁਐਂਸੀਜ਼ ਉੱਡਦੀਆਂ ਫਿਰਦੀਆਂ, ਇਹ ਅਸਮਾਨ ਤੇ ਬ੍ਰਹਿਮੰਡ ਤੇ ਪਤਾ ਨਹੀਂ ਕਿੰਨੀਆਂ ਫ੍ਰੀਕੁਐਂਸੀਆਂ ਉੱਡਦੀਆਂ ਫਿਰਦੀਆਂ, ਲੇਕਿਨ ਕੈਚ ਜਿਹੜਾ ਸਟੇਸ਼ਨ ਤੁਸੀਂ ਲਾਓਗੇ, ਹਾਂਜੀ, ਕੈਚ ਉਹੀ ਹੋਣਾ, ਉਹੀ ਉਹੀ, ਦੂਜਾ ਕੈਚ ਨਹੀਂ ਹੋਣਾ। ਜਦੋਂ ਸੈਕੰਡ ਸਟੇਸ਼ਨ ਲਾਓਗੇ ਔਰ ਸਟੇਸ਼ਨ ਬੰਨੇ ਹੋਏ ਆ, ਉਹ ਵੀ ਕਿਸੇ ਵਿਗਿਆਨੀ ਨੇ ਬੰਨੇ ਆ, ਕਿਸੇ ਫ੍ਰੀਕੁਐਂਸੀ ਨੂੰ ਬੰਨਣ ਵਾਲੇ ਬੰਦੇ ਨੇ ਬੰਨੇ ਆ। ਸੋ ਸੰਗੀਤ ਬਹੁਤ ਵੱਡੀ ਚੀਜ਼ ਹੈ, ਤੇ ਜਦੋਂ ਤੁਸੀਂ ਇੰਨਾ ਕੁਝ ਜਾਣਦੇ ਹੋ, ਇੰਨਾ ਕੁਝ ਤੁਹਾਨੂੰ ਪਰਮਾਤਮਾ ਨੇ ਮਤਲਬ ਦਕਸ਼ਣਾ 'ਚ ਦੇਤਾ ਜਾਂ ਪਿਆਰ ਵਜੋਂ ਦੇ ਦਿੱਤਾ, ਤੇ ਫਿਰ ਤੁਸੀਂ ਚਾਹੇ ਮਿਊਜ਼ਿਕ ਕਰੋ, ਚਾਹੇ ਤੁਸੀਂ ਗਾਣਾ ਗਾਓ, ਚਾਹੇ ਤੁਸੀਂ ਗਾਣਾ ਲਿਖੋ, ਕੁਛ ਵੀ ਕਰੀ ਚੱਲੋ, ਪਰ ਜਦੋਂ ਇਸ਼ਕ ਨਾਲ ਇਮਾਨਦਾਰੀ ਨਾਲ ਅਸੀਂ ਕੰਮ ਕਰਦੇ ਹਾਂ ਤਾਂ ਫਿਰ ਉਹ ਤੁਹਾਨੂੰ ਨਾ ਫਲਦਾ ਬਹੁਤ ਹੈ। ਮੇਰੇ ਕੋਲੇ ਬੱਚੇ ਆਉਂਦੇ ਸੀ, ਮੈਂ ਦੱਸਣਾ ਚਾਹੁੰਗਾ ਵੀ ਰਾਜ ਬਰਾੜ ਮੇਰੇ ਕੋਲੇ ਆਉਂਦਾ ਸੀ ਫਰੀਦਕੋਟ ਸਿੱਖਣ ਵਾਸਤੇ। ਰਾਜ ਬਰਾੜ ਇੱਕ ਰਾਈਟਰ ਸੀਗਾ, ਬਿਲਕੁਲ ਨਾਲ ਹੀ ਸਾਡੇ ਪਿੰਡ ਸੀਗਾ, ਕਾਲਜ ਪੜ੍ਹਦਾ ਸੀਗਾ, ਦਿਲਸ਼ਾਦ ਅਖਤ ਉੱਤਰੇ ਆ ਕੇ ਸਿੱਖਦਾ ਸੀਗਾ, ਤੇ ਉਹ ਇੱਕ ਲਾਈਨ ਪੂਰੀ ਨਹੀਂ ਗਾ ਸਕਦਾ ਸੀਗਾ, ਇੱਕ ਲਾਈਨ ਪੂਰੀ ਤਾਲ ਚ ਨਹੀਂ ਗਾ ਸਕਦਾ ਸੀ, ਤਾਲ ਚੋਂ ਬਾਹਰ ਨਿਕਲ ਜਾਂਦਾ ਸੀਗਾ। ਪਰਮਜੀਤ ਪਰਮਜੀਤ ਪੰਮੀ ਬੜੀ ਅੱਛੀ ਆਰਟਿਸਟ ਹੈ, ਕਰਤਾਰ ਰਮਲਾ ਜੀ ਨਾਲ ਬੜੇ ਵੱਡੇ ਉਹਨਾਂ ਦੇ ਹਿੱਟ ਗੀਤ ਹੋਏ ਆ, ਉਹ ਵੀ ਸਾਡੇ ਫਰੀਦਕੋਟ ਦੀ ਸੀ, ਉਹ ਵੀ ਸਾਡੇ ਸਟੂਡੈਂਟ ਸੀਗੇ, ਵਿਜੇ ਭਾਜੀ ਹੁੰਦੇ ਸੀ ਉਹਨਾਂ ਦੇ ਨਾਲ, ਮੈਂ ਹੁੰਦਾ ਸੀਗਾ, ਅਸੀਂ ਉਹਨਾਂ ਨੂੰ ਸਿਖਾਉਂਦੇ ਸੀਗੇ, ਤਾਂ ਤਾਲ ਦੇ ਵਿੱਚ ਨਹੀਂ ਹੁੰਦੇ ਸੀ ਉਹ ਵੀ, ਉਹਨਾਂ ਨੂੰ ਵੀ ਤਾਲ ਦੇ ਵਿੱਚ ਲਿਆਉਣ ਵਾਸਤੇ ਬੜੀ ਮਿਹਨਤ ਕਰਨੀ ਪਈ ਹੈ, ਬਹੁਤ ਔਖਾ ਹੋ ਜਾਂਦਾ ਹੈ ਕੋਈ ਬੰਦਾ ਗਾਉਂਦਾ ਤਾਲ ਚੋਂ ਬਾਹਰ ਹੋ ਜਾਏ, ਤੇ ਉਹ ਐਂ ਲੱਗਦਾ ਵੀ ਬੰਦੇ ਨੇ ਚਪੇੜ ਮਾਰੀ ਹੈ ਟੀਚਰ। ਹਾਂਜੀ ਹਾਂਜੀ ਹਾਂਜੀ, ਇੱਕ ਵਾਰ ਪੂਰਨ ਸ਼ਾਹ ਕੋਟੀ ਹੁਣਾਂ ਨੇ ਕਹੀ ਸੀ ਗੱਲ, ਕਹਿੰਦੇ ਕਹਿੰਦੇ ਸੰਗੀਤ ਦੇ ਵਿੱਚ ਬਸੁਰੇ ਨੂੰ ਸਵੀਕਾਰ ਕੀਤਾ ਜਾ ਸਕਦਾ, ਬੇਤਾਲੇ ਨੂੰ ਨਹੀਂ। ਬਿਲਕੁਲ, ਔਰ ਮੈਨੂੰ ਤਾਂ ਏਦਾਂ ਦੇ ਬੱਚੇ ਮਿਲੇ ਆ ਜਿਹੜੇ ਬੰਦੇ ਮਤਲਬ ਕਿ ਸ਼ਬਦ ਪੂਰਾ ਨਹੀਂ ਬੋਲ ਸਕਦੇ ਸੀ, ਔਰ ਉਸ ਤੋਂ ਬਾਅਦ ਦੇਖੋ ਜੀ ਮੈਨੂੰ ਮੈਨੂੰ ਫਿਰ ਮਾਣ ਵੀ ਹੋਇਆ ਜਦੋਂ ਮੇਰੇ ਕੋਲ ਸਿੱਖਿਆ ਹੋ। ਉਸ ਤੋਂ ਬਾਅਦ ਪਹਿਲੀ ਟੇਪ ਉਹਦੀ ਮੈਂ ਕੀਤੀ ਹੈ ਰਾਜ ਬਰਾੜ ਦੀ, ਉਹਦਾ ਟਾਈਟਲ ਸੀ ਛਿੱਤਰੋ ਛਿੱਤਰੀ, ਜਿਹੜੀ ਕਿ ਕੋਮੇਡੀ ਸੀਗੀ, ਤੇ ਉਹਦੇ 'ਚ ਹਾਸੇ ਮਜ਼ਾਕ ਦੀਆਂ ਗੱਲਾਂ ਸੀ, ਪਰ ਮੈਂ ਕਿਹਾ ਨੀ ਮੈਂ ਤੈਨੂੰ ਗਵਾਉਂਗਾ, ਉਹਦੇ 'ਚ ਗਾਣਾ ਵੀ ਗਵਾਇਆ ਉਹਦੇ ਕੋਲੋਂ, 2-3 ਉਹਨੇ ਗਾਣੇ ਵੀ ਗਾਏ, ਤੇ ਉਸ ਤੋਂ ਬਾਅਦ ਫਿਰ ਉਹ ਟੇਪ ਜਿਹੜੀ ਮਾਰਕੀਟ ਦੇ ਵਿੱਚ ਆ ਗਈ, ਫਿਰ ਅਸੀਂ ਰਲ ਕੇ ਉਹਨੇ ਫਿਰ ਮੇਰੀ ਟੇਪ ਕੀਤੀ ਖਬਰਾਂ ਮੇਰੀ ਮੌਤ ਦੀਆਂ, ਉਸ ਵਕਤ ਉਹ ਐਸੀ ਟੇਪ ਸੀ ਜਿਹਦਾ ਪੋਸਟਰ ਕਲਿੱਕ ਹੋ ਗਿਆ ਸੀਗਾ, ਉਹ ਪੋਸਟਰ ਹੀ ਲੋਕਾਂ ਨੂੰ ਇੰਨਾ ਪਸੰਦ ਆਇਆ ਸੀਗਾ, ਉਹਦੇ 'ਚ
ਬਲੈਕ ਐਂਡ ਵਾਈਟ ਫੋਟੋ ਲਾ ਕੇ ਉਸ ਜ਼ਮਾਨੇ ਦੇ ਵਿੱਚ ਇਹ ਗੱਲ ਹੈਗੀ ਆ 92 ਜਾਂ 93 ਦੀ ਕਿ ਬਲੈਕ ਐਂਡ ਵਾਈਟ ਫੋਟੋ ਲਾ ਕੇ ਤੇ ਬਲੈਕ ਬਲੈਕ ਪਿੱਛੇ ਕਰਕੇ ਖਬਰਾਂ ਮੇਰੀ ਮੌਤ ਦੀਆਂ ਅੱਖਾਂ 'ਚੋਂ ਹੰਝੂ ਆ ਰਹੇ ਆ ਤੇ ਗਾਣੇ ਵੀ ਸਾਰੇ ਜਿਹੜੇ ਟੁੱਟੇ ਦਿਲਾਂ ਦੇ ਗਾਣੇ ਸੀਗੇ ਰੋਣ ਵਾਲੇ ਗਾਣੇ ਮਰਨ ਵਾਲੇ ਗਾਣੇ ਮਤਲਬ ਕਬਰਾਂ ਦੇ ਗਾਣੇ ਸੀ ਸਾਰੇ ਉਹ ਇੱਕ ਐਕਸਪੈਰੀਮੈਂਟ ਸੀਗਾ ਜਿਹੜਾ ਕਿ ਸਫਲ ਹੋਇਆ ਔਰ ਉਸ ਤੋਂ ਬਾਅਦ ਮੇਰੇ ਤੋਂ ਬਾਅਦ ਕੋਹੇ ਨੂਰ ਉਸ ਟੇਪ ਤੋਂ ਪ੍ਰਭਾਵਿਤ ਹੋ ਕੇ ਬੇਦਲ ਨੇ ਕੋਹੇ ਨੂਰ ਤੋਂ ਗਵਾਇਆ ਔਰ ਉਹਦੀ ਟੇਪ ਵੀ ਹਿੱਟ ਹੋਈ ਉਸ ਤੋਂ ਬਾਅਦ ਬਠਿੰਡੇ ਦਾ ਕਲਾਕਾਰ ਸੀਗਾ ਇੱਕ ਮੁੰਡਾ ਹੋਰ ਹਰਪ੍ਰੀਤ ਕੀ ਨਾਂ ਸੀ ਉਹਦਾ ਉਹ ਵੀ ਬਹੁਤ ਹਿੱਟ ਹੋਇਆ ਹੈਨਾ ਸੋ ਮਤਲਬ ਪਿਰਤ ਪਾਉਣੀ ਪੈਂਦੀ ਹੈ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਦੀ ਇੱਕ ਪਿਰਤ ਪਾਉਣੀ ਪੈਂਦੀ ਹੈ ਲਖਜੀ ਸਿਨੇਵਾਰਡ ਦੇ ਵਿੱਚ ਪੰਜਾਬ ਦਾ ਪਹਿਲਾ ਕਲਾਕਾਰ ਸੀ ਨਿਰਮਲ ਸਿੱਧੂ ਜਿਹੜਾ 2000 ਦੇ ਵਿੱਚ 99 ਚ ਮੈਂ ਗਿਆ ਸੀ ਔਰ 2000 ਦੇ ਵਿੱਚ ਲਖਜੀ ਸਿਨੇਵਾਰਡ ਦੇ ਵਿੱਚ ਮੈਂ ਇੱਕ ਹਿੰਦੀ ਗਾਣਾ ਗਾ ਰਿਹਾ ਔਰ ਮੇਰੇ ਨਾਲ ਅੱਜ ਦਾ ਬਾਲੀਵੁੱਡ ਦਾ ਬਹੁਤ ਵੱਡਾ ਕੋਰੀਓਗ੍ਰਾਫਰ ਡਿਸੂਜ਼ਾ ਹਾਂਜੀ ਉਹ ਮੇਰੇ ਨਾਲ ਉਸ ਵਕਤ ਉਹਨੇ ਮਤਲਬ ਜਿਹੜਾ ਹੈਗਾ ਡਾਂਸ ਕੀਤਾ ਸੀ ਸਟੇਜ ਤੇ ਮੇਰੇ ਨਾਲ ਡਾਂਸ ਕੀਤਾ ਸੀਗਾ ਰੈਮੋ ਡਿਸੂਜ਼ਾ ਤੇ ਉਹ ਟੇਪ ਉਸ ਵਕਤ ਇੰਨੀ ਜ਼ਿਆਦਾ ਹਿੱਟ ਹੋਈ ਸੀ ਐਮ ਟੀਵੀ ਵੀ ਟੀਵੀ ਜ਼ੀ ਟੀਵੀ ਦੇ ਉੱਤੇ ਮੇਰੀਆਂ ਇੰਟਰਵਿਊ ਆਉਂਦੀਆਂ ਸੀਗੀਆਂ ਤੇ ਮੇਰੇ ਦਿੱਲੀ ਵਿੱਚ ਬੰਬੇ ਚ ਚੇਨਈ ਚ ਮੇਰੇ ਸ਼ੋਅ ਹੁੰਦੇ ਸੀਗੇ ਹੈਨਾ ਉਹ ਬੜੀ ਵੱਡੀ ਮਤਲਬ ਇੱਕ ਮਤਲਬ ਪਲਾਂਗ ਅਚਾਨਕ ਮੈਂ ਕਹਿੰਦਾ ਕਿ ਮਿਹਨਤ ਤਾਂ ਤੁਹਾਡੀ ਨਾਲ ਹੁੰਦੀ ਹੈ ਪਰ ਪ੍ਰਮਾਤਮਾ ਵੀ ਤੁਹਾਡੇ ਨਾਲ ਹੋਣਾ ਚਾਹੀਦਾ ਤੁਹਾਡੇ ਚ ਇੱਕ ਕੋਨਫੀਡੈਂਸ ਵੀ ਹੋਣਾ ਚਾਹੀਦਾ ਗਟਸ ਵੀ ਹੋਣਾ ਚਾਹੀਦਾ ਤੇ ਤੁਹਾਨੂੰ ਇਹ ਵੀ ਹੋਣਾ ਚਾਹੀਦਾ ਕਿ ਜੇ ਮੈਂ ਬੈਠ ਗਿਆ ਕਿਸੇ ਚਾਰ ਬੰਦਿਆਂ ਵਿੱਚ ਤੇ ਉਹ ਬੰਦਾ ਤੁਹਾਨੂੰ ਜਦੋਂ ਕੋਈ ਕੁਐਸਚਨ ਕਰੂਗਾ ਤੁਸੀਂ ਉਹਦਾ ਜਵਾਬ ਵੀ ਦੇ ਸਕੋ ਸੋ ਬੜੀਆਂ ਅਚੀਵਮੈਂਟ ਜਿਹੜੀਆਂ ਹੈਗੀਆਂ ਬੜੀਆਂ ਵੱਡੀਆਂ ਅਚੀਵਮੈਂਟ ਪ੍ਰਮਾਤਮਾ ਨੇ ਕਰਵਾਈਆਂ ਹਾਂਜੀ ਹਾਂਜੀ ਇਹ ਦੇਖੋ ਜੀ ਤੁਸੀਂ ਇੱਕ ਬੜੀ ਵਧੀਆ ਇੱਕ ਸੂਤਰਧਾਰ ਦੇ ਵਾਂਗ ਇੱਕ ਸਟੋਰੀ ਦੱਸੀ ਆ ਤੇ ਇਹਦੇ ਵਿੱਚ ਇੱਦਾਂ ਲੱਗਦਾ ਕਿ ਜਿੱਦਾਂ ਇਹ ਸਾਰੀ ਸਟੋਰੀ ਸੰਗੀਤ ਦੀ ਆ ਪਰ ਇੱਕ ਤੁਸੀਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਇੱਕ ਕਿਸਾਨ ਪਰਿਵਾਰ 'ਚੋਂ ਜੰਮਿਆ ਬੱਚਾ ਤੇ ਉਹਦੇ ਨਾਲ ਲੱਗਦੀ ਗੱਲ ਵੀ ਇਹ ਆ ਕਿ ਜੇ ਆਪਾਂ ਵਾਪਸ ਉੱਥੇ ਹੀ ਆਈਏ ਤੁਹਾਡੇ ਬਚਪਨ 'ਤੇ ਹਾਂਜੀ ਤੇ ਜਿਹੜਾ ਤੁਹਾਡਾ ਪਰਿਵਾਰ ਸੀਗਾ ਉਹ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹ ਸਬਜ਼ੀ ਦੀ ਖੇਤੀ ਕਰਦੇ ਹੁੰਦੇ ਸੀ ਅੱਜ ਜਿੱਦਾਂ ਹੁਣ ਦੇਖੋ ਜ਼ਮਾਨਾ ਬਦਲ ਗਿਆ ਕਲਾਈਮੇਟ ਬਦਲ ਰਿਹਾ ਅਤੇ ਲੋਕ ਕਹਿ ਰਹੇ ਆ ਜੀ ਇੱਥੇ ਮਾਰੂਥਲ ਬਣ ਜਾਣਾ ਪਾਣੀ ਘੱਟ ਰਿਹਾ ਜੇ ਉਹ ਕਈ ਕੁਛ ਹੋ ਰਿਹਾ ਦੁਨੀਆਂ ਦੇ ਵਿੱਚ ਹਾਂਜੀ ਕਿਤੇ ਹੜ੍ਹ ਆ ਰਹੇ ਆ ਕਿਤੇ ਕੁਛ ਹੋ ਰਿਹਾ ਤੇ ਪਰ ਇਸ ਗੱਲ ਦੀ ਸਿੱਖਿਆ ਤੁਹਾਨੂੰ ਆਪਣੇ ਬਚਪਨ ਵਿੱਚ ਹੀ ਬਹੁਤ ਮਿਲੀ ਹੋ ਇੱਕ ਮਾੜੀ ਜੀ ਉਹ ਵੀ ਗੱਲ ਜ਼ਰੂਰ ਦੱਸੋ ਬਿਲਕੁਲ ਜੀ ਸੰਤਾਰ ਬਾਈ ਮੈਂ ਮੇਰਾ 61 ਜਾਂ 63 ਦਾ ਬਰਥ ਹੈ ਐਵੇਂ ਤੁਹਾਨੂੰ ਪਤਾ ਪੰਜਾਬੀਆਂ ਦੇ ਆਪਣੇ ਤਾਂ ਸਾਡੇ ਬਜ਼ੁਰਗਾਂ ਨੂੰ ਤਾਂ ਇਹ ਪਤਾ ਹੁੰਦਾ ਸੀ ਜਿਸ ਦਿਨ ਮੀਂਹ ਇੰਨਾ ਜ਼ਿਆਦਾ ਪਿਆ ਸੀ ਉਹਨਾਂ ਦਾ ਕੋਠਾ ਡਿੱਗਿਆ ਸੀਗਾ ਉਦਣ ਤੂੰ ਤੇਰਾ ਜਨਮ ਹੋਇਆ ਸੀਗਾ ਤੇ ਉਹ ਇੱਕ ਵਹੀ ਦੇ ਉੱਤੇ ਲਿਖਿਆ ਸੀਗਾ ਉਹ ਮੈਂ ਪਤਾ ਨਹੀਂ ਹੁਣ 61 ਨੂੰ ਸਹੀ ਮੰਨਾ ਜਾਂ 63 ਨੂੰ ਮੈਂ ਸਹੀ ਮੰਨਾ ਲੇਕਿਨ ਇਹ ਗੱਲ ਮੈਂ ਲਾਜ਼ਮੀ ਬੜੇ ਮਾਣ ਨਾਲ ਬੜੇ ਫਖਰ ਨਾਲ ਕਰਦਾ ਹੁੰਦਾ ਕਿ ਅੱਜ ਜਾਣੀ ਕਿ 60 ਸਾਲ ਤੋਂ ਬਾਅਦ ਵੀ ਲੋਕ ਸਾਡੇ ਅਜੇ ਤਰਲੋ ਮੱਛੀ ਹੈ ਕਿ ਅਸੀਂ ਸਬਜ਼ੀਆਂ ਬੀਜੀਏ ਕਿ ਨਾ ਬੀਜੀਏ ਝੋਨਾ ਹੀ ਬੀਜਣਾ ਕਣਕ ਹੀ ਬੀਜਣੀ ਹੈ ਮੇਰੇ ਫਾਦਰ ਸਾਹਿਬ ਬਿਲਕੁਲ ਅਨਪੜ੍ਹ ਬੰਦੇ ਸੀਗੇ ਤੇ ਬਿਲਕੁਲ ਦੇਸੀ ਬੰਦੇ ਸੀਗੇ ਉਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਗਿਆਨ ਮੈਂ ਕਹਿੰਦਾ ਨਹੀਂ ਸੀ ਲੇਕਿਨ ਦੇਖੋ ਗਿਆਨਵਾਨ ਕਿੰਨੇ ਸੀਗੇ ਮੇਰੀ ਜਦੋਂ ਸੁਰਤ ਮੈਂ ਸੰਭਾਲੀ ਆ ਨਾ ਮੈਂ ਜਦੋਂ ਆਪਣੇ ਖੇਤ ਵਿੱਚ ਗਿਆ ਤੇ ਸਾਡੇ ਖੇਤ ਵਿੱਚ 3 ਦੀ ਮੋਟਰ ਲੱਗੀ ਸੀਗੀ ਉਸ ਵਕਤ ਸਾਡੇ ਖੇਤ ਵਿੱਚ ਸਿਰਫ ਸ਼ਲਗਮ ਗਾਜਰਾਂ ਮੂਲੀ ਧਨੀਆਂ ਪਾਲਕ ਆਲੂ ਜਾਂ ਟਮਾਟਰ ਹਾਂਜੀ ਮਟਰ ਇਹ ਸਬਜ਼ੀਆਂ ਹੁੰਦੀਆਂ ਸੀ ਔਰ ਮੈਨੂੰ ਇਹ ਵੀ ਯਾਦ ਹੁੰਦਾ ਸੀ ਕਿ ਸਾਡੇ ਬਿਲਕੁਲ ਨਾਲ ਛਾਉਣੀ ਸੀ ਨਹਿਰਾਂ ਦੇ ਨਾਲ ਛਾਉਣੀ ਸੀਗੀ ਤੇ ਸ਼ਾਮ ਨੂੰ ਅਸੀਂ ਜਦੋਂ ਖੇਤ ਹੋਣਾ ਤੇ ਸਾਰੇ ਪਿੰਡ ਦੇ ਲੋਕ ਸਾਡੇ ਕੰਮ ਕਰਨ ਜਾਂਦੇ ਸੀ ਉਹ ਇਸ ਵਾਸਤੇ ਜਾਂਦੇ ਸੀ ਵੀ ਗਾਜਰਾਂ ਦਾ ਜਿਹੜਾ ਛੱਜਾ ਹੁੰਦਾ ਸੀ ਨਾ ਉਹ ਜ਼ਿਮੀਦਾਰ ਕੀ ਕਹਿੰਦਾ ਸੀਗਾ ਵੀ ਤੁਸੀਂ ਗਾਜਰਾਂ ਪੱਟੋ ਪੱਟ ਕੇ ਜਿਹੜਾ ਛੱਜਾ ਜਿਹੜਾ ਜਿਹਨੂੰ ਪੱਠੇ ਕਹਿ ਦਿੰਦੇ ਆਪਾਂ ਪੱਠੇ ਤੁਸੀਂ ਲੈ ਜਾਓ ਤੇ ਗਾਜਰਾਂ ਜਿਹੜੀਆਂ ਸਾਨੂੰ ਦੇ ਜਾਓ ਸੋ ਲੋਕੀ ਕੀ ਕਰਦੇ ਸੀ ਆਉਂਦੇ ਸੀ ਗਾਜਰਾਂ ਪੱਟਦੇ ਸੀਗੇ ਉਹ ਛੱਜਾ ਜਿਹੜਾ ਕੱਟ ਕੇ ਉਹ ਲੈ ਜਾਂਦੇ ਸੀਗੇ ਤੇ ਗਾਜਰਾਂ ਉੱਥੇ ਰਹਿ ਜਾਂਦੀਆਂ ਸੀ ਤੇ ਮਿਲਟਰੀ ਵਾਲੇ ਆਉਂਦੇ ਸੀਗੇ ਮਿਲਟਰੀ ਵਾਲੇ ਸਾਡੀ ਉਸ ਮੋਟਰ ਦੇ ਚਵੱਚੇ ਦੇ ਉੱਤੇ ਉਹਨਾਂ ਨੇ ਆ ਕੇ ਨਹਾਉਣਾ ਉਹਨਾਂ ਨੇ ਨਹਾਉਣਾ ਸਾਡੇ ਲਈ ਉਹਨਾਂ ਨੇ ਕਦੇ ਮਤਲਬ ਕੌਫੀ ਛੱਡ ਜਾਣੀ ਸਾਡੇ ਲਈ ਉਹਨਾਂ ਨੇ ਜਿਹੜੇ ਸਾਬਣ ਹੁੰਦੇ ਸੀਗੇ ਲਾਈਫ ਬੋਏ ਸਾਬਣ ਉਹ ਛੱਡ ਜਾਣੇ ਤੇਲ ਹੁੰਦਾ ਸੀ ਸਰੋਂ ਦਾ ਉਹਨਾਂ ਨੇ ਉਹ ਛੱਡ ਜਾਣਾ ਸ਼ੀਸ਼ੀਆਂ ਹੋਰ ਬੜੀਆਂ ਚੀਜ਼ਾਂ ਏਦਾਂ ਦੀਆਂ ਜਿਹੜੀਆਂ ਬਿਸਕੁਟ ਹੁੰਦੇ ਸੀ ਉਹ ਸਾਡੇ ਲਈ ਅਸੀਂ ਬੱਚੇ ਹੁੰਦੇ ਸੀਗੇ ਸਾਡੇ ਲਈ ਉਹਨਾਂ ਨੇ ਛੱਡ ਜਾਣਾ ਤੇ ਸਾਡੇ ਲਈ ਇਹ ਬੜੀ ਵੱਡੀ ਗੱਲ ਹੁੰਦੀ ਸੀ ਸਾਡੇ ਫੌਜੀ ਆਉਂਦੇ ਆ ਤੇ ਉਸ ਵਕਤ ਮੇਰੇ ਫਾਦਰ ਨੇ ਇਹ ਕੰਮ ਕੀਤਾ ਤੇ ਉਸ ਤੋਂ ਬਾਅਦ ਸਵੇਰੇ ਮੈਂ ਤੇ ਮੇਰੀ ਸਿਸਟਰ ਹੁੰਦੇ ਸੀਗੇ ਅਸੀਂ ਸਾਈਕਲ ਤੇ ਜਾਣਾ ਸਿਰਫ 2-2.5 ਕਿਲੋਮੀਟਰ ਦੂਰ ਆ ਮੇਰਾ ਟਹਿਣਾ ਫਰੀਦਕੋਟ ਨਾਲੋਂ ਤੇ ਸਬਜ਼ੀ ਮੰਡੀ ਵਿੱਚ ਜਾ ਕੇ ਸਵੇਰੇ 5-6 ਵਜੇ ਖੜ ਜਾਣਾ ਸਾਡੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ
ਉਹ ਵਿਕ ਜਾਣੀ ਆ ਤੇ ਉਸੇ ਵਕਤ ਸਾਨੂੰ 3 ਰੁਪਈਏ 2 ਰੁਪਈਏ 2.5 ਰੁਪਈਏ ਕਦੇ 5 ਰੁਪਈਏ ਉਹ ਜਿਹੜੇ ਸਾਡੇ ਹੱਥ 'ਚ ਉਹਨਾਂ ਨੇ ਰੱਖ ਦੇਣੇ ਤੇ ਅਸੀਂ ਫਾਟਕਾਂ ਦੇ ਕੋਲੇ ਆ ਕੇ ਮੈਨੂੰ ਯਾਦ ਹੈ ਇੱਕ ਚਾਹ ਦਾ ਖੋਖਾ ਹੁੰਦਾ ਸੀਗਾ ਤੇ ਅਸੀਂ ਉੱਥੋਂ ਫਿਰ ਇੱਕ ਚਾਹ ਦਾ ਕੱਪ ਲੈਣਾ ਦੋਨਾਂ ਭੈਣ ਭਰਾਵਾਂ ਨੇ ਤੇ ਇੱਕ ਬਾਲੂ ਸ਼ਾਹੀ ਹੁੰਦੀ ਸੀਗੀ ਬਾਲੂ ਸ਼ਾਹੀ ਹਾਂਜੀ ਹਾਂਜੀ ਹੈਨਾ ਮੈਨੂੰ ਲੱਗਦਾ ਉਹ 10 ਕੁ ਪੈਸੇ ਦੀ ਉਹ ਹੁੰਦੀ ਸੀਗੀ 10-15 ਪੈਸੇ ਦਾ 25 ਪੈਸੇ ਦਾ ਚਾਹ ਦਾ ਕੱਪ ਹੁੰਦਾ ਸੀਗਾ ਤੇ ਅਸੀਂ ਦੋਨਾਂ ਨੇ ਕੱਪ ਚਾਹ ਦਾ ਲੈ ਲੈਣਾ ਤੇ ਨਾਲ ਇੱਕ ਬਾਲੂ ਸ਼ਾਹੀ ਲੈ ਕੇ ਜਾਂ ਇੱਕ ਮਫਨ ਜਿਹਨੂੰ ਆਪਾਂ ਕਹਿ ਦਿੰਦੇ ਇਸ ਤਰ੍ਹਾਂ ਦਾ ਕੇਕ ਹੁੰਦਾ ਸੀਗਾ ਉਹ ਇੱਕ ਖਾਣਾ ਡੇਲੀ ਖਾ ਕੇ ਜਾਣਾ ਅਸੀਂ ਤੇ ਘਰੇ ਜਾਣਾ ਔਰ ਅਚਾਨਕ ਕੀ ਹੋਇਆ ਕਿ ਅਚਾਨਕ ਦੇਖੋ ਸਦਾ ਕੋਈ ਵੀ ਚੀਜ਼ ਨਹੀਂ ਰਹਿੰਦੀ ਨਾ ਗਰੀਬੀ ਰਹਿੰਦੀ ਹੈ ਨਾ ਅਮੀਰੀ ਰਹਿੰਦੀ ਹੈ ਉਸ ਵਕਤ ਮੈਂ ਕਹਿ ਸਕਦਾ ਕਿ ਅਸੀਂ ਪਿੰਡ ਦੇ ਵਿੱਚੋਂ ਬੜੇ ਸਿਰ ਕੱਢ ਵਿਅਕਤੀ ਸੀਗੇ ਸਾਡਾ ਫਾਦਰ ਸਿਰ ਕੱਢ ਜ਼ਮੀਂਦਾਰ ਸੀਗਾ ਅਚਾਨਕ ਦੇਖਦਿਆਂ ਦੇਖਦਿਆਂ ਸਾਡੇ ਉੱਥੇ ਨਾ ਸੇਮ ਆ ਗਈ ਅੱਛਾ ਸੇਮ ਜਦੋਂ ਆਉਂਦੀ ਹੈ ਸੰਗਤਾਰ ਬਾਈ ਸੇਮ ਐ ਆਉਂਦੀ ਹੈ ਵੀ ਧਰਤੀ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਜਿਹੜਾ ਉਹ ਪਾਣੀ ਹੁੰਦਾ ਉਹ ਜਿਸ ਤਰ੍ਹਾਂ ਗੁਜਰਾਤ ਵਿੱਚ ਲੂਣ ਬਣਦਾ ਹੈ ਨਾ ਜਿਸ ਤਰ੍ਹਾਂ ਲੂਣ ਉਹ ਲੂਣ ਇਹੀ ਬਣਦਾ ਵੀ ਸਮੁੰਦਰ ਦਾ ਪਾਣੀ ਧਰਤੀ ਦੇ ਉੱਤੇ ਲਿਆ ਕੇ ਡੋਲ ਦਿੰਦੇ ਆ ਭਰ ਭਰ ਕੇ ਟਰਾਲੀਆਂ ਪਾਣੀ ਦੀਆਂ ਉਸ ਤੋਂ ਬਾਅਦ ਜਦੋਂ ਸੁੱਕਦਾ ਉਹ ਲੂਣ ਬਣ ਜਾਂਦਾ ਉਹਦੇ ਵਿੱਚ ਲੋਕਾਂ ਦੇ ਪੈਰ ਗਲ ਜਾਂਦੇ ਆ ਤਾਂ ਸਾਡੇ ਧਰਤੀ ਜਿਹੜੀ ਸੀ ਉਹ ਲੂਣ ਵਾਲੀ ਹੋ ਗਈ ਉੱਥੇ ਨਾ ਕੋਈ ਫਸਲ ਹੋਣੋਂ ਬੰਦ ਹੋ ਗਈ ਉੱਥੇ ਪਸ਼ੂ ਜਾਣੋ ਬੰਦ ਹੋ ਗਿਆ ਦਰਖਤ ਜਿੰਨੇ ਸੀ ਸੁੱਕ ਗਏ ਜਾਣੀ ਕਿ ਬੰਜਰ ਹੋ ਗਈ ਰੇਗਿਸਤਾਨ ਬਣ ਗਿਆ ਜਦੋਂ ਰੇਗਿਸਤਾਨ ਬਣ ਗਿਆ ਕਮਾਈ ਦੇਖਦੇ ਦੇਖਦਿਆਂ ਬਿਲਕੁਲ ਮੈਂ ਅਜੇ ਮੈਨੂੰ ਲੱਗਦਾ ਵੀ ਮੇਰੇ ਜੰਮਣ ਤੋਂ ਬਾਅਦ ਹੀ ਸਟਾਰਟ ਕਹਿ ਲਓ ਤੁਸੀਂ ਹੋ ਗਿਆ 10 ਕੁ ਸਾਲਾਂ ਦੇ ਵਿੱਚ ਇਹ ਸਾਰਾ ਕੁਛ ਹੋ ਗਿਆ ਔਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸੀ ਉਹ ਜਿਹੜਾ ਬੰਦਾ ਸਿਰਫ ਖੇਤੀਬਾੜੀ ਕਰਦਾ ਪੜ੍ਹਿਆ ਲਿਖਿਆ ਨਹੀਂ ਉਹ ਨੌਕਰੀ ਵੀ ਨਹੀਂ ਕਰ ਸਕਦਾ ਸੋ ਮੇਰੇ ਫਾਦਰ ਸਾਹਿਬ ਉੱਥੇ ਸਾਡੇ ਇੱਕ ਬੜੇ ਮਤਲਬ ਇਸ ਵੇਲੇ ਵੱਡੀ ਪਾਰਟੀ ਹੈ ਮਲਹੋਤਰਾ ਐਂਡ ਪਾਰਟੀ ਜਿਹਨਾਂ ਦੇ ਪੂਰੇ ਪੰਜਾਬ 'ਚ ਠੇਕੇ ਹੈ ਸੋ ਉਹ ਠੇਕੇਦਾਰ ਸੀਗੇ ਉਹ ਉਹਨਾਂ ਦੇ ਠੇਕੇ ਦੇ ਲਾਗੇ ਦਾਰੂ ਮਤਲਬ ਵੇਚਣ ਜਾਂਦੇ ਸੀ ਪਿੰਡਾਂ ਦੇ ਵਿੱਚ ਤੇ ਮੇਰੇ ਫਾਦਰ ਕਬੱਡੀ ਖੇਡਦੇ ਸੀ ਰਾਜੇ ਦੇ ਘੋੜ ਸਵਾਰ ਸੀਗੇ ਸੋ ਬੜੇ ਸਟਰੋਂਗ ਬੜੇ ਤਕੜੇ ਸੀਗੇ ਵੀ ਮਤਲਬ ਤੁਸੀਂ ਕਹਿ ਦਿਓ ਵੀ ਚਾਹੇ ਕਿਸੇ ਕੋਲ SHO ਖੜਾ ਚਾਹੇ ਥਾਣੇਦਾਰ ਖੜਾ ਵੀ ਇਹਦੇ ਚਪੇੜ ਮਾਰਨੀ ਹੈ ਉਹਨੇ ਸੋਚਣਾ ਨਹੀਂ ਵੀ ਕਿਉਂ ਮਾਰਨੀ ਹੈ ਇਹ ਮਾਰਨ ਤੋਂ ਬਾਅਦ ਕੀ ਹੋਣਾ ਬਸ ਉਹਨੇ ਮਾਰ ਦੇਣੀ ਹੈ ਤੁਸੀਂ ਕਹਿ ਦਿਓ ਇਸ ਬੰਦੇ ਨੂੰ ਕੁੱਟਣਾ ਬਸ ਉਹ ਉਹਨੇ ਕੁੱਟ ਦੇਣਾ ਕਿਹੜੀ ਗੱਲੋਂ ਕੁੱਟਿਆ ਮੈਂ ਉਹਨੂੰ ਕੋਈ ਪਤਾ ਨਹੀਂ ਉਹ ਇਸ ਤਰ੍ਹਾਂ ਦੇ ਮਤਲਬ ਸਪੋਰਟਸਮੈਨ ਜਿਵੇਂ ਹੁੰਦੇ ਆ ਜਾਂ ਕਹਿ ਲਓ ਵੀ ਭਲਵਾਨ ਟਾਈਪ ਬੰਦੇ ਸੀਗੇ ਸਪੋਰਟਸਮੈਨ ਬੰਦੇ ਸੀਗੇ ਬਾਅਦ ਦੇਖਾਂਗੇ ਕੀ ਹੋਇਆ ਬੰਦੇ ਨੇ ਕਿਆ ਕਰ ਦੋ ਉਹ ਇਸ ਸੁਭਾਅ ਦੇ ਬੰਦੇ ਸੀ ਉਹਨਾਂ ਨੂੰ ਇੱਦਾਂ ਦੇ ਬੰਦੇ ਚਾਹੀਦੇ ਸੀ ਉਹਨਾਂ ਨੇ ਉਹਨਾਂ ਨੂੰ ਨਾਲ ਰੱਖ ਲਿਆ ਉਹ ਫਿਰ ਹੌਲੀ ਹੌਲੀ ਦਾਰੂ ਪੀਣ ਲੱਗ ਪਏ ਸੋ ਅਸੀਂ ਫਿਰ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਆ ਗਏ ਵੀ ਹੁਣ ਘਰ ਦਾ ਗੁਜ਼ਾਰਾ 3 ਭੈਣਾਂ ਸੀਗੀਆਂ ਵੀ ਗੁਜ਼ਾਰਾ ਕਿੱਦਾਂ ਕੀਤਾ ਜਾਵੇ ਸੋ ਫਿਰ ਇਸ ਚੀਜ਼ ਨੇ ਵੀ ਸ਼ਾਇਦ ਮਜਬੂਰ ਕੀਤਾ ਕਿ ਮੈਂ ਘਰ ਦੇ ਵਿੱਚੋਂ ਨਿਕਲਣਾ ਬਾਹਰ ਸ਼ੁਰੂ ਕੀਤਾ ਤੇ ਮੈਨੂੰ ਇਹ ਸੀਗਾ ਮਨ ਦੇ ਵਿੱਚ ਵੀ ਮੈਂ ਕੁਛ ਨਾ ਕੁਛ ਕਰਾਂ ਸੰਗੀਤ ਜਿਹੜੀ ਆ ਉਹ ਪ੍ਰਮਾਤਮਾ ਨੇ ਦਿੱਤਾ ਜਿਹੜੀ ਵਿਦਿਆ ਪ੍ਰਮਾਤਮਾ ਨੇ ਦਿੱਤੀ ਆ ਪਰ ਮੈਂ ਉਹਨੂੰ ਅੱਜ ਵੀ ਦੇਖੋ ਮੈਂ ਅੱਜ ਵੀ ਮੈਂ ਕਹਿਣਾ ਚਾਹੂੰਗਾ ਕਿ ਮੈਂ ਹਾਰਮੋਨੀਅਮ ਚਾਹੇ ਮੇਰੇ ਇੰਗਲੈਂਡ 'ਚ 2 ਬੇਟੇ ਹੈ 2 ਘਰ ਹੈ ਉਹਨਾਂ ਦੋਨਾਂ ਘਰਾਂ 'ਚ ਹਾਰਮੋਨੀਅਮ ਹੈ ਬੰਬੇ 'ਚ ਮੈਂ ਜਾਂਦਾ ਜਗਮੀਤ ਬਲ ਮੇਰਾ ਦੋਸਤ ਹੈ ਉਹਦੇ ਮੈਂ ਘਰ ਜਾਂਦਾ ਮੈਂ ਉੱਥੇ ਵੀ ਹਾਰਮੋਨੀਅਮ ਲਿਜਾ ਕੇ ਰੱਖਿਆ ਮੇਰੇ ਟਹਿਣੇ 'ਚ 2 ਘਰ ਹੈ ਮੈਂ ਦੋਨਾਂ ਘਰਾਂ 'ਚ ਇੱਕ ਇੱਕ ਹਾਰਮੋਨੀਅਮ ਰੱਖਿਆ ਜਾਣੀ ਮੈਂ ਜਿੱਥੇ ਜਾਂਦਾ ਜਰਮਨ ਦੇ ਵਿੱਚ ਮੇਰੇ ਦੋਸਤ ਹੈ ਜਿਹਨਾਂ ਕੋਲੇ ਜਾਂਦਾ ਉੱਥੇ ਵੀ ਮੈਂ ਹਾਰਮੋਨੀਅਮ ਰੱਖਿਆ ਟਰਾਂਟੋ ਦੇ ਵਿੱਚ ਮੇਰਾ ਦੋਸਤ ਹੈ ਉੱਥੇ ਵੀ ਮੈਂ ਇੱਕ ਹਾਰਮੋਨੀਅਮ ਰੱਖਿਆ ਕਿ ਮੈਂ ਜਿੱਥੇ ਵੀ ਜਾਵਾਂ ਮੈਨੂੰ ਹਾਰਮੋਨੀਅਮ ਲਾਜ਼ਮੀ ਚਾਹੀਦਾ ਹਾਂਜੀ ਹਾਂਜੀ ਜਿੰਨੀ ਦੇਰ ਮੈਂ ਸਵੇਰੇ ਉੱਠ ਕੇ ਹਾਰਮੋਨੀਅਮ ਨਾ ਦਰਸ਼ਨ ਕਰਾਂ ਨਾ ਮੈਂ ਕੋਈ ਸਾ ਲਾਵਾਂ ਨਾ ਮੈਂ ਕੋਈ ਇੱਕ ਅੱਧਾ ਰਾਗ ਵਜਾਵਾਂ ਤੇ ਮੈਨੂੰ ਐਂ ਲੱਗਦਾ ਵੀ ਮੈਂ ਅਨਕੰਪਲੀਟ ਹੈ ਮੈਂ ਕੰਪਲੀਟ ਨਹੀਂ ਮੈਂ ਬਿਮਾਰ ਹੋ ਜਾਂਦਾ ਮੈਨੂੰ ਬੁਖਾਰ ਚੜ੍ਹ ਜਾਂਦਾ ਪਰ ਜਦੋਂ ਮੈਂ ਹਾਰਮੋਨੀਅਮ ਵਜਾ ਲਿਆ ਚਾਹੇ ਮੈਂ  10 ਮਿੰਟ ਵਜਾਵਾਂ ਚਾਹੇ ਮੈਂ 3 ਘੰਟੇ ਵਜਾਵਾਂ ਬਿਲਕੁਲ ਜੀ ਹਾਰਮੋਨੀਅਮ ਮੇਰੇ ਲਈ ਬਹੁਤ ਜ਼ਰੂਰੀ ਹੈ ਉਹਦੀ ਜਿਹੜੀ ਸਾਊਂਡ ਹੈ ਨਾ ਹਾਰਮੋਨੀਅਮ ਦੀ ਜਿਹੜੀ ਸਾਊਂਡ ਹੈ ਮੈਂ ਜਦੋਂ ਸੁਣਦਾ ਤੇ ਮੇਰੇ 'ਚ ਐਨਰਜੀ ਆ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਸੰਗੀਤਕਾਰ ਬੰਦਾ ਆ ਉਹਦੇ ਲਈ ਸੰਗੀਤ ਬਹੁਤ ਜ਼ਰੂਰੀ ਆ ਤੇ ਅਸੀਂ ਵੀ ਕੋਸ਼ਿਸ਼ ਇਹੀ ਕਰੀਦੀ ਕਿ ਬੰਦਾ ਸੰਗੀਤ ਤੋਂ ਕਦੇ ਦੂਰ ਨਾ ਹੋਵੇ ਪਰ ਜੀ ਅੱਜ ਦੀ ਜਿਹੜੀ ਪੋਡਕਾਸਟ ਹੋਈ ਆ ਇਹਦੇ ਵਿੱਚ ਆਪਣੀ ਇੱਕ ਗੱਲ ਨਿਰਮਲ ਜੀ ਬੜੀ ਵਧੀਆ ਹੋਈ ਆ ਕਿ ਆਮ ਤੌਰ 'ਤੇ ਨਾ ਅਸੀਂ ਸ਼ੁਰੂ ਕਰੀਦੀ ਗੱਲ ਥੱਲਿਓਂ ਅਤੇ ਉੱਪਰ ਨੂੰ ਲੈ ਜਾਈਦੀ ਆ ਪਰ ਅੱਜ ਅਸੀਂ ਬਿਲਕੁਲ ਗੱਲ ਨੂੰ ਉੱਪਰੋਂ ਸ਼ੁਰੂ ਕਰਕੇ ਅਤੇ ਅਖੀਰ ਦੇ ਵਿੱਚ ਇੱਕ ਜਿਹੜੀ ਤੁਸੀਂ ਇਹ ਝਾਕੀ ਆਪਣੇ ਬਚਪਨ ਦੀ ਦਿਖਾਈ ਆ ਇਹਦੇ ਵਿੱਚੋਂ ਇਹ ਵੀ ਤਾਂ ਸਾਬਤ ਹੁੰਦਾ ਆ ਕਿ ਜਿਹੜੀ ਕਿਸੇ ਬੰਦੇ ਦੀ ਕਾਮਯਾਬੀ ਆ ਉਹਦੀਆਂ ਜੜ੍ਹਾਂ ਮਜਬੂਰੀ 'ਚ ਹੁੰਦੀਆਂ ਜੀ ਦੇਖੋ ਜੀ ਜਿੰਨਾ ਕੁਛ ਜਿੰਨੇ ਵੀ ਵੱਡੇ ਲੋਕ ਹੈ ਨਾ ਸਰਤਾਰ ਬਾਈ ਜਿੰਨੇ ਵੱਡੇ ਲੋਕ ਆ ਅੱਜ ਜਿਹਨਾਂ ਨੂੰ ਅਸੀਂ ਕਹਿੰਦੇ ਵੱਡੇ ਆ ਉਹ ਬੰਦੇ ਕੋਈ ਵੀ ਦੇਖੋ ਕਿਸੇ ਸਟਾਰ ਦਾ ਮੁੰਡਾ ਸਟਾਰ ਨਹੀਂ ਬਣ ਸਕਿਆ 1-2 ਨੂੰ ਛੱਡ ਕੇ ਹਾਂਜੀ ਕਿਸੇ ਸੰਗੀਤਕਾਰ ਦਾ ਮੁੰਡਾ ਸੰਗੀਤਕਾਰ ਨਹੀਂ ਬਣ ਸਕਿਆ ਕਿਸੇ ਸਿੰਗਰ ਦਾ ਮੁੰਡਾ
ਪਰਫੈਕਟ ਸਿੰਗਰ ਨਹੀਂ ਬਣ ਸਕਿਆ ਉਹਦਾ ਰੀਜ਼ਨ ਹੈ ਉਹਦਾ ਰੀਜ਼ਨ ਇਹ ਹੈ ਕਿ ਇੱਕ ਬੱਚੇ ਨੂੰ ਬਚਪਨ ਤੋਂ 5 ਸਟਾਰ ਚੀਜ਼ਾਂ ਮਿਲ ਰਹੀਆਂ ਮਜਬੂਰੀ ਉਹਨੇ ਦੇਖੀ ਨਹੀਂ ਤੰਗੀ ਉਹਨੇ ਦੇਖੀ ਨਹੀਂ ਸਟਰਗਲ ਉਹਨੇ ਕੀਤੀ ਨਹੀਂ ਉਹਨੂੰ ਪਤਾ ਮੇਰਾ ਪਿਓ ਮੈਂ ਜੋ ਕਹਿਤਾ ਮੇਰੇ ਪਿਓ ਨਹੀਂ ਕਰ ਦੇਣਾ ਪਰ ਜਿੱਥੇ ਜਾਂਦਾ ਪਿਓ ਦਾ ਨਾਂ ਕਿਹਦਾ ਮੁੰਡਾ ਜੀ ਨਿਰਮਲ ਸਿੱਧੂ ਦਾ ਮੁੰਡਾ ਜੀ ਆ ਜਾਓ ਜੀ ਕੋਈ ਗੱਲ ਨੀ ਪੈਸੇ ਲੈਣ ਦੀ ਲੋੜ ਨੀ ਸਿੱਧੂ ਸਾਹਿਬ ਤੋਂ ਲੈ ਲਾਂਗੇ ਸੋ ਬੱਚੇ ਮੇਰੇ ਨੇ ਅੱਗੇ ਨਹੀਂ ਵਧਣਾ ਬੱਚਾ ਅੱਗੇ ਨਹੀਂ ਵਧ ਸਕਦਾ ਅਸੀਂ ਲੋਕਾਂ ਨੇ ਪ੍ਰੈਕਟੀਕਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਅਸੀਂ ਅਕੈਡਮੀ 'ਚ ਜਦੋਂ ਹੁੰਦੇ ਸੀਗੇ ਨਾ ਸੰਗਤਾਰ ਬਾਈ ਕਮਾਲ ਦੀ ਗੱਲ ਆ ਵੀ ਅਕੈਡਮੀ 'ਚ ਅਸੀਂ ਹੁੰਦੇ ਸੀਗੇ ਅਸੀਂ ਸਟਰਗਲ ਕਰਦੇ ਹੁੰਦੇ ਸੀਗੇ ਬਾਬਾ ਫਰੀਦ ਸੰਗੀਤ ਅਕੈਡਮੀ ਸੀਗੀ ਅਕੈਡਮੀ ਦਾ ਮਤਲਬ ਇਹ ਸੀਗਾ ਵੀ ਚਲੋ ਇੱਕ ਤਾਂ ਕੋਈ ਨਾ ਕੋਈ ਸਿੱਖਣ ਆਊਗਾ ਚਲੋ 50-100 ਰੁਪਈਆ ਦੇਊਗਾ ਦੂਜੀ ਗੱਲ ਅਕੈਡਮੀ 'ਚ ਅਸੀਂ ਇਕੱਠੇ ਹੋਵਾਂਗੇ ਯਾਰ ਦੋਸਤ ਆਉਣਗੇ ਤੀਜੀ ਗੱਲ ਇਹ ਸੀ ਵੀ ਸਵੇਰੇ ਅਸੀਂ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ 12 ਘੰਟੇ ਅਸੀਂ ਉੱਥੇ ਰਿਆਜ਼ ਕਰਦੇ ਸੀਗੇ ਤੇ ਸਾਡੇ ਉੱਥੇ ਵਾਸ਼ਰੂਮ ਨਹੀਂ ਸੀਗਾ ਤੇ ਇਹ ਕਈ ਵਾਰੀ ਹੋਇਆ ਕਿ ਅਸੀਂ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਵਾਸ਼ਰੂਮ ਕਰਨ ਹੀ ਨਹੀਂ ਗਏ ਇਹ ਬੜੇ ਵਾਰੀ ਹੋਇਆ ਕਿ ਇਸ ਕਾਰਨ ਹੀ ਨਹੀਂ ਗਏ ਜਦਕਿ ਚਾਹ ਤੇ ਚਾਹ ਅਸੀਂ ਕਿੱਦਾਂ ਪੀਂਦੇ ਸੀਗੇ ਵੀ ਅਸੀਂ 2 ਕੱਪ ਚਾਹ ਮੰਗਾਉਂਦੇ ਸੀਗੇ ਉਹਨੂੰ ਕਹਿੰਦੇ ਸੀ 2/4 ਕਰ ਦਿੱਤੇ ਹਾਂਜੀ ਜਾਣੀ 2 ਕੱਪ ਮੰਗਾਏ ਆ 2 ਬੰਦੇ ਹੋਰ ਆ ਗਏ ਤਾਂ ਹੋਰ ਨੀ ਲੈ ਕੇ ਆਉਣੇ ਕਿਉਂਕਿ ਚੁਆਰੇ ਤੇ ਬੈਠੇ ਆ ਉਹਨਾਂ ਦੋਨਾਂ ਨੂੰ ਗਲਾਸ ਹੋਰ ਕੱਢ ਕੇ 4 ਕਰ ਲੈਣੇ ਮਜਬੂਰੀ ਵੀ ਹੁੰਦੀ ਸੀ ਪੈਸੇ ਵੀ ਨਹੀਂ ਹੁੰਦੇ ਸੀਗੇ ਤੇ ਇਹ ਵੀ ਹੁੰਦਾ ਸੀ ਥੱਲੇ ਜਾ ਕੇ ਕਹਿ ਕੇ ਕਿਹੜਾ ਆਊਗਾ ਫਿਰ ਇਹ ਬੜੇ ਦੇਰ ਬਾਅਦ ਭੇਜਣੀ ਹੈ ਸਬਰ ਹੈ ਇਸ ਗੱਲ ਦੇ ਵਿੱਚ ਵੀ ਯਾਰ ਵੀ 2 ਨੂੰ 4 ਕਰ ਲਓ ਫਿਰ ਹੋਰ ਲੈ ਲਾਂਗੇ ਜੇ ਲੋੜ ਪਈ ਗਿਆ ਲੇਕਿਨ ਮਜਬੂਰੀ ਵੀ ਸੀ ਇਹ ਵੀ ਮੈਂ ਗੱਲ ਕਹਿਣੀ ਚਾਹੂੰਗਾ ਮਜਬੂਰੀ ਵੀ ਹੁੰਦੀ ਸੀਗੀ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ ਯਾਰ ਆਉਂਦੇ ਸੀਗੇ ਅਸੀਂ ਤਾਂ ਹਰ ਹਫ਼ਤੇ ਬਿੱਲ ਹੀ ਸਾਡਾ ਇੰਨਾ ਬਣ ਜਾਂਦਾ ਸੀਗਾ ਕਿ ਸਾਡਾ ਰੋਟੀ ਦਾ ਖਰਚਾ ਉਹਨਾਂ ਨੇ ਸਾਨੂੰ ਲੱਗਦਾ ਸੀਗਾ ਪਰ ਉਹ ਮਜਬੂਰੀ ਨੇ ਉਸ ਮਜਬੂਰੀ ਨੇ ਸਾਨੂੰ ਕਲਾਕਾਰ ਬਣਾਤਾ ਕਿਉਂਕਿ ਜਿਹੜੇ ਬੰਦੇ ਨੇ 12 ਘੰਟੇ ਸਿਟਿੰਗ ਕਰਨੀ ਮੇਰੇ ਜੇ ਤੁਸੀਂ ਗਿੱਟੇ ਦੇਖੋ ਨਾ ਤੁਸੀਂ ਬੰਦਾ ਜਿਹੜਾ ਮੇਰਾ ਗਿੱਟਾ ਦੇਖਦਾ ਨਾ ਉਹ ਬੰਦੇ ਦੀ ਰੂਹ ਕੰਬ ਜਾਂਦੀ ਹੈ ਵੀ ਤੈਨੂੰ ਕੀ ਹੋ ਗਿਆ ਸਾਰਾ ਤੂੰ ਬੜਾ ਵਧੀਆ ਹੈ ਹੈਂਡਸਮ ਹੈ ਲੇਕਿਨ ਇੱਥੇ ਜੇ ਆ ਕੇ ਤੇਰੇ ਗਿੱਟਿਆਂ ਨੂੰ ਕੀ ਹੋਇਆ ਗਿੱਟਿਆਂ ਨੂੰ ਬਾਈ ਇਹ ਹੋਇਆ ਵੀ ਅਸੀਂ 10 ਸਾਲ 12 ਘੰਟੇ ਬੈਠੇ ਔਰ ਕਿੱਥੇ ਬੈਠੇ ਅਸੀਂ ਦਰੀ ਤੇ ਕੋਈ ਗੱਦਾ ਨੀ ਵਿਛਾਇਆ ਦਰੀ ਤੇ ਬੈਠੇ ਆ ਗਾ ਰਹੇ ਆ ਜਿਵੇਂ ਕਹਿੰਦੇ ਨਾ ਵੀ ਅੱਟਣ ਪਏ ਵੇ ਅਜੇ ਤੱਕ ਵੀ ਅੱਟਣ ਪਏ ਆ ਉਹ ਸਾਨੂੰ ਅੱਟਣ ਜਿਹੜੇ ਆ ਨਾ ਉਹਨਾਂ ਅੱਟਾਂ ਨੇ ਸਾਨੂੰ ਤਾਰਿਆ ਹੈ ਮੈਨੂੰ ਯਾਦ ਹੈ ਵੀ ਜਦੋਂ ਸਦੀਕ ਸਾਹਿਬ ਦਾ ਪ੍ਰੋਗਰਾਮ ਆਉਣਾ ਕਿਤੇ ਮੋਗੇ ਤੇ ਉਹਨਾਂ ਨੇ ਕਹਿਣਾ ਵੀ ਕੱਲ ਨੂੰ ਮੁਕਤਸਰ ਹੈ ਤੇ ਫਿਰ ਕਹਿਣਾ ਜੀ ਯਾਰ ਨਾਲ ਹੀ ਵੀ ਚੱਲ ਅੱਜ ਪਿੰਡ ਜਾ ਆਈਏ ਤੇ ਸੰਗਤਾਰ ਬਾਈ ਕੀ ਹੋਣਾ ਬਈ ਅਸੀਂ ਮੋਗੇ ਉੱਤਰ ਜਾਣਾ ਮੈਂ ਮੋਗੇ ਉੱਤਰ ਕੇ ਰਾਤ ਦਾ ਕਿਹੜੀ ਪ੍ਰੋਗਰਾਮ ਉਹਨਾਂ ਨੇ ਰਾਤ ਦੇ 10 ਵਜੇ 11 ਵਜੇ ਪ੍ਰੋਗਰਾਮ ਖਤਮ ਹੋਇਆ ਹੈ ਉਦੋਂ ਬਾਅਦ ਹੁਣ ਟਹਿਣੇ ਪਿੰਡ ਜਾਣਾ ਕੋਈ ਬੱਸ ਤਾਂ ਜਾਂਦੀ ਨਹੀਂ ਤੇ ਦਿਰੜ ਇਹ ਹੁੰਦਾ ਸੀਗਾ ਵੀ ਖੜ ਜਾਣਾ ਜੇ ਟਰੱਕ ਆ ਗਿਆ ਤਾਂ ਟਰੱਕ ਨੂੰ ਹੱਥ ਮਾਰ ਦੇਣਾ ਬੱਸ ਆ ਗਈ ਤਾਂ ਬੱਸ ਨੂੰ ਮਾਰ ਦੇਣਾ ਜੇ ਸਾਈਕਲ ਆ ਗਿਆ ਸਾਈਕਲ ਨੂੰ ਹੱਥ ਮਾਰ ਦੇਣਾ ਜਾਣੀ ਕਿ ਹੱਥ ਮਾਰ ਦੇਣਾ ਤੇ ਕਈ ਵਾਰੀ ਟਰੱਕ 'ਚ ਬੈਠ ਜਾਣਾ ਉਹ ਟਰੱਕ ਦੇ ਉੱਤੇ ਉਹਨਾਂ ਨੇ ਕਹਿਣਾ ਬਹਿ ਜਾ ਰੇਤੇ ਦਾ ਭਰਿਆ ਹੋਣਾ ਬੜੇ ਵਾਰੀ ਏਦਾਂ ਹੋਇਆ ਵੀ ਟਰੱਕ ਦੇ ਉੱਤੇ ਪੈ ਕੇ ਨੀਂਦ ਆ ਗਈ ਸੌਂ ਗਏ ਜਦੋਂ ਉੱਠੇ ਤੇ ਉਹ ਫਰੀਦਕੋਟ ਤੋਂ 5 ਕਿਲੋਮੀਟਰ ਅੱਗੇ ਨਿਕਲ ਗਏ ਤੇ ਪਤਾ ਲੱਗਣਾ ਵੀ ਅੱਗੇ ਆ ਗਏ ਉਹ ਬਾਹਰ ਖੜਕਾਉਣਾ ਉੱਤੋਂ ਖੜਕਾ ਦੇਣਾ ਉਹਨੇ ਤਾਰ ਦੇਣਾ ਫਿਰ 5 ਕਿਲੋਮੀਟਰ ਰਾਤ ਦੇ 2 ਵਜੇ 1:30 ਵਜੇ ਖੜ ਕੇ ਵਾਪਸ ਆਉਣਾ ਕੰਨ ਰੇਤੇ ਨਾਲ ਭਰੇ ਹੋਣੇ ਤੜਕੇ ਸਵੇਰੇ ਨਹਾ ਕੇ ਫਿਰ ਮੁਕਤਸਰ ਪਹੁੰਚ ਜਾਣਾ ਇਹ ਯਾਰ ਇਹ ਚਿਣ ਅੱਜ ਕੱਲ੍ਹ ਕਿੱਥੇ ਆ ਲੋਕਾਂ 'ਚ ਅੱਜ ਦੇ ਬੱਚਿਆਂ 'ਚ ਪੇਸ਼ੈਂਸ ਇਹ ਸਿਰੜ ਇਹ ਦਿਰੜ ਇਹ ਹੈ ਨਹੀਂ ਪਰ ਸਾਨੂੰ ਪੈਸੇ ਦੀ ਖਾਤਰ ਨਹੀਂ ਕਰਦੇ ਸੀਗੇ ਵੀ ਇਕੱਲਾ ਪੈਸਾ ਸਾਨੂੰ ਕਦੇ ਲੱਗਿਆ ਹੀ ਨਹੀਂ ਵੀ ਸਾਡੇ ਕੋਲੇ ਕਾਰ ਆ ਜਾਊਗੀ ਜਾਂ ਸਾਡੇ ਕੋਲੇ ਕੋਠੀ ਆ ਜਾਊਗੀ ਇਹ ਕਦੇ ਸੋਚਿਆ ਹੀ ਨਹੀਂ ਨਾ ਕਦੇ ਮਨ 'ਚ ਆਈ ਵੀ ਸਾਡੇ ਕੋਲ ਕੋਠੀਆਂ ਹੋਣਗੀਆਂ ਸਾਡੇ ਕੋਲੇ ਕਾਰ ਆਊਗੀ ਸਾਈਕਲ ਦੀ ਤਮੰਨਾ ਹੁੰਦੀ ਸੀ ਵੀ ਜੇ ਸਾਈਕਲ ਵੀ ਆ ਗਿਆ ਰੇਡੀਓ ਮਿਲ ਗਿਆ ਨਾ ਰੇਡੀਓ ਰੇਡੀਓ ਨਹੀਂ ਹੁੰਦਾ ਸੀ ਕਿਸੇ ਕੋਲੇ ਪਿੰਡ 'ਚ 1 ਜਾਂ 2 ਰੇਡੀਓ ਹੁੰਦੇ ਸੀਗੇ 7 'ਚ ਜਾ ਕੇ ਰੇਡੀਓ ਸੁਣਦੇ ਸੀਗੇ ਪੰਚਾਇਤ ਦਾ ਰੇਡੀਓ ਲੱਗਿਆ ਹੁੰਦਾ ਸੀ ਉੱਥੇ ਲੋਕੀ ਕੰਨ ਲਾ ਕੇ ਸੁਣਦੇ ਸੀਗੇ ਮੈਂ ਫਿਲਮਾਂ ਨਾ ਮੈਂ ਫਿਲਮਾਂ ਦਾ ਬੜਾ ਸ਼ੌਕੀਨ ਹੋ ਗਿਆ ਸੀਗਾ ਮੈਂ ਦੱਸਣਾ ਚਾਹੂੰਗਾ ਕਿਉਂਕਿ ਤੁਹਾਡਾ ਪੋਡਕਾਸਟ ਬਹੁਤ ਮਤਲਬ ਚੰਗੇ ਲੋਕ ਸੁਣਦੇ ਆ ਮੈਨੂੰ ਮਤਲਬ ਤੁਸੀਂ ਸਵਾਲ ਕਰੋ ਮੈਂ ਖੁਦ ਆਪ ਹੀ ਜਵਾਬ ਦੇ ਰਿਹਾ ਵੀ ਮੈਨੂੰ ਫਿਲਮਾਂ ਦਾ ਚਸਕਾ ਇੰਨਾ ਸੀ ਸਾਡੇ ਫਰੀਦਕੋਟ ਦੇ ਵਿੱਚ 2 ਸਿਨੇਮੇ ਸੀ ਇੱਕ ਹੁੰਦਾ ਸੀ ਸਵਰਨ ਸਿਨੇਮਾ ਇੱਕ ਹੁੰਦਾ ਸੀ ਜੁਬਲੀ ਸਿਨੇਮਾ 9 ਤੋਂ 12 ਇੱਕ ਵੱਖਰਾ ਸਪੈਸ਼ਲ ਸ਼ੋਅ ਹੁੰਦਾ ਸੀ ਤੇ 12 ਵਜੇ ਤੋਂ ਸ਼ੋਅ ਸਟਾਰਟ ਹੁੰਦੇ ਸੀ ਮੈਂ ਪਹਿਲਾਂ 9 ਤੋਂ 12 ਦੇਖਦਾ ਸੀਗਾ ਸਪੈਸ਼ਲ ਸ਼ੋਅ ਉਸ ਤੋਂ ਬਾਅਦ ਭੱਜ ਕੇ ਮੈਂ ਜੁਬਲੀ 'ਚ ਜਾਂਦਾ ਸੀ ਫਿਰ ਮੈਂ ਜਾ ਕੇ 12 ਤੋਂ 3 ਦੇਖਦਾ ਸੀ ਤੇ ਫਿਰ 3 ਤੋਂ ਬਾਅਦ ਫਿਰ ਮੈਂ ਦੂਜੇ ਸਿਨੇਮੇ 'ਚ ਆ ਜਾਂਦਾ ਸੀ 3 ਤੋਂ 6 ਫਿਰ ਮੈਂ ਉਹ ਸ਼ੋਅ ਦੇਖਦਾ ਸੀਗਾ ਮੈਂ 3-3 ਸ਼ੋਅ ਇੱਕ ਦਿਨ 'ਚ ਦੇਖੇ ਆ ਤੇ ਇਹ ਵੀ ਮੈਂ ਦੇਖਿਆ ਵੀ ਕਈ ਵਾਰੀ ਪੈਸੇ ਕੋਲੇ ਹੁਣੇ ਨਾ ਫਿਲਮ ਨਵੀਂ ਲੱਗ ਜਾਣੀ ਦੂਜੇ ਦਿਨ ਬਾਅਦ ਹੀ ਲੈ ਜਾਣੀ ਫਿਲਮ ਤੇ ਫਿਰ ਹੋਣਾ ਵੀ ਇਹ ਯਾਰ ਹੁਣ ਕਿਵੇਂ ਕਰੀਏ ਤਾਂ ਫਿਰ ਬੈਕ ਸਾਈਡ ਤੇ ਜਾ ਕੇ ਦਰਵਾਜ਼ਾ ਹੁੰਦਾ ਸੀਗਾ ਬੈਕ ਸਾਈਡ ਦੇ ਉੱਤੇ ਸਿਨੇਮੇ ਦੇ ਉੱਥੇ ਜਾ ਕੇ ਕੰਨ ਲਾ ਕੇ
ਕੰਨ ਲਾ ਕੇ ਡਾਇਲੋਗ ਸੁਣੀ ਜਾਣੇ ਤੇ ਕੰਨ ਲਾ ਕੇ ਫਿਲਮਾਂ ਦੇਖੀ ਜਾਣੀਆਂ। ਤਾਨਸੇਨ ਫਿਲਮ ਮੈਂ ਪਤਾ ਨਹੀਂ ਕਿੰਨੇ ਵਾਰੀ ਉਹ ਫਿਲਮ ਜਿਹੜੀ ਆ ਮਗਲੇ ਪਾਸੇ ਜਾ ਕੇ ਸੰਗੀਤ ਸੁਣਿਆ ਮੈਂ ਸਾਰਾ ਤੇ ਬੈਜੂ ਬਾਵਰਾ ਫਿਲਮ ਉਸ ਤੋਂ ਬਾਅਦ ਮਤਲਬ ਬੜੀਆਂ ਫਿਲਮਾਂ ਜਿਹੜੀਆਂ ਮਤਲਬ ਪੈਸੇ ਨਹੀਂ ਕੋਲੇ ਹੁੰਦੇ ਸੀਗੇ ਲੇਕਿਨ ਬੈਕ ਸਾਈਡ ਤੇ ਜਾ ਕੇ ਸੁਣੀ ਜਾਣਾ ਜਦੋਂ ਪੈਸੇ ਹੱਥ ਚ ਆਉਣੇ ਤੇ ਉਦੋਂ ਹੀ ਜਾ ਕੇ ਕਿਉਂਕਿ ਸਟੂਡੈਂਟ ਲਾਈਫ ਹੁੰਦੀ ਸੀ ਬੱਚੇ ਹੁੰਦੇ ਸੀ ਪੈਸੇ ਹੋਣੇ ਕੋਲੇ ਇੱਕ ਤਾਂ ਪੈਸੇ ਨਹੀਂ ਹੁੰਦੇ ਸੀ ਦੂਜਾ ਇਹ ਹੁੰਦਾ ਸੀ ਬਈ ਤੁਸੀਂ ਫਿਲਮ ਦੇਖ ਨਹੀਂ ਸਕਦੇ ਘਰ ਵੱਲੋਂ ਵੀ ਸਖਤਾਈ ਹੁੰਦੀ ਸੀ ਉਸਤਾਦ ਵੱਲੋਂ ਵੀ ਸਖਤਾਈ ਹੁੰਦੀ ਸੀ ਪਰ ਚਸਕਾ ਹੁੰਦਾ ਸੀ ਵੀ ਇਹ 4 ਤੱਕ ਦੇ ਗਾਣੇ ਸੁਣ ਨਹੀਂ ਸਕਦੇ ਸਿਨੇਮੇ 'ਚ ਜਾ ਕੇ ਸੁਣ ਸਕਦੇ ਆ ਸੋ ਬੜੀ ਸਟਰਗਲ ਕੀਤੀ ਹੈ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੇ ਮਜਬੂਰੀ ਦੇ ਵਿੱਚੋਂ ਨਿਕਲੇ ਆ ਜਾਂ ਇਹ ਮਨ ਦੇ ਵਿੱਚ ਧਾਰਨ ਹੀ ਕਰ ਲਿਆ ਕਿ ਬਈ ਹੁਣ ਇਸ ਮਤਲਬ ਦੁਨੀਆਂ ਤੇ ਆਏ ਆ ਤੇ ਕੁਛ ਨਾ ਕੁਛ ਕਰਕੇ ਜਾਣਾ ਤੇ ਜੇ ਜ਼ਿੰਦਗੀ ਮਿਲੀ ਹੈ ਜ਼ਿੰਦਗੀ ਬੜੀ ਕੀਮਤੀ ਹੈ ਇਹਦੇ 'ਚ ਕੁਛ ਨਾ ਕੁਛ ਕਰੀਏ ਕੋਈ ਨਵਾਂ ਕਰੀਏ ਐਕਸਪੈਰੀਮੈਂਟ ਕਰੀਏ ਤੇ ਉਹ ਜਦੋਂ ਬੰਦਾ ਕਰਦਾ ਚਾਹੇ ਉਹ ਸ਼ੌਕ ਨਾਲ ਕਰੇ ਚਾਹੇ ਉਹ ਮਜਬੂਰੀ ਨਾਲ ਕਰੇ ਚਾਹੇ ਉਹ ਦਿਖਾਵੇ ਲਈ ਕਰੇ ਜਿਹੜਾ ਦੇਖੋ ਦਿਖਾਵੇ ਲਈ ਵੀ ਜਿਹੜੇ ਲੋਕ ਕਰਦੇ ਆ ਨਾ ਮੈਂ ਸਮਝਦਾ ਉਹ ਵੀ ਵਧੀਆ ਕਿਉਂਕਿ ਦਿਖਾਵੇ ਲਈ ਵੀ ਕਰਨਾ ਜਿਹੜਾ ਤੁਸੀਂ ਖੜੇ ਤਾਂ ਨਾ ਸਟੈਂਡ ਤਾਂ ਕਰਦੇ ਹੋ ਤੁਸੀਂ ਮੈਂ ਉਹਦੇ ਹੱਕ ਚ ਨਹੀਂ ਹੈ ਮੈਂ ਹੱਕ ਚ ਨਹੀਂ ਹੈ ਲੇਕਿਨ ਇਹ ਵੀ ਗੱਲ ਆ ਉਹ ਵੀ ਬੰਦੇ ਸੁਸਤ ਲੋਕਾਂ ਨਾਲੋਂ ਜਾਂ ਜਿਹੜੇ ਕਮਜ਼ੋਰ ਲੋਕਾਂ ਨਾਲੋਂ ਉਹ ਵੀ ਚੰਗੇ ਸੋ ਜਿਹੜਾ ਬੰਦਾ ਮਿਹਨਤ ਕਰਕੇ ਆਉਂਦਾ ਉਹ ਬੰਦੇ ਨੇ ਇੱਕ ਦਿਨ ਲਾਜ਼ਮੀ ਜਾਣਾ ਹੈ ਤੇ ਬਾਕੀ ਇਹ ਆ ਕਿ ਕਿਸਮਤ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਸੇ ਬੰਦੇ ਦੀ ਕਿਸਮਤ ਜਿਹੜੀ ਹੈ ਅਗਰ ਉਹ ਮਾਲਕ ਨੇ ਅੱਛੀ ਲਿਖੀ ਹੈ ਤੇ ਬੰਦੇ ਨੇ ਮਿਹਨਤ ਕਰ ਲਈ ਫਿਰ 9 ਨਿਹਦਾ ਤੇ 12 ਸਿੱਧਾ ਹੋ ਜਾਂਦੀ ਹਾਂਜੀ ਮਹਾਰਾਜ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਤੁਹਾਡਾ ਸੰਗੀਤ ਦਾ ਸਫ਼ਰ ਅਤੇ ਤੁਹਾਡਾ ਜ਼ਿੰਦਗੀ ਦਾ ਸਫ਼ਰ ਬੜਾ ਹੀ ਰੌਚਕ ਰਿਹਾ ਅਤੇ ਤੁਸੀਂ ਉਹਦੇ ਵਿੱਚੋਂ ਜਿਹੜੀਆਂ ਝਾਕੀਆਂ ਦਿਖਾਲੀਆਂ ਇਹ ਬੜੀ ਵਧੀਆ ਤੁਸੀਂ ਇੱਕ ਫਿਲਮ ਹੀ ਪੇਸ਼ ਕਰ ਦਿੱਤੀ ਆ ਮੈਨੂੰ ਪੂਰੀ ਉਮੀਦ ਆ ਕਿ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਜੀ ਇਹ ਪੋਡਕਾਸਟ ਅਤੇ ਮਹਾਰਾਜ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ ਸਿੰਤਾਰ ਜੀ ਤੁਹਾਡਾ ਵਾਰਸ ਬ੍ਰਦਰਸ ਭਰਾਵਾਂ ਦਾ ਸਾਰੇ ਭਰਾਵਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਇੱਕ ਵੱਖਰੀ ਕਿਸਮ ਦਾ ਮਿਊਜ਼ਿਕ ਯਾਨੀ ਕਿ ਜਿੱਥੇ ਯਮਲਾ ਜੱਟ ਦਾ ਜ਼ਿਕਰ ਹੋਊਗਾ ਜਿੱਥੇ ਕੁਲਦੀਪ ਮਾਨਕ ਦਾ ਜ਼ਿਕਰ ਹੋਊਗਾ ਜਿੱਥੇ ਮੁਹੰਮਦ ਸਦੀਕ ਦਾ ਜ਼ਿਕਰ ਹੋਊਗਾ ਕਿੱਥੇ ਬਾਬੂ ਰਜਬਲੀ ਦਾ ਜ਼ਿਕਰ ਹੋਊਗਾ ਉੱਥੇ ਵਾਰਸ ਭਰਾਵਾਂ ਦਾ ਜ਼ਿਕਰ ਜਿਹੜਾ ਨਾ ਆਉਣ ਵਾਲੀਆਂ ਸਦੀਆਂ ਤੱਕ ਇਹ ਗਰੰਟੀ ਹੈ ਕੋਈ ਕਲਾਕਾਰ ਕਿਸੇ ਕਲਾਕਾਰ ਦੀ ਤਾਰੀਫ ਨਹੀਂ ਕਰਦਾ ਲੇਕਿਨ ਮੈਂ ਮਜਬੂਰ ਹੋ ਜਾਂਦਾ ਮੇਰੀਆਂ ਤਾਂ ਅੱਖਾਂ ਚੋਂ ਹੰਝੂ ਆ ਜਾਂਦੇ ਆ ਕਿ ਜਿਹੜੇ ਬੰਦੇ ਨੇ ਕੰਮ ਕੀਤਾ ਹੈਨਾ ਅੱਜ ਸੁਰਿੰਦਰ ਸ਼ਿੰਦਾ ਭਾਜੀ ਹੈ ਮੈਂ ਭੁੱਲ ਗਿਆ ਸੀ ਉਹਨਾਂ ਦੇ ਬਾਰੇ ਗੱਲ ਕਰਨੀ ਚਲੋ ਗੱਲ 'ਚ ਗੱਲ ਆ ਗਈ ਹੈ ਕਿ ਉਹ ਬੰਦੇ ਨੂੰ ਦੇਖ ਕੇ ਅਸੀਂ ਇਸ ਲਾਈਨ ਨੂੰ ਅਖਤਿਆਰ ਕੀਤਾ ਉਹਨਾਂ ਨੂੰ ਦੇਖ ਕੇ ਅਸੀਂ ਉਹਨਾਂ ਦੀਆਂ ਪੈਰਾਂ ਦੇ ਉੱਤੇ ਕਦਮ ਰੱਖਣੇ ਸ਼ੁਰੂ ਕੀਤੇ ਆ ਤੇ ਉਹ ਲੈਜੈਂਡ ਆਦਮੀ ਹੈ ਤੇ ਇੱਕ ਮੈਂ ਬੇਨਤੀ ਕਰੂੰਗਾ ਸਾਰੇ ਜਿੰਨੇ ਵੀ ਸਾਨੂੰ ਇਹ ਸੁਣ ਰਹੇ ਨੇ ਉਹਨਾਂ ਵਾਸਤੇ ਨਾ ਦੁਆ ਲਾਜ਼ਮੀ ਕਰੀਏ ਆਪਾਂ ਕਿ ਸੁਰਿੰਦਰ ਸ਼ਿੰਦਾ ਭਾਜੀ ਜਲਦੀ ਤੋਂ ਜਲਦੀ ਨਾ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਉਣ ਆਪਣੇ ਘਰ 'ਚ ਆਉਣ ਉਹਨਾਂ ਦੀ ਬੜੀ ਲੋੜ ਹੈ ਇੱਦਾਂ ਦੇ ਜਿਹੜੇ ਲੋਕ ਹੈ ਨਾ ਇਹ ਲੋਕ ਚਾਹੇ ਗਾਣਾ ਗਾਉਣ ਤੇ ਚਾਹੇ ਨਾ ਗਾਉਣ ਇਹਨਾਂ ਦਾ ਜ਼ਿੰਦਾ ਰਹਿਣਾ ਇਹਨਾਂ ਦਾ ਲਾਈਵ ਰਹਿਣਾ ਸਾਡੇ ਪੰਜਾਬੀ ਸੰਗੀਤ ਵਾਸਤੇ ਬਹੁਤ ਵੱਡੀ ਚੀਜ਼ ਹੈ ਤੇ ਜਿੰਨੇ ਸਾਨੂੰ ਸੁਣਨ ਵਾਲੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮੇਰੇ ਵੀਰ ਸੰਤਾਰ ਦੇ ਇਸ ਪੋਡਕਾਸਟ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਤੇ ਸਾਰੀ ਇੰਡਸਟਰੀ ਵਾਲੇ ਲੋਕ ਵੀ ਜਿਹੜੇ ਬੜੀ ਖੁਸ਼ੀ ਖੁਸ਼ੀ ਜਿਹੜਾ ਇਸ ਪੋਡਕਾਸਟ ਦਾ ਹਿੱਸਾ ਬਣਨਾ ਚਾਹੁੰਦੇ ਮੈਂ ਵੀ ਬਹੁਤ ਗਰਵ ਮਤਲਬ ਮਹਿਸੂਸ ਕਰਦਾ ਕਿ ਮੈਂ ਅੱਜ ਇਸ ਪੋਡਕਾਸਟ ਦਾ ਹਿੱਸਾ ਬਣਿਆ ਤੇ ਬਹੁਤ ਸਾਰੇ ਕਿਉਂਕਿ ਉਹ ਬੜੇ ਪੋਡਕਾਸਟ ਹੁੰਦੇ ਆ ਜਾਂ ਬੜੀਆਂ ਇੰਟਰਵਿਊਜ਼ ਹੁੰਦੀਆਂ ਜਿਹੜੀਆਂ ਆਮ ਲੋਕਾਂ ਵਾਸਤੇ ਹੁੰਦੀਆਂ ਲੇਕਿਨ ਇਹ ਜਿਹੜਾ ਪੋਡਕਾਸਟ ਸਪੈਸ਼ਲੀ ਇਸ ਵਾਸਤੇ ਹੈ ਵੀ ਇਹ ਜਿੰਨੀ ਵੀ ਇੰਡਸਟਰੀ ਹੈ ਨਾ ਸਾਡੀ ਮਿਊਜ਼ਿਕ ਇੰਡਸਟਰੀ ਆ ਇਹ ਹਰ ਪੋਡਕਾਸਟ ਨੂੰ ਉਹ ਹਰ ਬੰਦਾ ਲਾਜ਼ਮੀ ਦੇਖਦਾ ਕਿ ਸੰਗਤਾਰ ਬਾਈ ਜਿਹੜਾ ਉਹ ਕੀ ਲੈ ਕੇ ਆਉਂਦਾ ਜਿਹੜਾ ਰਾਈਟਰ ਵੀ ਹੈ ਜਿਹੜਾ ਮਿਊਜ਼ਿਕ ਡਾਇਰੈਕਟਰ ਵੀ ਹੈ ਜਿਹੜਾ ਪਰਫਾਰਮਰ ਵੀ ਹੈ ਜਿਹੜਾ ਸਿੰਗਰ ਵੀ ਹੈ ਜਿਹੜਾ ਕੰਪੋਜ਼ਰ ਵੀ ਹੈ ਜਿਹੜਾ ਤੂੰਬੀ ਪਲੇ ਵੀ ਕਰਦਾ ਜਿਹੜਾ ਫਲੂਟ ਪਲੇ ਵੀ ਕਰਦਾ ਸੋ ਤੁਹਾਡੇ ਵਰਗੇ ਵੀਰਾਂ ਵਾਸਤੇ ਤਾਂ ਆਪਾਂ ਹਰ ਵਕਤ ਜਿਹੜੇ ਆ ਨਾ ਤਾਬਿਆਦਾਰ ਹੈ ਜਦੋਂ ਮਰਜ਼ੀ ਯਾਦ ਕਰੋ ਤੇ ਜਿੱਥੇ ਮਰਜ਼ੀ ਯਾਦ ਕਰੋ ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਪੰਜਾਬੀ ਪੋਡਕਾਸਟ ਨੂੰ ਦੇਖਣ ਸੁਣਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਕੋਸ਼ਿਸ਼ ਕਰਦੇ ਹਾਂ ਕਿ ਇੱਕ ਨਵਾਂ ਐਪੀਸੋਡ ਪੰਜਾਬੀ ਪੋਡਕਾਸਟ ਦਾ ਤੁਹਾਨੂੰ ਦਿਖਾਈਏ ਸੁਣਾਈਏ ਜੇ ਤੁਹਾਨੂੰ ਪੰਜਾਬੀ ਪੋਡਕਾਸਟ ਵਧੀਆ ਲੱਗਦੀ ਹੈ ਤਾਂ ਇਹਨੂੰ ਤੁਸੀਂ ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਾਡੇ ਯੂਟਿਊਬ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜਾਂ ਪੋਡਕਾਸਟਾਂ ਦੀਆਂ ਐਪਾਂ ਦੇ ਵਿੱਚ ਇਹਨੂੰ ਤੁਸੀਂ ਫੋਲੋ ਕਰ ਸਕਦੇ ਹੋ
ਅਤੇ ਫਿਰ ਇਹ ਆਟੋਮੈਟਿਕਲੀ ਤੁਹਾਡੇ ਕੋਲ ਹਰ ਐਪੀਸੋਡ ਆਪੇ ਹੀ ਆ ਜਾਇਆ ਕਰੂਗਾ ਉਹਦੇ ਵਿੱਚ। ਅਤੇ ਅਗਲੇ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਆਵਾਂਗੇ। ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।